ਜੀ ਬਸ ਪਲੀਜ਼ ਸਮਝਿਓ ਦੇਖੋ ਪਹਿਲਾਂ ਤੇ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਹੁਣ ਤੱਕ ਅਸੀਂ ਕਵਰ ਕੀ ਕੀ ਕਰ ਲਿਆ ਸੀ ਸਭ ਤੋਂ ਪਹਿਲਾਂ ਅਸੀਂ ਇੰਡੀਆ ਦੀ ਜੀਓਗ੍ਰਾਫੀ ਦੀ ਬੇਸਿਕਲੀ ਇੰਟਰੋਡਕਸ਼ਨ ਲਈ ਠੀਕ ਹੈ ਇੰਟਰੋਡਕਸ਼ਨ ਤੋਂ ਬਾਅਦ ਬੇਸਿਕਲੀ ਇਹ ਸਾਰਾ ਇੰਡੀਆ ਦੀ ਜੀਓਗ੍ਰਾਫੀ ਦੀ ਇੰਟਰੋਡਕਸ਼ਨ ਸੀ ਕਿ ਇੰਡੀਆ ਦਾ ਸਟੈਂਡਰਡ ਟਾਈਮ ਕੀ ਆ ਐਂਡ ਇੰਡੀਆ ਦੇ ਬਾਰਡਰਸ ਕਿਹਦੇ ਨਾਲ ਸ਼ੇਅਰ ਆ ਐਂਡ ਇਹ ਸਾਰੇ ਫੈਕਟਸ ਕਰਨ ਤੋਂ ਬਾਅਦ ਇਹ ਇੰਡੀਆ ਦੇ ਜਾਂ ਨੇਬਰਿੰਗ ਕੰਟਰੀਜ਼ ਉਹਨਾਂ ਦੀਆਂ ਕੈਪੀਟਲਸ ਇੰਡੀਆ ਦੀਆਂ ਸਟੇਟਸ ਉਹਨਾਂ ਦੀਆਂ ਕੈਪੀਟਲਸ ਫਿਰ ਉਸ ਤੋਂ ਬਾਅਦ ਅਸੀਂ ਪੜਿਆ ਸੀ ਆਪਣਾ ਰੌਕ ਤੰਤਰ ਜਿਹਨੂੰ ਆਪਾਂ ਕਹਿ ਦਿੰਦੇ ਨੇ ਚਟਾਨ ਤੰਤਰ ਇੰਡੀਆ ਦਾ ਕਿ ਇੰਡੀਆ ਚ ਕਿਸ ਕਿਸ ਕਿਸਮ ਦੀਆਂ ਰੌਕਸ ਜਿਹੜੀਆਂ ਸੀ ਉਹ ਅਵੇਲੇਬਲ ਸੀ ਇਸ ਤੋਂ ਬਾਅਦ ਅਸੀਂ ਰੌਕ ਸਿਸਟਮ ਤੋਂ ਬਾਅਦ ਅਸੀਂ ਆ ਗਏ ਸੀ ਇੰਡੀਆ ਨੂੰ ਨਾਰਥ ਤੋਂ ਲੈ ਕੇ ਸਾਊਥ ਤੱਕ ਸਮਝਣ ਚ ਠੀਕ ਤਾਂ ਸਭ ਤੋਂ ਪਹਿਲਾਂ ਅਸੀਂ ਸਮਝਿਆ ਸੀ ਹਿਮਾਲਿਆ ਪਹਿਲਾਂ ਹਿਮਾਲਿਆ ਬਣਿਆ ਕਿਵੇਂ ਫਿਰ ਨਾਰਥ ਤੋਂ ਸਾਊਥ ਤੱਕ ਹਿਮਾਲਿਆ ਜਿਹੜਾ ਹੈ ਉਹ ਕਿਹੜੀਆਂ ਕਿਹੜੀਆਂ ਰੇਂਜਿਸ ਜਾਂ ਸ਼ੰਖਲਾਵਾਂ ਨੇ ਤੇ ਉੱਥੇ ਕਿਹੜੀਆਂ ਕਿਹੜੀਆਂ ਚੋਟੀਆਂ ਕਿਹੜੇ-ਕਿਹੜੇ ਗਲੇਸ਼ੀਅਰਸ ਕਿਹੜੇ-ਕਿਹੜੇ ਦਰੇ ਜਾਨੀ ਕਿ ਪਾਸੇਜ਼ ਨੇ ਤੇ ਫਿਰ ਅਸੀਂ ਉਸੇ ਹਿਮਾਲਿਆ ਨੂੰ ਦੁਬਾਰਾ ਫੇਰ ਨਵੇਂ ਸਿਰਿਓਂ ਵੈਸਟ ਤੋਂ ਈਸਟ ਤੱਕ ਪੜਿਆ ਸੀਗਾ ਤਾਂ ਕਿ ਕੋਈ ਫੈਕਟ ਜਿਹੜਾ ਏ ਜੇ ਹਿਮਾਲਿਆ ਦਾ ਨਾਰਥ ਤੋਂ ਸਾਊਥ ਤੱਕ ਪੜਦੇ ਹੋਏ ਰਹਿ ਗਿਆ ਜਾਂ ਕੋਈ ਕਨਸੈਪਟ ਰਹਿ ਗਿਆ ਉਹ ਜਦੋਂ ਅਸੀਂ ਹਿਮਾਲਿਆਜ਼ ਨੂੰ ਵੈਸਟ ਤੋਂ ਈਸਟ ਤੱਕ ਪੜੀਏ ਤਾਂ ਸਾਡੇ ਉਹ ਸਾਰੇ ਕਨਸੈਪਟ ਜਿਹੜੇ ਆ ਕਲੀਅਰ ਹੋ ਜਾਣ ਕਿਹੜੇ ਕਿਹੜੇ ਗਲੇਸ਼ੀਅਰਸ ਕਿਹੜੀ ਕਿਹੜੀ ਰੇਂਜ ਦੇ ਵਿੱਚ ਆਉਂਦੇ ਆ ਜਾਂ ਕਿਹੜੇ ਕਿਹੜੇ ਇਲਾਕੇ ਚ ਆਉਂਦੇ ਆ ਉਹਨਾਂ ਬਾਰੇ ਆਪਾਂ ਪੂਰਾ ਪੜਿਆ ਅਸੀਂ ਇਹ ਵੀ ਕੋਸ਼ਿਸ਼ ਕਰ ਲਈ ਕਿ ਹਿਮਾਲਿਆ ਦੇ ਵਿੱਚ ਕੋਈ ਨਾਗਾ لینڈ ਆ ਅਰੁਣਾਚਲ ਆ ਕਿਸੇ ਵੀ ਇੱਕ ਇਲਾਕੇ ਦੀ ਕੋਈ ਹਾਈਐਸਟ ਪੀਕ ਨਾ ਸਾਡੇ ਕੋਲ ਰਹਿ ਜੇ ਸੋ ਇਹ ਸਾਰੇ ਫੈਕਟਸ ਕਵਰ ਕੀਤੇ ਆਪਾਂ ਇਸ ਤੋਂ ਬਾਅਦ ਅਗਲਾ ਟੌਪਿਕ ਸਾਡੇ ਕੋਲ ਆ ਗਿਆ ਸੀ ਹਿਮਾਲਿਆਜ਼ ਨੂੰ ਕਵਰ ਕਰਨ ਤੋਂ ਬਾਅਦ ਤੇ ਨੈਕਸਟ ਟੌਪਿਕ ਸੀਗਾ ਸਾਡੇ ਕੋਲ ਪਲੇਨਸ ਠੀਕ ਹੈ ਤੋ ਫਿਰ ਅਸੀਂ ਆਏ ਨਾਰਥਰਨ ਪਲੇਨਸ ਤੇ ਉਤਰੀ ਜਿੰਨੇ ਵੀ ਸਾਡੇ ਮੈਦਾਨੀ ਖੇਤਰ ਅਸੀਂ ਦੱਸਿਆ ਕਿ ਮੈਦਾਨੀ ਖੇਤਰ ਬਹੁਤ ਬਹੁਤ ਆ ਤੌਰ ਤੇ ਤਿੰਨ ਹਿੱਸਿਆਂ ਚ ਵੰਡੇ ਹੋਏ ਆ ਇੰਡਸ ਪਲੇਨਸ ਗੰਗਾ ਪਲੇਨਸ ਤੇ ਬ੍ਰਹਮਪੁੱਤਰਾਂ ਪਲੇਨਸ ਉਹ ਇੰਡਸ ਪਲੇਨ ਜਿਹੜੇ ਬਿਲਕੁਲ ਸਿੰਧੂ ਨਦੀ ਨੇ ਬਣਾਏ ਹੋਏ ਪਲੇਨਸ ਆ ਜਿੱਥੇ ਚ ਪੰਜਾਬ ਰਾਜਸਥਾਨ ਪਲੇਨ ਆ ਗਏ ਫਿਰ ਗੰਗਾ ਪਲੇਨਸ ਦੇ ਵਿੱਚ ਆ ਗਿਆ ਆਪਣਾ ਅਪਰ ਗੰਗਾ ਮਿਡਲ ਗੰਗਾ ਤੇ ਲੋਅਰ ਗੰਗਾ ਫਿਰ ਉਸ ਤੋਂ ਬਾਅਦ ਬ੍ਰਹਮਪੁੱਤਰਾਂ ਦੇ ਜਿਹੜੇ ਪਲੇਨਸ ਆ ਮੈਦਾਨ ਬਣਾਏ ਹੋਏ ਆ ਅਸੀਂ ਉਹਨਾਂ ਬਾਰੇ ਪੜਿਆ ਤੇ ਅਸੀਂ ਇਹ ਪੜਿਆ ਕਿ ਕਿਸ ਤਰੀਕੇ ਨਾਲ ਇਹ ਪਲੇਨਸ ਬਣੇ ਆ ਕਿ ਕਿੱਥੇ ਪੱਬਰ ਕਿਹੜਾ ਤਰਾਈ ਜਾਂ ਦੁਆਰ ਦਾ ਇਲਾਕਾ ਹੁੰਦਾ ਹੈ ਕਿਹੜਾ ਬਾਂਗਰ ਖਾਦਰ ਹੁੰਦਾ ਹੈ ਤੇ ਇਹ ਸਾਰਾ ਕੁਝ ਅਸੀਂ ਮਤਲਬ ਕਿ ਪਲੇਨਸ ਦੇ ਬਾਰੇ ਪੜਨ ਦੀ ਕੋਸ਼ਿਸ਼ ਕੀਤੀ ਪਲੇਨਸ ਤੋਂ ਬਾਅਦ ਅਸੀਂ ਨੈਕਸਟ ਜਿਹੜੀ ਅਗਲੀ ਚੀਜ਼ ਸਾਡੇ ਵਾਸਤੇ ਇੰਪੋਰਟੈਂਟ ਹੋ ਜਾਂਦੀ ਹੈ ਉਹ ਆ ਜਾਂਦੀ ਹੈ ਸਾਡਾ ਇੰਡੀਅਨ ਪੈਨਿਨਸੂਲਰ ਪਲੇਟੂ ਠੀਕ ਆ ਭਾਵ ਕੀ ਭਾਰਤ ਦਾ ਪਠਾਰ ਜਿਹੜਾ ਇੰਡੀਆ ਦਾ ਪ੍ਰਾਦੀਪੀਆ ਪਠਾਰ ਆ ਪ੍ਰਾਦੀ ਪੈਨਿਨਸੂਲਾ ਮਤਲਬ ਪ੍ਰਾਦੀਪ ਤੇ ਪ੍ਰਾਦੀਪ ਦਾ ਮਤਲਬ ਉਹ ਧਰਤੀ ਜਿਹਦੇ ਤਿੰਨ ਪਾਸੇ ਪਾਣੀ ਹੋਵੇ ਤੇ ਦੂਜੇ ਪਾਸੇ ਇੱਕ ਗੱਲ ਹੋਰ ਕਰੀਏ ਜੇ ਪਠਾਰ ਦੀ ਤਾਂ ਪਠਾਰ ਦਾ ਬੇਸਿਕਲੀ ਮਤਲਬ ਹੁੰਦਾ ਹੈ ਇੱਕ ਅਜਿਹੀ ਧਰਤੀ ਜਿਹੜੀ ਚਟਾਨਾਂ ਤੋਂ ਬਣੀ ਹੋਈ ਹੈ ਜਿਹਦੇ ਥੱਲੇ ਚਟਾਨਾਂ ਆ ਪਠਾਰ ਉਹਨੂੰ ਕਹਿੰਦੇ ਆਪਾਂ ਸੋ ਇੰਡੀਆ ਦਾ ਜਿਹੜਾ ਪੈਨਿਨਸੂਲਰ ਵਾਲਾ ਪਾਰਟ ਆ ਜਿਹਦੇ ਤਿੰਨੇ ਪਾਸੇ ਪਾਣੀ ਆ ਪ੍ਰਾਦੀਪ ਆ ਜਿਹੜਾ ਸਾਡਾ ਉਹ ਬੇਸਿਕਲੀ ਚਟਾਨਾਂ ਤੋਂ ਬਣਿਆ ਹੋਣ ਕਰਕੇ ਅਸੀਂ ਇਹਨੂੰ ਇੰਗਲਿਸ਼ ਚ ਪਲੇਟੂ ਜਾਂ ਪੰਜਾਬੀ ਚ ਪਠਾਰ ਕਹਿ ਸਕਦੇ ਆ ਸੋ ਇੱਕ ਚੀਜ਼ ਸਾਡੇ ਕੋਲ ਪੜਨ ਵਾਲੀ ਜਿਹੜੀ ਅੱਜ ਦੇ ਟੌਪਿਕ 'ਚ ਹੈਗੀ ਆ ਉਹ ਤਾਂ ਹੈਗਾ ਪੂਰੇ ਦਾ ਪੂਰਾ ਪਠਾਰ ਤੇ ਇਸ ਪਠਾਰ ਦੇ ਵਿੱਚ ਕਿਹੜੇ ਕਿਹੜੇ ਛੋਟੇ-ਛੋਟੇ ਪਲੇਟੂਜ਼ ਨੇ ਮਾਰਵਾੜ ਪਲੇਟੂ ਹੋ ਗਿਆ ਮਾਲਵਾ ਪਲੇਟੂ ਹੋ ਗਿਆ ਬੁੰਦੇਲਖੰਡ ਹੋ ਗਿਆ ਬੰਗੇਲ ਬੰਗੇਲਖੰਡ ਹੋ ਗਿਆ ਇਸ ਤੋਂ ਬਾਅਦ ਹੋਰ ਵੀ ਕਈ ਪਲੇਟੂਜ਼ ਨੇ ਫਿਰ ਆਪਾਂ ਡੈਕਨ ਵਾਲੇ ਪਾਸੇ ਚਲੇ ਜਾਵਾਂਗੇ ਦੱਖਣ ਵਾਲੇ ਪਾਸੇ ਕਰਨਾਟਕਾ ਤੇਲੰਗਾਨਾ ਮਹਾਰਾਸ਼ਟਰਾ ਪਲੇਟੂ ਡੰਟਕਰਨੇਆ ਪਲੇਟੂ ਮੀਨਸ ਕੀ ਕਾਫੀ ਟਾਈਪ ਦੇ ਪਲੇਟੂਸ ਜਿਹੜੇ ਆ ਫਿਰ ਆਪਾਂ ਈਸਟ ਵਾਲੇ ਪਾਸੇ ਚਲੇ ਜਾਾਂਗੇ ਛੋਟਾ ਨਾਗਪੁਰ ਪਲੇਟੂਸ ਤੋਂ ਬਾਅਦ ਨਾਰਥ ਈਸਟ ਚ ਚਲੇ ਜਾਓ ਮਗਾਹਾਲਿਆ ਪਲੇਟੂ ਤੱਕ ਇਸ ਪਠਾਰ ਦਾ ਹਿੱਸਾ ਨੇ ਠੀਕ ਆ ਸੋ ਇਹ ਸਾਰੇ ਦੇ ਸਾਰੇ ਪਲੇਟੂਸ ਜਿਹੜੇ ਆ ਆਪਾਂ ਇਹ ਕਵਰ ਕਰਨੇ ਆ ਹੋਣ ਵਾਲੇ ਲੈਕਚਰਾਂ ਜਿਹੜੇ ਆਪਣੇ ਅੱਗੇ ਲੈਕਚਰ ਆ ਨਾ ਇਹਦੇ ਚ ਅਸੀਂ ਇਹ ਸਾਰੇ ਦੇ ਸਾਰੇ ਟਾਈ ਕਾਈਂਡ ਆਫ ਪਲੇਟੂਸ ਜਿਹੜੇ ਆ ਇਹ ਕਵਰ ਕਰਨੇ ਆ ਤੇ ਇਸ ਤੋਂ ਬਾਅਦ ਇਨ੍ਹਾਂ ਪਲੇਟੂਸ ਤੋਂ ਬਾਅਦ ਆ ਇਨ੍ਹਾਂ ਪਲੇਟੂਸ ਦੇ ਵਿੱਚ ਕਿਹੜੀਆਂ-ਕਿਹੜੀਆਂ ਚੋਟੀਆਂ ਨੇ ਇੱਕ ওভার ਕਰਕੇ ਉਸ ਤੋਂ ਬਾਅਦ ਨੈਕਸਟ ਅਗਲੀ ਚੀਜ਼ ਆ ਸਾਡੇ ਕੋਲ ਆਈਲੈਂਡਸ ਠੀਕ ਹੈ ਬਸ ਅਸੀਂ ਆਪਣੇ ਲੈਕਚਰ ਨੂੰ ਥੋੜਾ ਜਿਹਾ ਚੇਂਜ ਕਰਾਂਗੇ ਪਹਿਲਾਂ ਆਈਲੈਂਡਸ ਪੜ੍ਹਾਂਗੇ ਫਿਰ ਪਲੇਟੂਜ਼ ਬਾਰੇ ਪੜ੍ਹਾਂਗੇ ਠੀਕ ਹੈ ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਆ ਆਈਲੈਂਡਸ ਤੋਂ ਪਹਿਲਾਂ ਆਪਾਂ ਮੰਨ ਕੇ ਚੱਲ ਰਹੇ ਹਾਂ ਕਿ ਅਸੀਂ ਪਲੇਟੂਜ਼ ਵਾਲਾ ਟੌਪਿਕ ਛੱਡ ਕੇ ਇਸ ਤੋਂ ਬਾਅਦ ਪੜ੍ਹਨਾ ਹੈ ਠੀਕ ਹੈ ਤੇ ਖੈਰ ਜੇ ਅਸੀਂ ਕਹੀਏ ਆਈਲੈਂਡਸ ਤੋਂ ਬਾਅਦ ਹੋਰ ਕੀ ਰਹਿ ਗਿਆ ਇਸ ਤੋਂ ਬਾਅਦ ਰਹਿ ਜਾਂਦੀ ਆ ਸਾਡੀ ਕੋਸਟਲਾਈਨ ਤੇ ਸਾਡੇ ਦੋ ਘਾਟ ਸਾਡੀ ਤੱਟ ਰੇਖਾ ਤੇ ਉਸ ਤੱਟ ਰੇਖਾ ਤੇ ਵਸਦੇ ਦੋ ਘਾਟ ਵੈਸਟਰਨ ਘਾਟਸ ਤੇ ਈਸਟਰਨ ਘਾਟਸ ਪੂਰਬੀ ਤੇ ਪੱਛਮੀ ਘਾਟ ਠੀਕ ਸੋ ਤੇ ਜੇ ਅਸੀਂ ਆਈਲੈਂਡਸ ਪੜ ਲਈਏ ਇੰਡੀਆ ਦਾ ਪੈਨਨਸੂਲਾ ਪੜ ਲਈਏ ਤੇ ਜਿਹੜਾ ਪ੍ਰਾਦੀਪ ਪੜ ਲਈਏ ਆਲੇ-ਦੁਆਲੇ ਵਾਲੇ ਘਾਟ ਤੇ ਕੋਸਟਲਾਈਨ ਪੜ ਲਈਏ ਤੇ ਉਸ ਤੋਂ ਬਾਅਦ ਅਸੀਂ ਉੱਪਰ ਜਾ ਕੇ ਇੰਡੀਆ ਦੇ ਨਾਰਥਰਨ ਪਲੇਨਸ ਪੜ ਲਈਏ ਤੇ ਉਸ ਤੋਂ ਉੱਪਰ ਹਿਮਾਲਿਆਜ਼ ਪੜ ਲਈਏ ਤਾਂ ਆਲਮੋਸਟ ਇੰਡੀਆ ਦੀ ਸਾਰੀ ਦੀ ਸਾਰੀ ਫਿਜ਼ੀਓਗ੍ਰਾਫੀ ਜਿਹੜੀ ਆ ਉਹ ਸਾਡੀ ਰੇਂਜ ਚ ਆ ਜਾਂਦੀ ਹੈ ਠੀਕ ਹੈ ਸੋ ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਇੰਡੀਆ ਦੇ ਆਈਲੈਂਡਸ ਅਗਲੇ ਲੈਕਚਰ 'ਚ ਅਸੀਂ ਪੜ੍ਹਾਂਗੇ ਇੰਡੀਆ ਦਾ ਪਲੇਟੂ ਠੀਕ ਆ ਉਸ ਤੋਂ ਅਗਲੇ ਲੈਕਚਰ 'ਚ ਅਸੀਂ ਪੜ੍ਹਾਂਗੇ ਇੰਡੀਆ ਦੇ ਘਾਟ ਤੇ ਕੋਸਟਲਾਈਨ ਠੀਕ ਆ ਉੱਥੇ ਜਾ ਕੇ ਫਿਜ਼ੀਓਗ੍ਰਾਫੀ ਵਾਲੇ ਚੈਪਟਰ ਨੂੰ ਫੁੱਲ ਸਟਾਪ ਲੱਗ ਜਾਊਗਾ ਪੂਰੀ ਡਿਟੇਲ ਦੇ ਵਿੱਚ ਜੇ ਇੰਡੀਆ ਦੀ ਫਿਜ਼ੀਓਗ੍ਰਾਫੀ ਪੜ੍ਹਨੀ ਆ ਤਾਂ ਮੋਰ ਥੈਨ ਸਫੀਸ਼ੀਐਂਟ ਆ ਆਹ ਵਾਲੇ ਲੈਕਚਰਸ ਤਾਂ ਜੋ ਤੇ ਇਹਦੇ ਵਾਸਤੇ ਜੇ ਕੋਈ ਮੈਨੂੰ ਕਵੇ ਬੈਸਟ ਰੀਕਮੈਂਡਡ ਬੁੱਕ ਤਾਂ ਇੰਗਲਿਸ਼ ਮੀਡੀਅਮ ਦੇ ਵਿੱਚ ਤਾਂ ਤੁਸੀਂ 9th ਕਲਾਸ ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਪਲੱਸ 1 ਦੀ ਸੀਬੀਐਸ ਐਨਸੀਆਰਟੀ ਦੀ ਕਿਤਾਬ ਇੰਡੀਅਨ ਜੀਓਗ੍ਰਾਫੀ ਦੇ ਨਾਮ ਤੋਂ ਦੋਵਾਂ ਚ ਔਰ ਆ ਤੇ ਪੰਜਾਬੀ ਮੀਡੀਅਮ ਚ ਨੌਵੀਂ ਕਲਾਸ ਦੀ ਪੰਜਾਬ ਬੋਰਡ ਦੀ ਕਿਤਾਬ ਉਹੀ ਚੱਲੂਗੀ ਬਸ ਗੱਲੀ ਠੀਕ ਹੈ ਖੈਰ ਆਜੋ ਬਾਕੀ ਆਈਲੈਂਡਸ ਆਫ ਇੰਡੀਆ ਦੇਖੋ ਕੋਨਲ ਮਲਾ ਕੇ ਜੇ ਅਸੀਂ ਇੰਡੀਆ ਦੇ ਆਈਲੈਂਡਸ ਦੀ ਗੱਲ ਕਰੀਏ ਤਾਂ ਇੰਡੀਆ ਚ ਬਹੁਤ ਆਈਲੈਂਡਸ ਨੇ ਠੀਕ ਹੈ ਜੇ ਤੁਸੀਂ ਕਹੋ ਕਿ ਇੰਡੀਆ ਚ ਬਹੁਤ ਆਈਲੈਂਡ ਤਾਂ ਨਹੀਂਗੇ ਅਸੀਂ ਤੇ ਇੱਕ ਦੋ ਹੀ ਸੁਣੇ ਆ ਲਕਸ਼ਦੀਪ ਹੋ ਗਿਆ ਅੰਡੇਮਨ ਦੀ ਕੋ ਬਾਹਰ ਹੋ ਗਿਆ ਨਹੀਂ ਇਨਾ ਆਈਲੈਂਡਸ ਦੇ ਨੇੜੇ-ਨੇੜੇ ਬਹੁਤ ਸਾਰੇ ਆਈਲੈਂਡਸ ਇਹੋ ਜਿਹੇ ਆ ਜਿਹੜੇ ਅੱਜ ਵੀ ਸਾਡੇ ਗਵੰਡੀ ਦੇਸ਼ਾਂ ਨਾਲ ਡਿਸਪਿਊਟਡ ਆ ਜਦੋਂ ਤੁਸੀਂ ਕਰੰਟ ਅਫੇਅਰਸ ਪੜ੍ਹਦੇ ਹੋ ਪਿੱਛੇ ਜੇ ਭਾਜਪਾ ਨੇ ਲੋਕ ਸਭਾ 'ਚ ਇੱਕ ਮੁੱਦਾ ਚੱਕਿਆ ਸੀ ਕਿ ਕਾਂਗਰਸ ਵਾਲਿਆਂ ਨੇ 1975 ਦੇ ਵਿੱਚ ਕਛਬਥੇਵੂ ਆਈਲੈਂਡ ਐਮੀ శ్రీਲੰਕਾ ਨੂੰ ਦੇ ਤਾ ਉਸ ਤੋਂ ਪਹਿਲਾਂ ਇੱਕ ਖਬਰ ਚੱਲੀ ਸੀ ਕਿ ਇੰਡੀਆ ਤੇ ਬੰਗਲਾਦੇਸ਼ ਨਿਊ ਮੂਰੀ ਆਈਲੈਂਡ ਨੂੰ ਲੈ ਕੇ ਵਿਵਾਦਾਂ 'ਚ ਨੇ ਉਸ ਤੋਂ ਪਹਿਲਾਂ ਤੁਸੀਂ ਕਦੀ ਖਬਰ ਸੁਣੀ ਹੋਣੀ ਆ ਕਿ ਭਾਰਤ ਸਰਕਾਰ ਨੇ ਵੀਲਰ ਆਈਲੈਂਡ ਦਾ ਨਾਮ ਬਦਲ ਕੇ ਅਬਦੁਲ ਕਲਾਮ ਆਈਲੈਂਡ ਕਰਤਾ ਉਸ ਤੋਂ ਪਹਿਲਾਂ ਕਦੀ ਖਬਰ ਆਈ ਹੋਊਗੀ ਤੁਹਾਨੂੰ ਕਿ ਸ਼੍ਰੀ ਹਰੀਕੋਟਾ ਆਈਲੈਂਡ ਤੋਂ ਇਸਰੋ ਨੇ ਆਪਣਾ ਫਲਾਣਾ ਰਾਕਟ ਜਾਂ ਜੀਐਸਵੀ ਲਾਂਚ ਕੀਤਾ ਹੈ ਤਾਂ ਜਦੋਂ ਆਪਾਂ ਨੂੰ ਕੋਈ ਕਵੇ ਸ਼੍ਰੀ ਹਰੀਕੋਟਾ ਆਈਲੈਂਡ ਵੀਲਰ ਆਈਲੈਂਡ ਨਿਊ ਮੂਰੀ ਆਈਲੈਂਡ ਕਛਪਥੇਵੂ ਆਈਲੈਂਡ ਤੇ ਉਸ ਤੋਂ ਬਿਨਾ ਕਈ ਵਾਰੀ ਬੰਦਾ ਕਹਿ ਦਿੰਦਾ ਜੀ ਕਿ ਗੰਗਾ ਸਾਗਰ ਆਈਲੈਂਡ ਤੇ ਬਹੁਤ ਤਗੜਾ ਮੇਲਾ ਕਰੰਟ ਅਫੇਅਰਸ ਦੇ ਵਿੱਚ ਆਇਆ ਪਿੱਛੇ ਜੇ ਠੀਕ ਆ ਤਾਂ ਕਰੰਟ ਅਫੇਅਰਸ ਦੇ ਵਿੱਚ ਇੱਕ ਆਈਲੈਂਡ ਆ ਗਿਆ ਫਿਰ ਉਸ ਤੋਂ ਬਾਅਦ ਅਸੀਂ ਕਹਿੰਨੇ ਆ ਕਿ ਅਸੀਂ ਇੱਕ ਬਹੁਤ ਇੰਡੀਆ ਦਾ ਤੇ ਦੁਨੀਆ ਦਾ ਸਭ ਤੋਂ ਹਾਈएस्ट ਸਟੈਚੂ ਦੇਖਿਆ ਸਰਦਾਰ ਪਟੇਲ ਦਾ ਉਹਨੂੰ ਦੇਖਣ ਵਾਸਤੇ ਅਸੀਂ ਨਦਮਧਾ ਨਦੀ ਦੇ ਅੰਦਰ ਇੱਕ ਆਈਲੈਂਡ ਤੇ ਗਏ ਆ ਸਾਧੂ ਬੇਟ ਆਈਲੈਂਡ ਤੇ ਜੇ ਕੋਈ ਪੁੱਛੇ ਨਰਮਦਾ ਨਦੀ ਦੇ ਵਿੱਚ ਸਭ ਤੋਂ ਵੱਡਾ ਆਈਲੈਂਡ ਕਿਹੜਾ ਹੈ ਨਦੀ ਦੇ ਵਿੱਚ ਆਈਲੈਂਡ ਨੂੰ ਦਰਿਆਈ ਟਾਪੂ ਕਿਹਾ ਜਾਂਦਾ ਰਿਵਰਾਈਨ ਆਈਲੈਂਡ ਆਲੀਆ ਬੇਟ ਉੱਥੋਂ ਦਾ ਸਭ ਤੋਂ ਵੱਡਾ ਦਰਿਆਈ ਟਾਪੂ ਆ ਰਿਵਰਾਈਨ ਆਈਲੈਂਡ ਮਜੂਲੀ ਇੰਡੀਆ ਦੀ ਕਿਸੇ ਨਦੀ ਦੇ ਵਿੱਚ ਪਾਇਆ ਜਾਣ ਵਾਲਾ ਸਭ ਤੋਂ ਵੱਡਾ ਆਈਲੈਂਡ ਆ ਜਿਹੜਾ ਕਿ ਬ੍ਰਹਮਪੁੱਤਰਾਂ ਨਦੀ ਚ ਹੈ। ਖੈਰ ਰਿਵਰਸ ਦੇ ਵਿੱਚ ਵੀ ਆਈਲੈਂਡ ਆ। ਉਸ ਤੋਂ ਬਾਅਦ ਜਦੋਂ ਤੁਸੀਂ ਅੱਗੇ ਜਾ ਕੇ ਨਾ ਇੰਡੀਆ ਦੇ ਕਮਨੀ ਮੈਂ ਇੱਕ ਚੈਪਟਰ ਆਪਣੀ ਜਿਹੜੀ ਆ ਜੀਓਗ੍ਰਾਫੀ ਚੱਲ ਰਹੀ ਆ। ਇਹਦੇ ਚ ਮੈਂ ਇੱਕ ਚੈਪਟਰ ਪੜਾਉਣਾ ਟਰਾਂਸਪੋਰਟੇਸ਼ਨ। ਉਹਦੇ ਚ ਮੈਂ ਬਣਾਉਣਾ ਆਪਣਾ ਵਾਟਰਵੇਜ਼ ਤੇ ਵਾਟਰਵੇਜ਼ ਐਂਡ ਪੋਰਟਸ ਭਾਵ ਕੀ ਸਾਡੇ ਜਲਮਾਰਗ ਤੇ ਬੰਦਰਗਾਹਾਂ। ਉੱਥੇ ਮੈਂ ਤੁਹਾਨੂੰ ਪੜ੍ਹਾਉਂਗਾ ਕਿ ਇੰਡੀਆ ਚ ਮੇਜਰ ਤੌਰ ਤੇ 13 ਬੰਦਰਗਾਹਾਂ ਮਸ਼ਹੂਰ ਨੇ। ਜਿਨ੍ਹਾਂ ਨੂੰ ਭਾਰਤ ਸਰਕਾਰ ਪ੍ਰਮੁੱਖ ਬੰਦਰਗਾਹਾਂ ਦੀ ਕੈਟਾਗਰੀ ਚ ਰੱਖਦਾ ਏ ਆਪਣੇ ਪੋਰਟ ਟਰਸਟ ਐਕਟ 1911 ਦੇ ਤਹਿਤ ਖੈਰ ਉਹ ਬਾਦੀਆਂ ਗੱਲਾਂ ਨੇ ਉਦੋਂ ਮੈਂ ਪੜਾਉਂਗਾ ਕਿ ਇੱਕ ਬੰਦਰਗਾਹ ਸਾਡੀ ਹੈਗੀ ਆ ਉਹ ਆ ਕੋਚੀ ਬੰਦਰਗਾਹ ਕਿੱਥੇ ਆ ਜੀ ਕੋਚੀ ਬੰਦਰਗਾਹ ਵਲਿੰਗਟਨ ਆਈਲੈਂਡ ਤੇ ਜਿੰਨੂੰ ਇੱਕ ਅੰਗਰੇਜ਼ 1931 ਤੋਂ ਲੈ ਕੇ 36 ਤੱਕ ਮੇਰੀ ਯਾਦ ਨਹੀਂਗਾ ਇਹ ਤੁਸੀਂ ਯਾਦ ਰੱਖਣਾ ਏ ਕਿ ਇੱਕ ਵਲਿੰਗਟਨ ਨਾਮ ਦਾ ਗਵਰਨਰ ਜਰਨਲ ਭਾਰਤ ਦੇ ਵਿੱਚ ਕਦੋਂ ਆਇਆ ਸੀਗਾ ਐਜ਼ ਗਵਰਨਰ ਜਰਨਲ ਉਹਨੇ ਆ ਕੇ ਇੱਕ ਆਰਟੀਫੀਸ਼ੀਅਲ ਬੰਦਰਗਾਹ ਭਾਰਤ ਚ ਨਿਰਮਾਣ ਕਰਵਾਇਆ ਵਲਿੰਗਟਨ ਬੰਦਰਗਾਹ ਉਹ ਅੱਜ ਦੇ ਕੇਰਲਾ ਚ ਉਸ ਵਲਿੰਗਟਨ ਵਲਿੰਗਟਨ ਆਈਲੈਂਡ ਸੌਰੀ ਉਸ ਆਈਲੈਂਡ ਤੇ ਉਹ ਬੰਦਰਗਾਹ ਸਥਾਪਤ ਆ ਵੇਨਬੰਦ ਲੇਕ ਆ ਉੱਥੇ ਇੰਡੀਆ ਦੀ ਸਭ ਤੋਂ ਲੰਬੀਆਂ ਲੇਕਾਂ ਚੋਂ ਇੱਕ ਲੇਕ ਆ ਉਸ ਲੇਕ ਨੂੰ ਕੱਟ ਕੇ ਉੱਥੇ ਇੱਕ ਆਈਲੈਂਡ ਬਣਾਇਆ ਗਿਆ ਸੋ ਇਹ ਕਿੰਨੇ ਦੇਖੋ ਤੁਸੀਂ ਵੱਖਰੇ ਵੱਖਰੇ ਏਰੀਆਜ਼ ਚੋਂ ਖਬਰਾਂ ਜਾ ਕੇ ਲੈ ਕੇ ਆਓ ਉਹ ਕਿਸੇ ਨਾ ਕਿਸੇ ਆਈਲੈਂਡ ਨਾਲ ਜੁੜ ਰਹੀਆਂ ਜਾ ਕੇ ਸਾਡਾ ਦਿਊ ਇੱਕ ਬੜਾ ਮਸ਼ਹੂਰ ਆਈਲੈਂਡ ਹੈ ਉੱਥੇ ਬੜੀਆਂ ਮਸ਼ਹੂਰ ਬੀਚਸ ਨੇ ਜਿਹੜੇ ਜੇ ਜੇ ਮਤਲਬ ਕਿ ਜਿਹਦੇ ਕੋਲ ਚਾਰ ਪੈਸੇ ਹੁੰਦੇ ਆ ਉਹ ਘੁੰਮਣ ਫਿਰਨ ਬਾਹਰ ਚੱਲਾ ਜਾਂਦਾ ਜਿਨੇ ਇੰਡੀਆ ਚ ਜਾਣਾ ਹੈ ਉਹ ਜਾਂ ਈਸਤ ਦੀਆਂ ਬੀਚਾਂ ਤੇ ਜਾਂਦਾ ਹੈ ਤੇ ਵੈਸਟ ਦੀਆਂ ਬੀਚਾਂ ਚੋਂ ਜੇ ਆਪਾਂ ਦੇਖੀਏ ਤਾਂ ਡਿਊ ਦੀ ਬੀਚ ਬੜੀ ਸਾਫ਼ ਸੁਥਰੀ ਬੀਚ ਸੋ ਸਾਡੇ ਕੋਲ ਤਾਂ ਬੜੇ ਛੋਟੇ ਛੋਟੇ ਆਈਲੈਂਡਸ ਨੇ ਤਾਂ ਅਸੀਂ ਕਿਵੇਂ ਕਹਿ ਦਈਏ ਕਿ ਸਾਡੇ ਦੇਸ਼ ਕੋਲ ਉਹੀ ਦੋ ਜਾਂ ਚਾਰ ਆਈਲੈਂਡ ਨੇ ਸੋ ਸਭ ਤੋਂ ਪਹਿਲੀ ਗੱਲ ਤਾਂ ਇੰਡੀਆ ਚ ਜਿੰਨੇ ਵੀ ਆਫਸ਼ੋਰ ਆਫਸ਼ੋਰ ਦਾ ਮਤਲਬ ਸਮੁੰਦਰ ਦੇ ਅੰਦਰ ਜਾ ਕੇ ਜਿੰਨੇ ਵੀ ਆਈ ਉਹਨਾਂ ਦੀ ਇਹਨਾਂ ਨੇ ਗੱਲ ਕੀਤੀ ਆ ਠੀਕ ਆ ਤਾਂ ਹੁਣ ਇਹਨਾਂ ਚੋਂ ਆਪਾਂ ਕੱਲੇ ਕੱਲੇ ਆਈਲੈਂਡਸ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਜਿਹੜੇ ਦੋ ਮਸ਼ਹੂਰ ਆਈਲੈਂਡਸ ਦੀ ਗੱਲ ਹੁੰਦੀ ਆ ਅੰਡੇਮਨ ਨਿਕੋਬਰ ਤੇ ਦੂਜਾ ਲਕਸ਼ਦਵੀਪ ਦੇਖੋ ਬੇਸਿਕਲੀ ਲਕਸ਼ਦਵੀਪ ਕੀ ਆ ਇੱਕ ਨਾ ਫ੍ਰੈਂਚ ਯੂਨੀਅਨ ਇੱਕ ਆਈਲੈਂਡ ਆ ਬਹੁਤ ਥੱਲੇ ਜੇ ਜਾ ਕੇ ਉਸੇ ਦੀ ਐਕਸਟੈਂਸ਼ਨ ਉੱਪਰ ਤੱਕ ਆਉਂਦੀ ਆ ਫ੍ਰੈਂਚ ਰੀਯੂਨੀਅਨ ਆਈਲੈਂਡ ਅੱਜ ਵੀ ਇੰਡੀਅਨ ਓਸ਼ੀਅਨ ਚ ਇੱਕ ਅਜੀਹਾ ਆਈਲੈਂਡ ਆ ਭਾਵ ਹਿੰਦ ਮਹਾਸਾਗਰ ਵਿੱਚ ਇੱਕ ਅਜਿਹਾ ਟਾਪੂ ਆ ਜਿਹਦੇ ਤੇ ਫਰਾਂਸ ਦਾ ਕਬਜ਼ਾ ਹੈ ਉਸੇ ਦੀ ਐਕਸਟੈਂਸ਼ਨ ਆ ਕੁਝ ਹਿੱਸਾ ਲਕਸ਼ਦਵੀਪ ਦਾ ਤੇ ਬਾਕੀ ਲਕਸ਼ਦਵੀਪ ਜਿਹੜਾ ਹੈ ਉਹ ਕੋਰਲਸ ਤੋਂ ਬਣਿਆ ਹੈ ਹੁਣ ਇਹ ਕੋਰਲਸ ਕੀ ਹੁੰਦੇ ਆ ਕੋਰਲਸ ਇੱਕ ਅਜਿਹੇ ਜੀਵ ਜੰਤੂ ਨੇ ਲਿਵਿੰਗ ਆਰਗਨਿਜ਼ਮਸ ਨੇ ਜਿਹੜੇ ਕੀ ਮਤਲਬ ਕੀ ਕਹਿ ਲੋ ਕਿ ਜਿਨ ਜਿਨਾਂ ਨੂੰ ਆਪਾਂ ਮੈਰਾਇਨ ਆਰਗਾਨਿਜ਼ਮਸ ਕਹਿ ਦਿੰਦੇ ਆ ਸਮੁੰਦਰ ਦੇ ਵਿੱਚ ਪੜੇ ਜਾਣ ਵਾਲੇ ਜੀਵ ਨੇ ਠੀਕ ਆ ਜਿਹੜੇ ਕੀ ਬੜੇ ਆਪਣੇ ਇੱਕ ਫੁੱਲ ਬੂਟੇ ਹੀ ਕਹਿ ਲੋ ਜਿਹੜੇ ਆਪਣੇ ਅੰਦਰ ਇੱਕ ਐਲਗੀ ਦੀ ਮਦਦ ਨਾਲ ਜੀਂਦੇ ਆ ਜਿਹਦਾ ਨਾਮ ਜ਼ੂਜ਼ੈਂਥਲੀ ਹੈ ਉਹ ਐਲਗੀ ਨੂੰ ਐਲਗੀ ਜਿਹੜਾ ਇਹ ਉਹਨੂੰ ਟਿਕਾਣਾ ਮਿਲਦਾ ਏ ਇਨ੍ਹਾਂ ਬੂਟਿਆਂ ਤੋਂ ਕੋਰਲਸ ਦੇ ਬੂਟਿਆਂ ਤੋਂ ਕੋਰਲ ਦੇ ਬੂਟੇ ਨੂੰ ਪੋਲੀਪ ਕਹਿ ਦਿੰਦੇ ਆ ਠੀਕ ਆ ਤਾਂ ਉਹਨੂੰ ਇਸ ਬੂਟੇ ਤੋਂ ਰਹਿਣ ਬਸੇਰਾ ਮਿਲਦਾ ਏ ਤੇ ਇਸ ਬੂਟੇ ਨੂੰ ਕੋਰਲ ਨੂੰ ਉਸ ਜ਼ੂਜ਼ੈਂਥਲੀ ਨਾਮ ਦੇ ਐਲਗੀ ਤੋਂ ਰੋਟੀ ਪਾਣੀ ਦਾ ਪ੍ਰਬੰਧ ਹੁੰਦਾ ਉਹਦਾ ਦੋਵੇਂ ਇੱਕ ਦੂਜੇ ਦੇ ਨਾਲ ਪਿਆਰ ਨਾਲ ਰਹਿੰਦੇ ਆ ਜਦੋਂ ਮਤਲਬ ਉਹ ਜ਼ੂਜ਼ੈਂਥਲੀ ਮਾਰਿਆ ਜਾਵੇ ਤਾਂ ਪੌਲੀਪ ਜਿਹੜਾ ਇਹ ਸੁੱਕ ਜਾਂਦਾ ਹੈ ਤੇ ਬਚਦਾ ਇਹਦੇ ਚ ਵੇਸਟ ਆ ਇਹਦਾ ਤੇ ਉਹ ਹੁੰਦਾ ਹੈ ਪੂਰਾ ਪੱਥਰ ਚੂਨਾ ਪੱਥਰ ਕੈਲਸ਼ੀਅਮ ਕਾਰਬੋਨੇਟ ਫਿਰ ਉਹ ਜਦੋਂ ਕੋਰਲਸ ਦੇ ਉੱਪਰ ਕੋਰਲਸ ਜੰਮਦੇ ਜਾਂਦੇ ਆ ਮਰ ਮਰ ਕੇ ਉਹ ਇੱਕ ਪੱਥਰ ਦਾ ਰੂਪ ਲੈ ਲੈਂਦੇ ਆ ਸੋ ਕੁਝ ਹਿੱਸਾ ਲਕਸ਼ਦਵੀਪ ਦਾ ਕੋਰਲ ਆਈਲੈਂਡ ਤੇ ਬਹੁਤ ਵੱਡਾ ਹਿੱਸਾ ਸਗੋ ਇਹਦਾ ਲਕਸ਼ਦਵੀਪ ਦਾ ਕੋਰਲ ਆਈਲੈਂਡ ਹੈ ਜਿਹੜਾ ਕੋਰਲ ਤੋਂ ਬਣੇ ਹੋਏ ਟਾਪੂ ਆ ਦੂਜੇ ਪਾਸੇ ਆਪਾਂ ਅੰਡੇਮਾਨ ਨਿਕੋਬਾਰ ਤੇ ਚੱਲ ਜੀਏ ਤੇ ਜਿੰਨੂੰ ਯਾਦ ਆ ਕਿ ਦੋ ਪਲੇਟਾਂ ਟੱਕਰੀਆਂ ਸੀ ਉਹਨਾਂ ਦੋ ਪਲੇਟਾਂ ਦੀ ਟੱਕਰਨ ਕਰਕੇ ਵਿੱਚ ਫੋਲਡਿੰਗ ਹੋ ਕੇ ਹਿਮਾਲਿਆਜ਼ ਐਵੇਂ ਟਰਨ ਲੈ ਲਿਆ ਸੀ ਸਿੰਟੈਕਸ ਬੈਂਟ ਲੈ ਲਿਆ ਸੀ ਹਿਮਾਲਿਆ ਨੇ ਤੇ ਹਿਮਾਲਿਆ ਜਦੋਂ ਇੱਧਰ ਨੂੰ ਆ ਗਿਆ ਸੀਗਾ ਆਹ ਪਲੇਟ ਜਿਹੜਾ ਆਹ ਪਲੇਟ ਜਿਹੜਾ ਘੁੰਮਦੀ ਹੋਈ ਇੱਧਰ ਨੂੰ ਆਈ ਤਾਂ ਇਹ ਪਲੇਟ ਅੱਗੇ ਜਾ ਕੇ ਸਮੁੰਦਰ ਦੇ ਵਿੱਚ ਸਮਰਜ ਹੋ ਗਈ ਹੈ ਤੇ ਇਹ ਪਲੇਟ ਕਿੱਥੋਂ ਤੱਕ ਗਈ ਆ ਇੱਥੇ ਤਾਂ ਇਹ ਅਰਨਾਚਲ ਦੇ ਪਹਾੜ ਬਣਾਉਂਦੀ ਆ ਅੱਗੇ ਜਾ ਕੇ ਇਹੀ ਪਲੇਟ ਮਗਾ ਲੈਂਡ ਦੇ ਮਣੀਪੁਰ ਦੇ ਮੀਜ਼ੋਰਾਮ ਦੇ ਲੁਸ਼ਾਈ ਹिल्स ਤੱਕ ਜਾ ਕੇ ਫਿਰ ਉਸ ਤੋਂ ਬਾਅਦ ਇਹ ਮਣੀਪੁਰ ਉੱਥੇ ਚੱਲ ਜਾਂਦੀ ਬਰਮਾ ਚ ਜਿਹਨੂੰ ਅਸੀਂ ਮਾਇਨਮਾਰ ਵੀ ਕਹਿੰਦੇ ਆ ਉੱਥੇ ਜਾ ਕੇ ਇਹ ਅਰਕਨਯੋਮਾ ਦੇ ਪਹਾੜ ਉਸ ਤੋਂ ਅੱਗੇ ਸਮੁੰਦਰ ਚ ਡੁੱਬ ਜਾਂਦੀ ਆ ਤੇ ਡੁੱਬ ਕੇ ਅੱਗੇ ਜਾ ਕੇ ਇੱਕ ਵਾਰ ਥੋੜਾ ਜਿਹਾ ਹਿੱਸਾ ਇਹਦਾ ਬਾਹਰ ਨਿਕਲਦਾ ਹੈ ਉਹ ਜਿੰਨਾ ਕਿ ਹਿੱਸਾ ਇਸ ਪਹਾੜ ਦਾ ਬਾਹਰ ਨਿਕਲਦਾ ਹੈ ਉਹ ਅੱਜ ਦੇ ਜਮਾਨੇ ਚ ਅੰਡੇਮਾਨ ਨਿਕੋਬਾਰ ਦਾ ਉੱਤਰੀ ਹਿੱਸਾ ਹੈ ਤੋ ਜੇ ਕੋਈ ਮੈਨੂੰ ਕਵੇ ਕਿ ਅੰਡੇਮਨ ਨਿਕੋਬਾਰ ਬਾਰੇ ਇਹ ਗੱਲ ਕਹੀ ਜਾ ਸਕਦੀ ਆ ਕਿ ਇਹ ਹਿਮਾਲਿਆ ਦੀ ਹੀ ਐਕਸਟੈਂਸ਼ਨ ਆ ਮੈਂ ਕਹੂੰਗਾ ਯੈਸ ਹੋਰ ਥੋੜਾ ਜਿਹਾ ਡੀਪਲੀ ਜਾ ਕੇ ਮੈਂ ਕਹਾਂ ਕਿ ਇਹ ਅਰਕਨ ਯੋਮਾ ਦੇ ਪਹਾੜ ਆ ਜਿਹੜਾ ਉਹਨਾਂ ਦੀ ਐਕਸਟੈਂਸ਼ਨ ਆ ਬਿਲਕੁਲ ਸਹੀ ਗੱਲ ਆ ਸੋ ਇਹ ਅਰਕਨ ਯੋਮਾ ਦੇ ਪਹਾੜਾਂ ਦਾ ਹੀ ਅੱਗੇ ਫਰਦਰ ਐਕਸਟੈਂਸ਼ਨ ਆ ਸੋ ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਇਹ ਗੱਲ ਸਮਝ ਆ ਗਈ ਤੇ ਦੂਜੇ ਪਾਸੇ ਸਾਨੂੰ ਪਤਾ ਲੱਗ ਗਿਆ ਕਿ ਲਕਸ਼ਦੀਪ ਇੱਕ ਰੀਯੂਨੀਅਨ ਆਈਲੈਂਡ ਸੀਗਾ ਫ੍ਰੈਂਚ ਰੀਯੂਨੀਅਨ ਜਿਹੜਾ ਕਿ ਵੋਲਕੈਨਿਕ ਐਕਟੀਵਿਟੀ ਕਰਕੇ ਬਣਿਆ ਸੀ ਉਸੇ ਦੇ ਡਿਪੋਜ਼ਿਟਸ ਦੇ ਨਾਲ ਇਹ ਜੰਮਿਆ ਹੋਇਆ ਹੈ ਤੇ ਕੁਝ ਹਿੱਸਾ ਜਾਂ ਬਹੁਤਾਤ ਹਿੱਸਾ ਜਿਹੜਾ ਇਹਦਾ ਹੈ ਉਹ ਬੇਸਿਕਲੀ ਕੀ ਹੈ ਇਹ ਉਤੋਂ ਬਣਿਆ ਹੈ ਮੀਨਸ ਕੀ ਆਪਣਾ ਕੋਰਲਸ ਤੋਂ ਬਣਿਆ ਹੋਇਆ ਹੈ ਠੀਕ ਹੈ ਸੋ ਇਹ ਤਾਂ ਆਪਣੇ ਕੋਲ ਮੇਨ ਚੀਜ਼ ਹੋਗੀ ਠੀਕ ਆ ਇਹ ਕਿੱਥੇ ਫੋਟੋ ਆ ਬਸ ਉਹੀ ਲਾਈ ਇੱਥੇ ਅਸਲ ਚ ਇਹਦੀ ਇੰਪੋਰਟੈਂਸ ਅੱਗੇ ਜਾ ਕੇ ਸਮਝ ਆਊਗੀ ਜਦੋਂ ਆਪਾਂ ਅੱਗੇ ਜਾ ਕੇ ਰਮੇਸ਼ ਵਰਮ ਜਾਂ ਪਤਮ ਆਈਲੈਂਡ ਪੜਾਂਗੇ ਫਿਲਹਾਲ ਅਜੇ ਇਸ ਫੋਟੋ ਦਾ ਕੋਈ ਬਹੁਤਾ ਸਿਗਨੀਫੀਕੈਂਸ ਹੈ ਨਹੀਂ ਇੱਕ ਇੱਕ ਕਰਕੇ ਆਈਲੈਂਡਸ ਜਿਹੜੇ ਆ ਪੜਨ ਦੀ ਕੋਸ਼ਿਸ਼ ਕਰਦੇ ਆ ਤਾਂ ਮੰਨ ਕੇ ਚੱਲੋ ਦਾਵਾ ਇਹ ਕੋਈ ਕਹਿੰਦਾ 372 ਆ ਕੋਈ ਕਿੰਨੇ ਜਾਂ ਕੋਈ ਕਿੰਨੇ ਠੀਕ ਆ ਆਲਮੋਸਟ ਕਹਿੰਦੇ ਆ ਕਿ ਇਹ 265 ਦੇ ਅਰਾਊਂਡ ਆਈਲੈਂਡਸ ਨੇ ਜਿਹੜੇ ਕਿ ਮਿਲ ਕੇ ਅੰਡੇਮਾਨ ਨੀਕੋਬਾਰ ਬਣਾਉਂਦੇ ਆ ਤੇ ਜੇ ਅੰਡੇਮਾਨ ਨੀਕੋਬਾਰ ਦੀ ਗੱਲ ਕਰੀਏ ਤਾਂ ਐਗਜ਼ੈਕਟ ਫੋਟੋ ਸਾਨੂੰ ਆਹ ਕਲੀਅਰ ਕਰਦੀ ਆ ਅੰਡੇਮਾਨ ਬਾਰੇ ਇਧਰ ਤੇ ਪਾਸੇ ਵਾਲੀ ਜਿਹੜੀ ਆ ਠੀਕ ਆ ਸੋ ਅੰਡੇਮਾਨ ਨੂੰ ਜੇ ਅਸੀਂ ਦੇਖਣਾ ਚਾਹੀਏ ਗ੍ਰਾਫਿਕਲੀ ਦੇਖਣਾ ਚਾਹੀਏ ਤਾਂ ਸਭ ਤੋਂ ਉੱਪਰਲਾ ਹਿੱਸਾ ਅੰਡੇਮਾਨ ਆਵਲਾ ਠੀਕ ਆ ਆ ਹਿੱਸਾ ਜਿਹੜਾ ਏ ਇਹ ਹੈਗਾ ਜੀ ਨਿਕੋਬਾਰ ਨਿਕੋਬਾਰ ਦੇ ਵਿੱਚ ਵੀ ਦੋ ਹਿੱਸੇ ਆ ਉਸ ਫੋਟੋ ਚ ਇਸ ਗ੍ਰਾਫ ਚ ਸ਼ੋ ਨਹੀਂ ਕੀਤੇ ਇਹਦਾ ਉੱਪਰਲਾ ਹਿੱਸਾ ਹੈ ਕਾਰ ਨਿਕੋਬਾਰ ਥਲੜਾ ਹਿੱਸਾ ਹੈ ਗ੍ਰੇਟ ਨਿਕੋਬਾਰ ਠੀਕ ਆ ਅੰਡੇਮਾਨ ਦੇ ਚਾਰ ਹਿੱਸੇ ਆ ਨਰਦਨ ਅੰਡੇਮਾਨ ਮਿਡਲ ਅੰਡੇਮਾਨ ਸਦਰਨ ਅੰਡੇਮਾਨ ਤੇ ਉਸ ਤੋਂ ਬਾਅਦ ਛੋਟਾ ਲਿਟਲ ਅੰਡੇਮਾਨ ਸੋ ਅੰਡੇਮਾਨ ਦੇ ਜਿਹੜੇ ਸਾਊਥ ਵਾਲਾ ਤੇ ਲਿਟਲ ਅੰਡੇਮਾਨ ਇਹਦੇ ਵਿੱਚ ਜਿਹੜੀ ਪਾਣੀ ਦੀ ਝੀਲ ਆ ਝੀਲ ਕਹਿ ਲੋ ਜਾਂ ਸਮੁੰਦਰ ਦਾ ਜਿਹੜਾ ਹਿੱਸਾ ਪੈਸੇਜ ਆ ਜਿਹੜਾ ਠੀਕ ਆ ਜਾਂ ਜਿਹੜਾ ਵਿੱਚ ਗਲਿਆਰਾ ਬਣਿਆ ਹੋਇਆ ਜਾਂ ਪਾਣੀ ਦੀ ਜਿਹੜੀ ਚੈਨਲ ਵਗਦੀ ਹੈ ਵਿੱਚੋਂ ਉਹਨੂੰ ਲੋਕ ਡਨਕਨ ਪੈਸੇਜ ਕਹਿ ਦਿੰਦੇ ਆ ਡਨਕਨ ਪੈਸੇਜ ਠੀਕ ਉਸ ਤੋਂ ਬਾਅਦ ਆ ਜਾਂਦਾ ਜੀ ਲਿਟਲ ਅੰਡੇਮਾਨ ਲਿਟਲ ਅੰਡੇਮਾਨ ਨੂੰ ਨੀਕੋਬਾਰ ਤੇ ਨੀਕੋਬਾਰ ਚ ਵੀ ਦੋ ਨੀਕੋਬਾਰ ਆ ਉੱਪਰਲਾ ਕਿਹੜਾ ਹੈ ਕਾਰ ਤੇ ਥੱਲੜਾ ਕਿਹੜਾ ਹੈ ਗ੍ਰੇਟ ਅੰਡੇਮਾਨ ਦਾ ਲਿਟਲ ਅੰਡੇਮਾਨ ਤੇ ਨਿਕੋਬਾਰ ਦਾ ਕਾਰਨਿਕੋਬਾਰ ਇਹਨਾਂ ਦੋਵਾਂ ਦੇ ਵਿੱਚ ਜਿਹੜੀ ਲਾਈਨ ਆ ਉਹਨੂੰ ਲੋਕ 10 ਡਿਗਰੀ ਚੈਨਲ ਕਹਿੰਦੇ ਆ ਅਸਲ ਚ ਉਹਨੂੰ 10 ਡਿਗਰੀ ਚੈਨਲ ਕਿਉਂ ਕਿਹਾ ਜਾਂਦਾ ਹੈ ਜੇ ਤੁਹਾਡੇ ਚੋਂ ਕਿਸੇ ਨੇ ਲੈਟੀਟਿਊਡਸ ਪੜੀਆਂ ਹੋਣ ਅਕਸ਼ਾਂਸ਼ ਪੜੀਆਂ ਹੋਣ ਤਾਂ ਜਿਹੜੀ 10 ਡਿਗਰੀ ਅਕਸ਼ਾਂਸ਼ ਆ ਨਾ ਉਹ ਬਿਲਕੁਲ ਵਿਚੋਂ ਵਿੱਚ ਕੱਟਦੀ ਆ ਕਿੰਨੂ ਵੱਲਾ ਲਿਟਲੰਦੇ ਮਾੜ ਨੂੰ ਤੇ ਦੂਜੇ ਪਾਸੇ ਕਿਹੜਾ ਕਾਰਨਿਕੋਬਾਰ ਨੂੰ ਸੋ ਪੇਪਰ ਦੇ ਵਿੱਚ ਆ ਸਕਦਾ ਕਿ 10 ਡਿਗਰੀ ਕਿੰਨੂ ਵੰਡਦੀ ਆ ਡਨਕਨ ਪੈਸੇਜ ਕਿੰਨੂ ਵੰਡਦਾ ਹੈ ਤੇ ਬਿਲਕੁਲ ਆ ਦੇਖੋ ਨਾਰthern ਅੰਡੇ ਲੈਣ ਤੋਂ ਬਿਲਕੁਲ ਰਾਈਟ ਇਧਰ ਰਾਈਟ ਚ ਜਾ ਕੇ ਥੋੜੀ ਜਿਹੀ ਉੱਪਰ ਨਰਕੋਂਡਮ ਆਈਲੈਂਡ ਬੇਸਿਕਲੀ ਇਹ ਆਈਲੈਂਡ ਜਿਹੜਾ ਹੈ ਇਹ ਇਹ ਮੀਨਸ ਕੀ ਇਹ ਕਹ ਲੋ ਕਿ ਇਹ ਵੋਲਕੇਨਿਕ ਆਈਲੈਂਡ 1891 ਕੁਨਵੇਂ ਦੇ ਗੇਟ ਦੇ ਵਿੱਚ ਲਾਸਟ ਵਾਰ ਧੁਖਿਆ ਸੀ ਇਸ ਕਰਕੇ ਇਹਨੂੰ ਵੋਲਕੇਨੋ ਦੀ ਕੈਟਾਗਰੀ ਚ ਰੱਖਿਆ ਗਿਆ ਉਸ ਤੋਂ ਥੱਲੇ ਇੱਕ ਆਈਲੈਂਡ ਆ ਬੈਰਨ ਆਈਲੈਂਡ ਇਹਦੇ ਧੁਖਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹੁਣ ਨਹੀਂ ਧੁਖ ਰਿਹਾ ਜਿਹੜੇ ਵੋਲਕੇਨੋਜ਼ ਹੁੰਦੇ ਆ ਜਲਵਾਲਾ ਮੁਖੀ ਹੁੰਦੇ ਆ ਜੇ ਤਾਂ ਉਹ ਬਿਲਕੁਲ ਧੁਖਣਾ ਬੰਦ ਕਰ ਦੇਣ ਬਲਣਾ ਬੰਦ ਕਰ ਦੇਣ ਤਾਂ ਉਹ ਹੋ ਜਾਂਦੇ ਆ ਐਕਸਟਿੰਕਟ ਵੋਲਕੇਨੋ ਜਿਹੜੇ ਮੌਕੇ ਤੇ ਹਜੇ ਨਹੀਂ ਧੁਖੇ ਮੀਨਸ ਕੀ ਹਜੇ ਉਹਨਾਂ ਚ ਅੱਗ ਨਹੀਂ ਰਹੀ ਪਰ ਲੱਗ ਸਕਦੀ ਆ ਉਹਨਾਂ ਨੂੰ ਕਹਿੰਦੇ ਆ ਡੋਰਮੈਂਟ ਮਤਲਬ ਕਿ ਉਹ ਹਜੇ ਹਾਈਬਰਨੇਟ ਹੋਏ ਹੋਏ ਵੋਲਕੇਨੋਜ਼ ਨੇ ਤੇ ਜਿਹੜੇ ਮਗਤੇ ਆ ਮਗ ਰਹੇ ਆ ਜਿੱਥੋਂ ਕੋਈ ਨਾ ਕੋਈ ਜਵਾਲਾ ਮੁਖੀ ਦੀ ਛੋਟੀ ਮੁੱਟੀ ਛੁਰਲੀ ਜੀ ਆਪਾਂ ਕਹਿੰਦੇ ਆ ਕਿ ਚੱਲਦੀ ਰਹਿੰਦੀ ਆ ਉਹਨਾਂ ਨੂੰ ਕਹਿੰਦੇ ਆ ਐਕਟਿਵ ਵੋਲਕੇਨੋਜ਼ ਜਿਹੜੇ ਪੂਰੇ ਐਕਟਿਵ ਜਵਾਲਾਮੁਖੀ ਹੁੰਦੇ ਆ ਸੋ ਖੈਰ ਇਹ ਨਰਕੋਂਡਮ ਆਈਲੈਂਡ ਤੇ ਬਾਰਨ ਆਈਲੈਂਡ ਇਹ ਵੋਲਕੇਨਿਕ ਆਈਲੈਂਡ ਆ ਠੀਕ ਆ ਸੋ ਇਸ ਤੋਂ ਬਾਅਦ ਇੱਥੇ ਰਿਕਚੀਰ ਆਰਕੀਓਪਲੇਜੀਓ ਆ ਰਿਕਚੀਰ ਆਰਕੀਓਪਲੇਜੀਓ ਦਾ ਮਤਲਬ ਇੱਕ ਹੋਰ ਛੋਟਾ ਜਿਹਾ ਆਈਲੈਂਡਸ ਦਾ ਸਮੂਹ ਆ ਜਿਹੜਾ ਬਿਲਕੁਲ ਅੰਡੇਮਾਨ ਆਈਲੈਂਡਸ ਦੇ ਇਧਰਲੇ ਪਾਸੇ ਆ ਥੱਲੇ ਸੈਨਟਲਿਸ ਆਈਲੈਂਡ ਆ ਜਿਹੜਾ ਕਿ ਅੰਡੇਮਾਨ ਦਾ ਹੀ 파ਟ ਆ ਠੀਕ ਆ ਪਰ ਉਥੇ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਟ੍ਰਾਈਬਸ ਰਹਿੰਦੀਆਂ ਇਵਨ ਕਿ ਉਹਨਾਂ ਨਾਲ ਆਪਣੀ ਹਿਊਮਨ ਇੰਟਰਫੀਰੈਂਸ ਵੀ ਆਲਮੋਸਟ ਜ਼ੀਰੋ ਹੀ ਆ ਠੀਕ ਆ ਭਾਰਤ ਸਰਕਾਰ ਨੇ ਵੀ ਉਹਨਾਂ ਨੂੰ ਆਈਸੋਲੇਟ ਕਰਕੇ ਰੱਖਿਆ ਹੋਇਆ ਹੈ ਖੈਰ ਇੱਕ ਆਈਡੀਆ ਜਾਂ ਲੱਗਿਆ ਸਾਨੂੰ ਕਿ ਹਾਂ ਜੇ ਦੂਜੇ ਪਾਸੇ ਮੈਂ ਲਕਸ਼ਦਵੀਪ ਦੇਖਾਂ ਤਾਂ ਦੇਖੋ ਲਕਸ਼ਦਵੀਪ ਜਿਹੜਾ ਏ ਉਹ ਛੋਟੇ-ਛੋਟੇ ਆਈਲੈਂਡਸ ਦਾ ਸਮੂਹ ਆ ਠੀਕ ਆ ਲਕਸ਼ਦਵੀਪ ਦਾ ਆਈਲੈਂਡਸ ਦਾ ਪਹਿਲਾਂ ਤੇ ਨਾਮ ਵੀ ਉਹਦੇ ਛੋਟੇ-ਛੋਟੇ ਆਈਲੈਂਡਸ ਤੋਂ ਸੀਗਾ ਠੀਕ ਆ ਲੈਕਾਡੀਵੈਂਡ ਮਿਨਾਕੋਏ ਆਈਲੈਂਡਸ 1973 ਚ ਜਾ ਕੇ ਭਾਰਤ ਸਰਕਾਰ ਨੇ ਫੈਸਲਾ ਕੀਤਾ ਕਿ ਸਾਰੇ ਨੂੰ ਕੰਬਾਈਨ ਕਰਕੇ ਇਹਦਾ ਨਾਮ ਲਕਸ਼ਦਵੀਪ ਰੱਖ ਦਿੱਤਾ ਜਾਵੇ ਸੋ ਲਕਸ਼ਦਵੀਪ ਦਾ ਇੱਕ ਆਈਲੈਂਡ ਆ ਮਿਨਾਕੋਏ ਜਿਹੜਾ ਕਿ ਕੋਰਲ ਆਈਲੈਂਡ ਆ ਤੇ ਆ ਵੀ ਕੋਰਲ ਆਈਲੈਂਡ ਹੀ ਆ ਸੋ ਇਹਨਾਂ ਦੋਵਾਂ ਦੇ ਵਿੱਚ ਜਿਹੜੀ ਲਾਈਨ ਜਾਂਦੀ ਆ ਇਹ ਕੋਈ ਦਿਸਦੀ ਨਹੀਂ ਉੱਥੋਂ ਇਹ ਵੀ ਇੱਕ 9 ਡਿਗਰੀ ਲੈਟੀਟਿਊਡ ਆ ਇਸ ਕਰਕੇ ਪੇਪਰ 'ਚ ਆ ਸਕਦਾ ਕਿ ਲਕਸ਼ਦਵੀਪ ਨੂੰ ਉਹਦੇ ਆਪਣੇ ਹੀ ਮਿਨਾਕੋਏ ਆਈਲੈਂਡ ਤੋਂ ਕਿਹੜੀ ਲੈਟੀਟਿਊਡ ਐਡ ਕਰਦੀ ਆ ਤਾਂ ਕਿਹੜੀ ਆ ਭਲਾ 9 ਡਿਗਰੀ ਲੈਟੀਟਿਊਡ ਭਾਬ 9 ਡਿਗਰੀ ਚੈਨਲ ਤੇ ਜੇ ਕੋਈ ਕਵੇ ਕਿ ਲਕਸ਼ਦੀ ਵੀ ਦਾ ਜਿਹੜਾ ਲਾਸਟ ਵਾਲ ਆਈਲੈਂਡ ਆ ਮਿਨਾਕੋਏ ਉਹਨੂੰ ਮਾਲਦੀਵਜ਼ ਦੇ ਮਾਲੇ ਆਈਲੈਂਡ ਤੋਂ ਜਾਂ ਮਾਲਦੀਵਜ਼ ਤੋਂ ਕੌਣ ਐਡ ਕਰਦਾ ਹੈ ਮਾਲਦੀਵਜ਼ ਇੱਕ ਵੱਖਰਾ ਦੇਸ਼ ਆ ਉਹ ਕਰਦੀ ਆ ਜੀ 8 ਡਿਗਰੀ ਚੈਨਲ ਸੋ ਪੇਪਰ ਦੇ ਵਿੱਚ 8 ਡਿਗਰੀ ਚੈਨਲ ਦਾ ਮਤਲਬ ਜਿਹੜੀ ਇਕਵੇਟਰ ਤੋਂ 8 ਡਿਗਰੀ ਉੱਪਰ ਵਾਲਾ ਅਕਸ਼ਾਂਸ਼ ਆ ਭਾਬ ਲੈਟੀਟਿਊਡ ਹੁਣ 8 ਡਿਗਰੀ ਲੈਟੀਟਿਊਡ 9 ਡਿਗਰੀ ਲੈਟੀਟਿਊਡ 10 ਡਿਗਰੀ ਲੈਟੀਟਿਊਡ ਡਨਕਨ ਪੈਸੇਜ ਇਹ ਕੁਝ ਇਹੋ ਜਿਹਿਆਂ ਦਰੇ ਆ ਇੱਕ ਇਹੋ ਜਿਹਿਆਂ ਕੁਝ ਪੈਸੇਜ ਨੇ ਇਹੋ ਜਿਹਿਆਂ ਕੁਝ ਲਾਈਨਸ ਨੇ ਜਿਹੜੀਆਂ ਆਮ ਕਰਕੇ ਪੇਪਰਾਂ ਦੇ ਵਿੱਚ ਉਹੀ ਇੰਪੋਰਟੈਂਟ ਬਣੀਆਂ ਰਹਿੰਦੀਆਂ ਮੈਨੂੰ ਲੱਗਦਾ ਇਹਨਾਂ ਚੋਂ ਇੱਕ ਦਸ ਸਵਾਲ ਡੀਗ ਲੈ ਲੈਂਦੇ ਆ ਠੀਕ ਆ ਸੋ ਹੁਣ ਆਪਾਂ ਸਟਾਰਟ ਕਰਦੇ ਆ ਤੇ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਅੰਡੇਮਾਨ ਦੀਪ ਕੋ ਬਾਰ ਬਾਰੇ ਜਿੰਨੇ ਵੀ ਫੈਕਟਸ ਆਪਾਂ ਅੰਡੇਮਾਨ ਦੀਪ ਕੋ ਬਾਰੇ ਬਾਰੇ ਐਕਸਪਲੋਰ ਕਰ ਸਕਦੇ ਆ ਠੀਕ ਆ ਸੋ ਦੇਖੋ ਇੱਕ ਸ਼ਬਦ ਹੁੰਦਾ ਆਈਲੈਂਡਸ ਨੂੰ ਪੜ੍ਹਦੇ ਹੋਏ ਆਰਕੀਓਪਲੇਜੀਓ ਠੀਕ ਆ ਆਰਕੀਓਪਲੇਜੀਓ ਕੀ ਹੁੰਦਾ ਹੈ ਕਹਿੰਦੇ ਹੁਣ ਮੈਨੂੰ ਇੱਕ ਗੱਲ ਦੱਸੋ ਜੇ ਤੁਸੀਂ ਮੈਨੂੰ ਕਹੋਗੇ ਕਿ ਸਰ ਅਸੀਂ ਜੀਓਲੋਜੀਕਲ ਟਾਈਮਲਾਈਨ ਬਾਰੇ ਨਹੀਂ ਜਾਣਦੇ ਤਾਂ ਮਾੜੀ ਗੱਲ ਤੁਸੀਂ ਸਾਰੇ ਜੀਓਲੋਜੀਕਲ ਟਾਈਮਲਾਈਨ ਬਾਰੇ ਜਾਣਦੇ ਹੋ ਮਤਲਬ ਇੱਕ ਹਿਸਟੋਰੀਕਲ ਟਾਈਮਲਾਈਨ ਹੁੰਦੀ ਹੈ ਜਿਹਨੂੰ ਮੈਂ ਕਹਿ ਸਕਦਾ ਕਿ ਕਿੰਨੇ ਸੌ ਸਾਲ ਪਹਿਲਾਂ ਕਿੰਨੇ ਹਜ਼ਾਰ ਸਾਲ ਪਹਿਲਾਂ ਪਰ ਜੇ ਮੈਂ ਕਹਾਂ ਕਿੰਨੇ ਲੱਖ ਕਿੰਨੇ ਮਿਲੀਅਨ ਤੇ ਕਿੰਨੇ ਬਿਲੀਅਨ ਸਾਲ ਪਹਿਲਾਂ ਦੀ ਗੱਲ ਆ ਤਾਂ ਮੈਂ ਕਹਿ ਸਕਦਾ ਕਿ ਇਹ ਚੀਜ਼ ਜਿਹੜੀ ਆ ਇਹ ਜੀਓਲੋਜੀਕਲ ਟਾਈਮਲਾਈਨ ਆ ਤੇ ਜੀਓਲੋਜੀਕਲ ਟਾਈਮਲਾਈਨ ਬਾਰੇ ਪੜ੍ਹਦੇ ਹੋਏ ਤੁਹਾਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਮੰਨ ਲਓ ਜੇ ਕੋਈ ਕਵੇ ਕਿ ਫਲਾਣਾ 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 ਫਲਾੜਾ ਕਈ ਛੋਟੇ 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 ਆਈਲੈਂਡਸ ਦੇ ਛੋਟੇ ਛੋਟੇ ਟੁਕੜੇ ਨੇ ਕਿ ਇਹ ਸਾਰਿਆਂ ਨੂੰ ਮਿਲਾ ਕੇ ਗਰੁੱਪ ਆਫ ਆਈਲੈਂਡਸ ਬਣਦਾ ਹੈ ਉਹਨਾਂ ਮੈਂ ਕੀ ਕਹਿ ਸਕਦਾ ਤਾਂ ਕਈ ਵਾਰੀ ਅੰਗਰੇਜ਼ੀ ਪੜਾਉਣ ਵਾਲਾ ਬੰਦਾ ਇਹ ਕਹਿ ਸਕਦਾ ਕਿ ਗਰੁੱਪ ਆਫ ਆਈਲੈਂਡਸ ਇਜ਼ ਕਾਲਡ ਆਰਕਿਪੀਲੈਗਿਓ ਜਿੱਥੇ ਆਪਾਂ ਨਹੀਂ ਕਹਿ ਦਿੰਦੇ ਬਹੁਤੇ ਸ਼ਬਦਾਂ ਦੀ ਤਰ੍ਹਾਂ ਇੱਕ ਸ਼ਬਦ ਠੀਕ ਹੈ ਅੰਗਰੇਜ਼ੀ ਵਾਲਾ ਟੀਚਰ ਤੁਹਾਨੂੰ ਇਹ ਗੱਲ ਕਹਦੇ ਜੈਜ ਆ ਜੱਜਦੀ ਵੀ ਹੈ ਕਿਉਂਕਿ ਅੰਗਰੇਜ਼ੀ ਦੇ ਮਤਲਬ ਵਿੱਚ ਅੰਗਰੇਜ਼ੀ ਵਿੱਚ ਬਸ ਇੰਨਾ ਹੀ ਮਤਲਬ ਆ ਕਿ ਆਈਲੈਂਡਸ ਦੇ ਗਰੁੱਪ ਨੂੰ ਆਰਕੀਓਪਲੈਜੀਓ ਕਹਿੰਦੇ ਆ ਪਰ ਜੀਓਗ੍ਰਾਫੀ ਦਾ ਟੀਚਰ ਨਹੀਂ ਕਹੂਗਾ ਉਹ ਕਹੂਗਾ ਅ ਗਰੁੱਪ ਆਫ ਆਈਲੈਂਡਸ ਉਹਨਾਂ ਟਾਪੂਆਂ ਦਾ ਸਮੂਹ ਹੈਵਿੰਗ ਸੇਮ ਟਾਈਮ ਲਾਈਨ ਆਫ ਫਾਰਮੇਸ਼ਨ ਜਿਹੜੇ ਇੱਕੋ ਸਮੇਂ ਕਾਲ ਦੇ ਦੌਰਾਨ ਇੱਕੋ ਜੀਓਲੋਜੀਕਲ ਟਾਈਮ ਲਾਈਨ 'ਚ ਬਣੇ ਹੋਣ ਏ ਨਾ ਹੋਵੇ ਕਿ ਕੋਈ ਬਣਿਆ 500 ਮਿਲੀਅਨ ਸਾਲ ਪਹਿਲਾਂ ਤੇ ਕੋਈ 4 ਬਿਲੀਅਨ ਸਾਲ ਪਹਿਲਾਂ ਉਹਨਾਂ ਦੇ ਸਮੂਹ ਨੂੰ ਆਪਾਂ ਆਰਕੀਓਪਲੇਜੀਓ ਨਹੀਂ ਕਹਿੰਦੇ ਇਸੇ ਕਰਕੇ ਦੁਨੀਆ ਦਾ ਸਭ ਤੋਂ ਵੱਡਾ ਆਰਕੀਓਪਲੇਜੀਓ ਕਿਹੜਾ ਹੈ ਭਲਾ ਇੰਡੋਨੇਸ਼ੀਆ ਜਪਾਨ ਵੀ ਬੜਾ ਮਸ਼ਹੂਰ ਆਰਕੀਓਪਲੇਜੀਓ ਹੈ ਸੋ ਆਰਕੀਓਪਲੇਜੀਓ ਕੀ ਹੈ ਸਮਝ ਆ ਗਈ ਬੇਸਿਕਲੀ ਇਹ ਸਾਰੇ ਕਿਸੇ ਨਾ ਕਿਸੇ ਤਰੀਕੇ ਆਪਾਂ ਕਹਿ ਸਕਦੇ ਹਾਂ ਇਹ ਆਰਕੀਓਪਲੇਜੀਓਜ਼ ਦੀ ਕੈਟਾਗਰੀ 'ਚ ਆਉਂਦੇ ਆ ਪਰ ਖੈਰ ਜਿੰਨੂ ਆਰਕੀਓਪਲੈਜੀਓ ਸ਼ਬਦਾ ਆ ਗਿਆ ਜਦੋਂ ਵੀ ਕਿਤੇ ਤਾਂ ਹੁਣ ਇਹ ਨਾ ਕਹਿ ਦਿਓ ਕਿ ਸਾਡੀ ਰੇਂਜ 'ਚ ਹੈ ਨਹੀਂ ਜਾਂ ਸਾਨੂੰ ਸਮਝ ਨਹੀਂ ਆਇਆ ਗੌਰ ਕਰਿਓ ਦੁਬਾਰਾ ਠੀਕ ਹੈ ਹੁਣ ਦੇਖੋ ਸਭ ਤੋਂ ਪਹਿਲੀ ਗੱਲ ਸਾਨੂੰ ਇਹ ਪਤਾ ਲੱਗ ਗਿਆ ਕਿ ਨੌਰ ਦਾ ਅੰਡੇਮਾਨ ਮਿਡਲ ਅੰਡੇਮਾਨ ਤੇ ਲੋਅਰ ਅੰਡੇਮਾਨ ਲੋਅਰ ਅੰਡੇਮਾਨ ਦੇ ਵਿੱਚ ਪੋਰਟ ਪਲੇਅਰ ਨਾਮ ਦੀ ਇੱਕ ਜਗ੍ਹਾ ਹੈ ਜਿਹੜੀ ਕਿ ਇਸ ਅੰਡੇਮਾਨ ਤੇ ਨਿਕੋਬਾਰ ਦੀ ਕੀ ਹੈ ਰਾਜस्तानी ਹੈ ਇੱਕ ਗੱਲ ਹੋਰ ਬੜੀ ਇੰਪੋਰਟੈਂਟ ਆ ਇਹਨਾਂ ਦੀ ਜਿਹੜੀ ਹਾਈ ਕੋਰਟ ਆ ਉਹ ਆਪਣੀ ਨਹੀਂ ਹੈਗੀ ਇਨਾਂ ਦੀ ਹਾਈ ਕੋਰਟ ਆ ਕਲਕੱਤੇ ਵਾਲੀ ਸੋ ਇਹਨਾਂ ਦਾ ਜਿਹੜਾ ਜੂਰੀਸਡਿਕਸ਼ਨ ਆ ਇਹਨਾਂ ਦਾ ਜਿਹੜਾ ਦਾਇਰਾ ਨਿਆਂਇਕਤਾਰਾ ਹੈ ਉਹ ਕਲਕੱਤਾ ਹਾਈ ਕੋਰਟ ਦੇ ਦਾਇਰੇ ਚ ਆਉਂਦਾ ਹੈ ਹਾਂ ਕਲਕੱਤਾ ਹਾਈ ਕੋਰਟ ਦੀ ਇੱਕ ਬੈਂਚ ਜ਼ਰੂਰ ਪੋਰਟ ਬਲੇਅਰ ਚ ਬੈੰਦੀ ਆ ਉੱਥੇ ਦੋ ਕ ਜੱਜ ਬਿਠਾਏ ਹੋਏ ਆ ਕਿ ਉੱਥੋਂ ਦੇ ਕੇਸਾਂ ਦੀ ਹਾਈ ਕੋਰਟ ਦੇ ਕੇਸਾਂ ਦੀ ਸੁਣਵਾਈ ਉੱਥੇ ਹੋ ਜੇ ਸੋ ਪੇਪਰ ਚ ਆਉਣ ਵਾਲੀ ਹਰ ਇੱਕ ਚੀਜ਼ ਪਤਾ ਹੋਣੀ ਚਾਹੀਦੀ ਆ ਕਿ ਅੰਡੇਮਾਨ ਨੀਕੋਬਾਰ ਦੀ ਕੈਪੀਟਲ ਜਿਹੜੀ ਆ ਪੋਰਟ ਬਲੇਅਰ ਉਹ ਕਿੱਥੇ ਆ ਉਹ ਹੈਗੀ ਆ ਸਦਰਨ ਅੰਡੇਮਾਨ ਚ ਆ ਗੱਲ ਸੌਰੀ ਹਾਂ ਸਾਦ ਸਾਦਨੰਡੇਮਾਨ ਚ ਸੋ ਆਪਣੇ ਕੋਲ ਹੋ ਗਿਆ ਨਾਰਥ ਮਿਡਲ ਤੇ ਸਾਊਥ ਸੰਡੇਮਾਨ ਉਸ ਤੋਂ ਥੱਲੇ ਆ ਗਿਆ ਆਪਣੇ ਕੋਲ ਡਣਕਨ ਪੈਸੇਜ ਉਸ ਤੋਂ ਥੱਲੇ ਆ ਗਿਆ ਆਪਣੇ ਕੋਲ ਲਿਟਲ ਅੰਡੇਮਾਨ ਲਿਟਲ ਅੰਡੇਮਾਨ ਤੋਂ ਥੱਲੇ ਆ ਗਿਆ ਆਪਣੇ ਕੋਲ 10 ਡਿਗਰੀ ਚੈਨਲ ਉਸ ਤੋਂ ਥੱਲੇ ਆ ਗਿਆ ਆਪਣੇ ਕੋਲ ਕਾਰਨਿਕੋਬਾਰ ਉਸ ਤੋਂ ਬਾਅਦ ਅੱਗੇ ਆਪਣੇ ਕੋਲ ਆ ਗਿਆ ਵਿੱਚ ਇੱਕ ਕਾਰਨਿਕੋਬਾਰ ਤੋਂ ਬਾਅਦ ਇੱਕ ਛੋਟਾ ਜਿਹਾ ਹੋਰ ਹਿੱਸਾ ਆਉਂਦਾ ਜਿਹਨੂੰ ਆਪਾਂ ਕਹਿੰਦੇ ਆ ਲਿਟਲ ਨਿਕੋਬਾਰ ਇਸ ਤੋਂ ਬਾਅਦ ਸਭ ਤੋਂ ਥੱਲੜਾ ਹਿੱਸਾ ਆਉਂਦਾ ਹੈ ਗ੍ਰੇਟਰ ਨਿਕੋਬਾਰ ਠੀਕ ਹੈ ਸੋ ਗ੍ਰੇਟਰ ਨਿਕੋਬਾਰ ਦਾ ਜਿਹੜਾ ਸਭ ਤੋਂ ਥੱਲੜਾ ਪੁਆਇੰਟ 2004 ਦੀ ਸੁਨਾਮੀ ਚ ਡੁੱਬ ਗਿਆ ਸੀਗਾ ਇੰਦਰਾ ਪੁਆਇੰਟ ਠੀਕ ਆ ਸੋ ਇਹ ਉਹੀ ਇੰਦਰਾ ਪੁਆਇੰਟ ਆ ਜਿਹਨੂੰ ਆਪਾਂ ਜੇ ਓਵਰਆਲ ਇੰਡੀਆ ਦੀ ਗੱਲ ਕਰੀਏ ਤੇ ਮੈਂ ਸ਼ੁਰੂ ਚ ਪੜਾਇਆ ਸੀ ਕਿ ਇੰਡੀਆ ਦਾ ਸਦਰਨ ਮੋਸਟ ਪੁਆਇੰਟ ਆ ਸਮਝ ਆ ਗਈ ਚੀਜ਼ ਕਿ ਇੰਡੀਆ ਦਾ ਸਭ ਤੋਂ ਥੱਲੜਾ ਦੱਖਣੀ ਬਿੰਦੂ ਜਿਹੜਾ ਹੈ ਉਹ ਇਹ ਆ ਸੋ ਉਮੀਦ ਕਰਦਾ ਕਿ ਸਭ ਤੋਂ ਪਹਿਲਾਂ ਤਾਂ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੁਣ ਦੋ ਤਿੰਨ ਚੀਜ਼ਾਂ ਹੋਰ ਨੇ ਬਹੁਤ ਇੱਕ ਆਪਣੇ ਕੋਲ ਆ ਗਈ ਗ੍ਰੈਂਡ ਚੈਨਲ ਇੱਕ ਤਾਂ ਗ੍ਰੈਂਡ ਚੈਨਲ ਆ ਤੇ ਇੱਕ ਵਰਡ ਇੱਥੇ ਹੋਰ ਹੋਊਗਾ ਜਿਹੜਾ ਉਹਨਾਂ ਨੇ ਲਿਖਿਆ ਹੋਊਗਾ ਗ੍ਰੈਂਡ ਚੈਨਲ ਤੇ ਇੱਕ ਹੋਰ ਮੀਨਸ ਕੀ ਲਾਈਨ ਅ ਚਲੋ ਪਹਿਲਾਂ ਤਾਂ ਗ੍ਰੈਂਡ ਚੈਨਲ ਬਾਰੇ ਦੱਸਦਾ ਮਿੰਟ ਕੋਈ ਹੋਰ ਫੋਟੋ ਹੈ ਇਹਦੇ ਚ ਹਾਂ ਆ ਰਹੀ ਹੈ ਹਾਂ ਆ ਰਿਹਾ ਗ੍ਰੈਂਡ ਚੈਨਲ ਇਸ ਤਰ੍ਹਾਂ ਨੂੰ ਕਿਹਾ ਜਾਂਦਾ ਹੈ ਠੀਕ ਹੈ ਜਿਹੜੀ ਅੰਡੇਮਾਨ ਨੀਕੋਬਾਰ ਨੂੰ ਉਤੋਂ ਇੰਡੋਨੇਸ਼ੀਆ ਦੇ ਸਮਾਤਰਾ ਤੋਂ ਅੱਡ ਕਰਦੀ ਹੈ ਇਸ ਤੋਂ ਬਾਅਦ ਇੱਕ ਆ ਜਾਂਦਾ ਹੈ ਆਪਣੇ ਕੋਲ ਕੋਕੋ ਚੈਨਲ ਕੋਕੋ ਚੈਨਲ ਹੈਗੀ ਆ ਜਿਹੜੀ ਅੰਡੇਮਾਨ ਨੂੰ ਉੱਪਰਲੇ ਪਾਸੇ ਜਿਹੜਾ ਦੇਸ਼ ਆ ਬਰਮਾ ਜਿਹਨੂੰ ਅਸੀਂ ਮਾਇਨਮਾਰ ਕਹਿੰਦੇ ਆ ਉਹਦੇ ਟਵਾੜ ਕਰਦੀ ਹੈ ਪੇਪਰ ਚ ਆਊਗਾ ਕਿ ਬਈ ਗ੍ਰੈਂਡ ਚੈਨਲ ਜਿਹੜੀ ਆ ਅੰਡੇਮਾਨ ਨੀਕੋਬਾਰ ਨੂੰ ਕਿਹੜੇ ਦੇਸ਼ ਟਵਾੜ ਕਰਦੀ ਆ ਇੰਡੋਨੇਸ਼ੀਆ ਦਾ ਇੱਕ ਆਈਲੈਂਡ ਆ ਸੁਮਾਤਰਾ ਤੇ ਮੈਨੂੰ ਲੱਗਦਾ ਕੁਝ 100 ਕਿਲੋਮੀਟਰ ਦੀ ਦੂਰੀ ਤੇ ਹੀ ਆ ਸੁਮਾਤਰਾ ਜੇ ਆਪਾਂ ਉਹਨੂੰ ਅੰਡੇਮਾਨ ਨੀਕੋਬਾਰ ਦੇ ਲਾਸਟ ਵਾਲੇ ਆਈਲੈਂਡ ਤੋਂ ਮਲਾਈਏ ਤਾਂ ਉਹ ਮੈਂ ਫੈਕਟ ਵੀ ਲਿਖਿਆ ਹੋਇਆ ਸੋ ਗ੍ਰੈਂਡ ਚੈਨਲ ਸੈਪਰੇਟਸ ਅੰਡੇਮਾਨ ਨੀਕੋਬਾਰ ਫਰੋਮ ਸੁਮਾਤਰਾ ਜਾ ਇੰਡੋਨੇਸ਼ੀਆ ਤੇ ਦੂਜੇ ਪਾਸੇ ਆ ਤਾਂ ਇਫੈਕਟ ਮੈਨੂੰ ਲੱਗਦਾ ਦੂਜਾ ਵੀ ਇੱਥੇ ਸ਼ਾਇਦ ਲਿਖਿਆ ਹੀ ਹੋਊਗਾ ਠੀਕ ਆ ਤੇ ਇੱਕ ਮਿੰਟ ਹਾਂ ਉਹ ਇਹਨੂੰ ਸਮਾਤਰਾ ਆਈਲੈਂਡ ਤੋਂ ਅੱਡ ਕਰਦੀ ਹੈ ਤੇ ਜਿਹੜੀ ਇੱਕ ਕੋਕੋ ਸਟ੍ਰੇਟ ਆ ਜਾਂ ਕੋਕੋ ਚੈਨਲ ਆ ਉਹ ਮਾਇਨਮਾਰ ਦਾ ਇੱਕ ਆਈਲੈਂਡ ਆ ਕੋਕੋ ਆਈਲੈਂਡ ਜਾਨੀ ਕਿ ਮਾਇਨਮਾਰ ਦਾ ਲਾਸਟ ਇੱਕ ਛੋਟਾ ਜਿਹਾ ਉਹਦੀ ਮੇਨ ਲੈਂਡ ਤੋਂ ਥੋੜੀ ਜਿਹੀ ਥੱਲੇ ਇੱਕ ਛੋਟਾ ਜਿਹਾ ਆਈਲੈਂਡ ਆ ਕੋਕੋ ਆਈਲੈਂਡ ਉਹਦੇ ਨਾਲੋਂ ਅੱਡ ਕਰਦੀ ਹੈ ਕੋਕੋ ਸਟ੍ਰੇਟ ਕਿਸੇ ਨੂੰ ਕੋਈ ਡਾਊਟ ਨੈਕਸਟ ਉਸ ਤੋਂ ਬਾਅਦ ਆਪਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਇਹਦੀ ਜਿਹੜੀ ਕੈਪੀਟਲ ਆ ਪੋਰਟ ਬਲੇਅਰ ਤੇ ਪੋਰਟ ਬਲੇਅਰ ਬਿਲਕੁਲ ਅ ਅੰਡੇਮਾਨ ਦੇ ਸਰਦਨ ਅੰਡੇਮਾਨ ਤੇ ਲੋਕੇਟਿਡ ਆ ਨੈਕਸਟ ਉਸ ਤੋਂ ਬਾਅਦ ਕਿਉਂਕਿ ਮੇਰੀ ਕੋਸ਼ਿਸ਼ ਇਹ ਆ ਕਿ ਕੋਈ ਵੀ ਫੈਕਟ ਇਹੋ ਜਿਹਾ ਨਾ ਹੋਵੇ ਜਿਹੜਾ ਮੈਨੂੰ ਆਈਲੈਂਡਸ ਪੜਾਉਂਦੇ ਹੋਏ ਤੁਹਾਡਾ ਰਹਿ ਜੇ ਕਿਉਂਕਿ ਆਈਲੈਂਡਸ ਦੇ ਮਾਮਲੇ ਦੇ ਵਿੱਚ ਕੋਈ ਕਨਸੈਪਟ ਨਹੀਂ ਹੈਗਾ ਆਈਲੈਂਡਸ ਵਾਲੇ ਇਸ ਚੈਪਟਰ ਦੇ ਵਿੱਚ ਆ ਕੇਵਲ ਤੇ ਕੇਵਲ ਫੈਕਟ ਤੇ ਇਹ ਨਾ ਹੋਵੇ ਕਿ ਫੈਕਟ ਹੀ ਤਾਂ ਡਿਸਕਿਪ ਹੋ ਜਾਣਗੇ ਤੇ ਠੀਕ ਆ ਸੋ ਹਰ ਇੱਕ ਚੀਜ਼ ਸੁਣ ਲਿਓ ਅੰਡਰਸਟੈਂਡ ਕਰ ਲਿਓ ਇਸ ਤੋਂ ਬਾਅਦ ਹੋਰ ਇੱਕ ਚੀਜ਼ ਬੜੀ ਇੰਪੋਰਟੈਂਟ ਆ ਦੇਖੋ ਇੱਕ ਉਹਨਾਂ ਨੇ ਦੱਸਿਆ ਹੋਇਆ ਹੈ ਕਿ 1192 ਕਿਲੋਮੀਟਰ ਦਾ ਡਿਸਟੈਂਸ ਆ ਤੇ ਬਹੁਤ ਥੋੜਾ ਡਿਸਟੈਂਸ ਆ ਏ ਜੇ ਆਪਾਂ ਬਾਕੀ ਦੇਸ਼ਾਂ ਦੇ ਰਿਸਪੈਕਟ ਚ ਦੇਖੀਏ ਸੁਮਾਤਰਾ ਤੋਂ ਅੰਡੇਮਾਨ ਨੀਕੋਬਾਰ ਦਾ ਜਿਹੜਾ ਨੀਕੋਬਾਰ ਵਾਲਾ ਪੋਰਸ਼ਨ ਆ ਉੱਥੋਂ ਸੁਮਾਤਰਾ ਜਿਹੜਾ ਕਿ ਇੱਕ ਛੋਟਾ ਜਿਹਾ ਕਿਉਂਕਿ ਇੰਡੋਨੇਸ਼ੀਆ ਇੰਡੋਨੇਸ਼ੀਆ ਜਿਹੜਾ ਹੈ ਉਹ ਬਹੁਤ ਵੱਡਾ ਆਰਕੀਪੀਲੈਗੋ ਆ ਉਹਦਾ ਇੱਕ ਆਈਲੈਂਡ ਜਿਹੜਾ ਹੈ ਸੁਮਾਤਰਾ ਇਹ ਅੱਗੇ ਜਾ ਕੇ ਜਾਵਾ ਹੈ ਤੇ ਹੋਰ بڑے ਆਈਲੈਂਡ ਉਹਦੇ ਚ ਸੁਮਾਤਰਾ ਆਈਲੈਂਡ ਤੋਂ ਇਹਦੀ ਦੂਰੀ ਦੱਸੀ ਹੈ ਤੇ ਦੋਵਾਂ ਦੇ ਵਿੱਚ ਸੈਪਰੇਟ ਕਰਨ ਵਾਲੀ ਜਿਹੜੀ ਚੈਨਲ ਆ ਉਹਦਾ ਨਾਮ ਆ ਗ੍ਰੈਂਡ ਚੈਨਲ ਲਓ ਜੀ ਇਹ ਵੀ ਆਪਾਂ ਨੂੰ ਕਲੀਅਰ ਹੋ ਗਿਆ ਸੋ ਅੱਗੇ ਆ ਗਿਆ ਇਹਨਾਂ ਇਹ ਜਿਹੜੇ ਆਪਣੇ ਅੰਡੇਮਾਨ ਨਿਕੋਬਾਰ ਆਈਲੈਂਡ ਆ ਇਸ ਆਈਲੈਂਡ ਦੇ ਸੱਜੇ ਇੱਕ ਪਾਸੇ ਦੋ بڑے ਮਸ਼ਹੂਰ ਆਈਲੈਂਡਸ ਨੇ ਜਿਨ੍ਹਾਂ ਨੂੰ ਆਪਾਂ ਬੈਰਨ ਤੇ ਨਰਕੋਂਡਮ ਆਈਲੈਂਡਸ ਕਹਿ ਕੇ ਜਾਣਦੇ ਆ ਬੈਰਨ ਤੇ ਨਰਕੋਂਡਮ ਆਈਲੈਂਡਸ ਦੀ ਖਾਸੀਅਤ ਇਹ ਆ ਕਿ ਇਹ ਦੋਵੇਂ ਜਵਾਲਾਮੁਖੀ ਤੋਂ ਬਣੇ ਹੋਏ ਆ ਤੇ ਇਹ ਦੋਵੇਂ ਇੱਕ ਸਾਈਡ ਤੇ ਆ ਵੈਸੇ ਲੋਕ ਇਹਨਾਂ ਨੂੰ ਅੰਡੇਮਾਨ ਤੇ ਨੀਕੋਬਾਰ ਦਾ ਪਾਰਟ ਹੀ ਸਮਝ ਲੈਂਦੇ ਆ ਠੀਕ ਅ ਅੰਡੇਮਾਨ ਨੀਕੋਬਾਰ ਆਈਲੈਂਡ ਦੀ ਜਿਹੜੀ ਹਾਈਐਸਟ ਪੀਕ ਆ ਉਹ ਨਾਰਥ ਅੰਡੇਮਾਨ ਦੇ ਵਿੱਚ ਤੇ ਉਹਦਾ ਨਾਮ ਕੀ ਆ ਸੈੱਡਲ ਪੀਕ ਸੈੱਡਲ ਪੀਕ ਅੰਡੇਮਾਨ ਨੀਕੋਬਾਰ ਦੀ ਸਭ ਤੋਂ ਉੱਚੀ ਚੋਟੀ ਆ ਤੇ ਸਭ ਤੋਂ ਮੇਨ ਆਈਲੈਂਡ ਜਿਹੜਾ ਹੈ ਨਾ ਉਹ ਸਾਦਰਨ ਅੰਡੇਮਾਨ ਆ ਉਸੇ ਸਾਊਥ ਅੰਡੇਮਾਨ ਦੇ ਵਿੱਚ ਇਹਨਾਂ ਦੀ ਰਾਜਸਥਾਨੀ ਆ ਕੀ ਨਾਮ ਸੀ ਉਹਦਾ ਪੋਰਟ ਬਲੇਅਰ ਉੱਥੇ ਹੀ ਇਹਨਾਂ ਦੀ ਸਭ ਤੋਂ ਮਸ਼ਹੂਰ ਜੇਲ ਜਿਹਨੂੰ ਸੈਲੂਲਰ ਜੇਲ ਕਹਿੰਦੇ ਆ ਜਿਹਦੇ ਵਾਸਤੇ ਨਾਮ ਮਸ਼ਹੂਰ ਹੋਇਆ ਸੀ ਕਾਲੇ ਪਾਣੀ ਵਾਲੀ ਸੋ ਉਹ ਜਿਹੜੀ ਜੇਲ ਆ ਉਹ ਵੀ ਸਾਊਥ ਐਂਡੇਮਾਨ ਸੀ ਆ ਤੇ ਸਭ ਤੋਂ ਇੰਪੋਰਟੈਂਟ ਚੀਜ਼ ਆ ਕਿ ਐਂਡੇਮਾਨ ਨਿਕੋਬਾਰ ਨੂੰ ਇੱਕ ਸਪੈਸ਼ਲ ਨਾਮ ਨਾਲ ਬੁਲਾਇਆ ਜਾਂਦਾ ਹੈ ਮੈਂਸ਼ਨ ਕੀਤਾ ਹੋਣਾ ਹਾਂ ਐਮਰਲਡ ਆਈਲੈਂਡ ਹੁਣ ਐਮਰਲਡ ਆਈਲੈਂਡ ਬੇਸਿਕਲੀ ਹੁੰਦਾ ਕੀ ਹੈ ਦੇਖੋ ਕਹਿੰਦੇ ਆ ਕਿ ਕੁਸ਼ਕ ਆਈਲੈਂਡ ਇਹੋ ਜਿਹੇ ਨੇ ਜਿਹੜੇ ਐਮਰਲਡ ਆਈਲੈਂਡਸ ਦੀ ਕੈਟੇਗਰੀ ਚਾਉਂਦੇ ਨੇ ਜਿਵੇਂ ਆਇਰਲੈਂਡ ਤੇ ਆਈਸਲੈਂਡ ਗ੍ਰੀਨਲੈਂਡ ਇਸ ਕੈਟੇਗਰੀ ਚ ਨਹੀਂ ਆਉਂਦਾ ਉਹਦੀ ਵਜ੍ਹਾ ਇਹ ਆ ਉਹ ਆਈਲੈਂਡ ਜਿੱਥੇ ਟ੍ਰੋਪੀਕਲ ਰੇਨ ਫੋਰੈਸਟ ਤੇ ਸੰਘਣੇ ਰੁੱਖ ਤੇ ਨੇਚਰਲ ਵੈਜੀਟੇਸ਼ਨ ਹੋਵੇ ਮੀਨਸ ਜਿਹੜੇ ਆਈਲੈਂਡਸ ਤੇ ਬਹੁਤ ਜ਼ਿਆਦੀ ਬਨਸਪਤੀ ਹੋਵੇ ਭਾਰਤ ਦਾ ਲਕਸ਼ਦਵੀਪ ਕੋਰਲ ਆਈਲੈਂਡ ਉੱਥੇ ਤਾਂ ਉਹਨੂੰ ਨਾਰਮਲ ਨੇਚਰਲ ਵੈਜੀਟੇਸ਼ਨ ਨਹੀਂ ਮਿਲੂਗੀ ਜ਼ਿਆਦੀ ਉੱਥੇ ਬਹੁਤ ਕੱਟ ਵੈਜੀਟੇਸ਼ਨ ਆ ਐਜ਼ ਕੰਪੇਅਰ ਟੂ ਅੰਡੇਮਾਨ ਨਿਕੋਬਾਰ ਅੰਡੇਮਾਨ ਨਿਕੋਬਾਰ ਚ ਤੁਹਾਨੂੰ ਟ੍ਰੋਪੀਕਲ ਮਤਲਬ ਕਿ ਓਸ਼ਣ ਵਰਖਾ ਰੁੱਤ ਦੇ ਬਹੁਤ ਸਾਰੇ ਆ ਉਹ ਮਿਲਣਗੇ ਰੁੱਖ ਜਿਨ੍ਹਾਂ ਨੂੰ ਆਪਾਂ ਟ੍ਰੋਪੀਕਲ ਰੇਨ ਫੋਰੈਸਟ ਕਹਿ ਦਿੰਦੇ ਆ ਮਤਲਬ ਇਹੋ ਜੇ ਇਹੋ ਜੀ ਬਨਸਪਤੀ ਜਿਹੜੀ ਬੜੀ ਗਰਮੀ ਤੇ ਨਮੀ ਵਾਲੇ ਮੌਸਮ ਓਕ ਉਗਦੀ ਆ ਜਿਵੇਂ ਆਪਣਾ ਜਿਹੜਾ ਅਗਸਤ ਤੋਂ ਜੁਲਾਈ ਅਗਸਤ ਦਾ ਮਹੀਨਾ ਹੈ ਤੁਸੀਂ ਇਹ ਦੇਖੋ ਜੁਲਾਈ ਅਗਸਤ ਦੇ ਮਹੀਨੇ ਚ ਆਪਣੇ ਘਰਾਂ ਦੇ ਬਾਹਰ ਜਾਂ ਵੈਸੇ ਵੀ ਜਿਹੜੇ ਆਪਣੇ ਪਾਰਕ ਵਗੈਰਾ ਬਣੇ ਹੁੰਦੇ ਆ ਉਹਨਾਂ ਚ ਕਿੰਨਾ ਘਾਹ ਉੱਗ ਜਾਂਦਾ ਕਿਉਂਕਿ ਗਰਮ ਹੁੰਦਿਆ ਹੈ ਤੇ ਉੱਪਰੋਂ ਮੀਂਹ ਪੈ ਜਾਂਦਾ ਆ ਆ ਦੋਈ ਚੀਜ਼ਾਂ ਕਿਸੇ ਵੀ ਟਾਈਪ ਦੇ ਆਰਗਾਨਿਜ਼ਮ ਨੂੰ ਗਰੋ ਹੋਣ ਵਾਸਤੇ ਬੈਸਟ ਚਾਹੀਦੀਆਂ ਸੋ ਕਿਸੇ ਵੀ ਪ੍ਰਕਾਰ ਦਾ ਕੋਈ ਬੈਕਟੀਰੀਆ ਹੋਵੇ ਕੋਈ ਵੈਸੇ ਜੀਵ ਹੋਵੇ ਉਹਦੀ ਗਰੋਥ ਦੇ ਵਿੱਚ ਇਹਨਾਂ ਚੀਜ਼ਾਂ ਦਾ ਰੋਲ ਹੁੰਦਾ ਹੈ ਤਾਂ ਹੀ ਤਾਂ ਕਹਿੰਦੇ ਆ ਕਿ ਜੁਲਾਈ ਅਗਸਤ ਦੇ ਮਹੀਨੇ ਦੇ ਵਿੱਚ ਬੈਕਟੀਰੀਆਜ਼ ਦੀ ਗਰੋਥ ਇੰਨੀ ਵੱਧ ਜਾਂਦੀ ਹੈ ਕਿ ਉਸ ਟਾਈਮ ਤਾਂ ਸੜਕਾਂ ਦੇ ਖੜ ਕੇ ਜੂਸ ਪੀਣਾ ਵੀ ਔਖਾ ਹੋ ਜਾਂਦਾ ਹੈ ਕਿ ਉਹ ਵੀ ਬੈਕਟੀਰ ਮਤਲਬ ਕਿ ਉਹ ਉੱਥੋਂ ਵੀ ਆਪਾਂ ਨੂੰ ਬੈਕਟੀਰੀਆ ਜਿਹੜੇ ਆ ਨੁਕਸਾਨ ਕਰ ਸਕਦੇ ਆ ਸੋ ਕਹਿਣ ਦਾ ਮਤਲਬ ਇਹ ਆ ਕਿ ਟ੍ਰੋਪੀਕਲ ਰੇਨ ਫੋਰੈਸਟ ਜਿਹੜੇ ਆ ਬਹੁਤ ਡੈਂਸਲੀ ਪੋਪੂਲੇਟਿਡ ਫੋਰੈਸਟ ਹੁੰਦੇ ਆ ਬੜੇ ਸੰਘਣੇ ਜੰਗਲ ਹੁੰਦੇ ਆ ਤੇ ਇਹਨਾਂ ਦੀ ਪ੍ਰੈਜ਼ੈਂਸ ਬਹੁਤ ਜ਼ਿਆਦੀ ਆ ਅੰਡੇਮਾਨ ਨੀਕੋਬਾਰ ਤੇ ਇਸੇ ਕਰਕੇ ਇਹਨਾਂ ਨੂੰ ਐਮਰਲਡ ਆਈਲੈਂਡ ਕਿਹਾ ਜਾਂਦਾ ਹੈ ਤੇ ਇੱਕ ਆਈਸਲੈਂਡ ਬੜਾ ਮਸ਼ਹੂਰ ਆ ਐਜ਼ ਅ ਏਮਰਲਡ ਆਈਲੈਂਡ ਤੇ ਇੱਕ ਆਇਰਿਸ਼ ਆਈਲੈਂਡ ਜਿਹਨੂੰ ਆਪਾਂ ਆਇਰਲੈਂਡ ਵੀ ਕਹਿ ਦਿੰਦੇ ਆ ਆਇਰਿਸ਼ ਆਈਲੈਂਡ ਬੇਸਿਕਲੀ ਸੋ ਇਹ ਆਪਣੇ ਆਪ ਚ ਬੜੀ ਇੰਪੋਰਟੈਂਟ ਚੀਜ਼ ਆ ਤੇ ਅੰਡੇਮਾਨ ਦੀ ਕੋਬਾਰ ਦੇ ਵਿੱਚ ਨਾ ਇੱਕ ਥਲੜੇ ਪਾਸੇ ਸੈਨਿਟਲੀਜ਼ ਆਈਲੈਂਡ ਉੱਥੇ ਸੈਨਿਟਲੀਜ਼ ਆਬਾਦੀ ਰਹਿੰਦੀ ਆ ਜਿਹੜੀ ਕਿ ਮੰਨਿਆ ਜਾਂਦਾ ਏ ਕਿ ਅੱਜ ਵੀ ਮੇਨਲੈਂਡ ਤੋਂ ਬਹੁਤ ਟੁੱਟੀ ਹੋਈ ਆ ਪਿੱਛੇ ਜੇ ਉੱਥੇ ਨਾ ਇੱਕ ਜੇ ਸੈਨਿਟਲੀਜ਼ ਆਈਲੈਂਡ ਨਾਰਥ ਸੈਨਿਟਲੀਜ਼ ਆਈਲੈਂਡ ਪਿੱਛੇ ਜੇ ਖਬਰਾਂ ਚ ਆ ਗਿਆ ਸੀਗਾ ਬਿਕੋਜ਼ ਉੱਥੇ ਨਾ ਕੋਈ ਕ੍ਰਿਸਚੀਅਨ ਮਿਸ਼ਨਰੀ ਗਿਆ ਸੀ ਕੋਈ ਮੁੰਡਾ ਸੀਗਾ ਮੀਨਸ ਕਿ ਉਹ ਆਪਣੇ ਆਪ ਚ ਇੱਕ ਬਹੁਤ ਵੱਡਾ ਅਸਾਈ ਪ੍ਰਚਾਰਕ ਸੀਗਾ ਜੌਨ ਜਾਂ ਉਹਦਾ ਕੀ ਨਾਮ ਸੀ ਮੈਨੂੰ ਨਹੀਂ ਯਾਦ ਤਾਂ ਉਹਦੀ ਲਾਸ਼ ਮਿਲੀ ਸੀ ਉੱਥੋਂ ਮੀਨਸ ਕਿ ਉਹਦੀ ਕੋਸ਼ਿਸ਼ ਇਹ ਸੀ ਕਿ ਉੱਥੋਂ ਦੇ ਜਿਹੜੇ ਭੁੱਲੇ ਭਟਕੇ ਟ੍ਰਾਈਬਲਸ ਨੇ ਉਹਨਾਂ ਨੂੰ ਮੈਂ ਮਤਲਬ ਕਿ ਪਰਮਾਤਮਾ ਦੇ ਨਾਲ ਜੋੜਾਂ ਤਾਂ ਜਿੰਨੇ ਵੀ ਪ੍ਰਚਾਰਕ ਹੁੰਦੇ ਆ ਜਾਂ ਜਿਹੜੇ ਵੀ ਧਰਮ ਨਾਲ ਸਬੰਧਤ ਹੁੰਦੇ ਆ ਉਹਨਾਂ ਤੇ ਕਈ ਵਾਰੀ ਇਹ ਬਹੁਤ ਵੈਸੇ ਹੀ ਉਹਨਾਂ ਦੇ ਮਨ ਤੇ ਵੈਸੇ ਉਹਨਾਂ ਨੂੰ ਕੋਈ ਫੋਰਸਫੁਲੀ ਨਹੀਂ ਭੇਜਦਾ ਉਹਨਾਂ ਦੇ ਮਨ ਤੇ ਬੜਾ ਦਬਾਅ ਹੁੰਦਾ ਉਹ ਤੁਰੇ ਜਾਂਦੇ ਬੰਦੇ ਨੂੰ ਦੇਖ ਕੇ ਤਰਸ ਘਰੀ ਜਾਣਗੇ ਕਿ ਦੇਖ ਲਾਏ ਰੱਬ ਤੋਂ ਕਿੰਨਾ ਦੂਰ ਆ ਠੀਕ ਆ ਤੇ ਇਹਨੂੰ ਰੱਬ ਦੇ ਨੇੜੇ ਲਿਆਉਣਾ ਹੈ ਤਾਂ ਮਤਲਬ ਇਸ ਤਰੀਕੇ ਦੀ ਮੈਚੋਰ ਨਹੀਂ ਸੀਗਾ ਜਾਇ ਇਹ ਕਹਿ ਲੋ ਕਿ ਬਹੁਤ ਜ਼ਿਆਦਾ ਏਸ ਚੀਜ਼ ਨੂੰ ਲੈ ਕੇ ਪੋゼਸਿਵ ਸੀਗਾ ਕਿ ਦੁਨੀਆ ਦਾ ਹਰ ਬੰਦਾ ਜਿਹੜਾ ਹੈ ਉਹ ਈਸ਼ਾ ਨਾਲ ਜਾਂ ਜੀਸ਼ੂ ਨਾਲ ਜੁੜੇ ਤਾਂ ਉਹ ਨਾਰਥ ਸੈਨੇਟਲਿਨ ਆਈਲੈਂਡ ਤੇ ਚਲਾ ਜਾਂਦਾ ਹੈ ਤਾਂ ਉੱਥੇ ਉਹਦੀ ਮੌਤ ਹੁੰਦੀ ਹੈ ਤਾਂ ਇਹ ਪਿਛਲੇ ਕੁਝ ਸਮੇਂ ਦੀ ਗੱਲ ਆ ਉਸ ਤੋਂ ਬਾਅਦ ਵੀ ਭਾਰਤ ਸਰਕਾਰ ਨੇ ਇੱਕ ਅੱਧੀ ਵਾਰ ਮੰਨ ਬਣਾਇਆ ਪਰ ਭਾਰਤ ਸਰਕਾਰ ਉਹਨਾਂ ਨੂੰ ਬਿਲਕੁਲ ਆਈਸੋਲੇਟਡ ਟ్రਾਈਬ ਡਿਕਲੇਅਰ ਕਰ ਚੁੱਕੀ ਹੈ ਤੇ ਭਾਰਤ ਦੀ ਸਰਕਾਰ ਉਹਨਾਂ ਦੇ ਮਾਮਲੇ 'ਚ ਇੰਟਰਫੇਅਰ ਵੀ ਨਹੀਂ ਕਰਦੀ ਖੈਰ ਆਪਾਂ ਨੂੰ ਇਹ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਤਾਂ ਹੁਣ ਨਾ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਆ ਇਸ ਤੋਂ ਬਾਅਦ ਇੱਕ ਚੀਜ਼ ਆਪਾਂ ਨੂੰ ਨਾ ਕਲੀਅਰ ਆ ਪਿਛੇ ਜੀ ਨਰਿੰਦਰ ਮੋਦੀ ਦੇ ਹੁੰਦੇ ਇੱਕ ਖਬਰ ਹੋਰ ਆਈ ਸੀਗੀ ਨਰਿੰਦਰ ਮੋਦੀ ਨੇ ਜਿੰਨਾ ਵੀ ਇਹ ਅ ਅੰਡੇਮਾਨ ਨਿਕੋਬਾਰ ਆਈਲੈਂਡ ਆ ਇਹਦੇ ਚ ਤਿੰਨ ਆਈਲੈਂਡਸ ਦੇ ਨਾਮ ਬਦਲੇ ਸੀਗੇ ਠੀਕ ਆ ਉਹ ਬਦਲੇ ਕਿਉਂ ਸੀ ਉਹ ਵੀ ਸੁਣ ਲਓ ਇਹ ਆਈਲੈਂਡ ਅ ਅੰਡੇਮਾਨ ਨਿਕੋਬਾਰ ਦੀ ਸਟੋਰੀ ਕੀ ਆ ਪਹਿਲਾਂ ਇਹ ਪੁਰਤਗਾਲੀਆਂ ਦੇ ਕਬਜੇ ਚ ਰਿਹਾ ਸ਼ੁਰੂ ਚ ਇਹ ਆਈਲੈਂਡ ਠੀਕ ਆ ਪੁਰਤਗਾਲੀਆਂ ਤੋਂ ਇਹ ਆਈਲੈਂਡ ਜਿਹੜਾ ਸੀਗਾ ਇਹ ਡੈਨਮਾਰਕ ਵਾਲਿਆਂ ਦੇ ਕਬਜੇ ਚ ਆ ਗਿਆ ਪਹਿਲਾਂ ਡੱਚ ਵਾਲਿਆਂ ਦੇ ਕਬਜੇ ਚ ਆਇਆ ਡੱਚ ਵਾਲਿਆਂ ਤੋਂ ਇਹ ਆਈਲੈਂਡ ਡੈਨਮਾਰਕ ਵਾਲਿਆਂ ਦੇ ਕਬਜੇ ਚ ਆਇਆ ਤੇ ਅੰਗਰੇਜ਼ ਬਹੁਤ ਲੇਟ ਪਹੁੰਚੇ ਇੱਥੇ ਤੁਸੀਂ ਮੰਨ ਕੇ ਚੱਲੋ 1868 1868 ਦੀ 16 ਅਕਤੂਬਰ ਨੂੰ 16 ਅਕਤੂਬਰ 1868 ਨੂੰ ਅੰਗਰੇਜ਼ਾਂ ਨੇ ਡੈਨਮਾਰਕ ਵਾਲਿਆਂ ਨੂੰ ਇਸ ਇੱਕ ਲੜਾਈ 'ਚ ਹਰਾਇਆ ਤੇ ਉਸ ਲੜਾਈ ਤੋਂ ਬਾਅਦ ਡੇਨਜ਼ ਜਾਨੀ ਕਿ ਡੈਨਮਾਰਕ ਦੀ ਜਿਹੜੀ ਈਸਟ ਇੰਡੀਆ ਕੰਪਨੀ ਸੀ ਉਹ ਸਰੈਂਡਰ ਕਰ ਗਈ ਤੇ ਭਾਰਤ 'ਚ ਆਪਣੀ ਜਿਹੜੀ ਲਾਸਟ ਪੋਜੈਸ਼ਨ ਸੀਗੀ ਉਹ ਸੀ ਉਹਨਾਂ ਦੀ ਅੰਡੇਮਨ ਨਿਕੋਬਾਰ ਆਈਲੈਂਡ ਉਹਨੂੰ ਛੱਡ ਕੇ ਇੰਡੀਆ 'ਚੋਂ ਚਲੇਗੀ ਤਾਂ 1 ਜਨਵਰੀ 1869 ਫਰਸਟ ਆਫ ਜੈਨ 1869 ਨੂੰ ਕੰਪਲੀਟ ਤੌਰ ਤੇ ਇਹ ਜਿਹੜਾ ਅੰਡੇਮਨ ਨੀਕੋਬਾਰ ਦਾ ਆਈਲੈਂਡ ਸੀਗਾ ਇਹ ਅੰਗਰੇਜ਼ਾਂ ਦੀ ਪੋゼਸ਼ਨ ਚ ਆ ਗਿਆ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਸ ਆਈਲੈਂਡ ਨੂੰ ਲੰਬੇ ਸਮੇਂ ਬਾਅਦ ਮਨ ਬਣਾਇਆ 1900 ਤੋਂ ਬਾਅਦ ਕਿ ਕਿਉਂ ਨਾ ਇਹਨੂੰ ਸੈਲੂਲਰ ਜੇਲ ਚ ਤਬਦੀਲ ਕਰ ਦਿੱਤਾ ਜਾਵੇ 1907 8 ਜਾਂ 10 ਦੇ ਅਰਾਊਂਡ ਉੱਥੇ ਜੇਲ ਬਣਦੀ ਹੈ ਤੇ ਇਸ ਆਈਲੈਂਡ ਨੂੰ ਜੇਲ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਹੈ ਆਉਂਦਾ ਇਹ ਸਾਲ 1941 1941 ਦੇ ਨੇੜੇ ਜਾ ਕੇ ਜਾਪਾਨ ਦੀ ਸੈਨਾ ਦੇ ਨਾਲ ਮਿਲ ਕੇ ਸੁਭਾਸਚੰਦਰ ਬੋਸ ਜਿਹੜੇ ਆ ਉਹ ਇਸ ਆਈਲੈਂਡ ਨੂੰ ਜਿੱਤ ਲੈਂਦੇ ਆ ਪਹਿਲਾਂ ਸਿੰਗਾਪੁਰ ਜਿੱਤਦੇ ਆ ਫਿਰ ਉਸ ਤੋਂ ਬਾਅਦ ਇੱਥੇ ਉਹ ਅੰਡੇਮਾਨ ਨੂੰ ਸ਼ਹੀਦ ਤੇ ਨੀਕੋਬਾਰ ਨੂੰ ਸਵਰਾਜ ਦਾ ਨਾਮ ਦਿੰਦੇ ਆ ਸੋ ਅੰਡੇਮਾਨ ਨੀਕੋਬਾਰ ਆਈਲੈਂਡ ਜਿਹੜਾ ਸੀਗਾ ਉਹਨੂੰ 1945 ਚ ਜਾਪਾਨ ਦੇ ਸਰੈਂਡਰ ਤੋਂ ਬਾਅਦ ਅੰਗਰੇਜ਼ ਫੇਰ ਓਕੂਪਾਈ ਕਰ ਲੈਂਦੇ ਆ ਤੇ 1947 ਚ ਜਦੋਂ ਭਾਰਤ ਨੂੰ ਆਜ਼ਾਦੀ ਮਿਲਦੀ ਹੈ ਉਹਦੇ ਨਾਲ ਹੀ ਅੰਡੇਮਾਨ ਨੀਕੋਬਾਰ ਨੂੰ ਆਜ਼ਾਦੀ ਮਿਲਦੀ ਹੈ ਸੋ ਉਸ ਵੇਲੇ ਅੰਡੇਮਾਨ ਨਿਕੋਬਾਰ ਦੇ ਵਿੱਚ ਤਿੰਨ ਛੋਟੇ ਛੋਟੇ ਆਈਲੈਂਡ ਸੀਗੇ ਇੱਕ ਆਈਲੈਂਡ ਦਾ ਨਾਮ ਆ ਹੈਵ ਐ ਲੋਕ ਆਈਲੈਂਡ ਇੱਕ ਆਈਲੈਂਡ ਦਾ ਨਾਮ ਆ ਨੀਲ ਆਈਲੈਂਡ ਤੇ ਇੱਕ ਆਈਲੈਂਡ ਦਾ ਨਾਮ ਆ ਰੋਜ਼ ਆਈਲੈਂਡ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਸਮਾਂ ਪਹਿਲਾਂ ਇਹਨਾਂ ਤਿੰਨਾਂ ਆਈਲੈਂਡਸ ਦੇ ਨਾਮ ਬਦਲੇ ਆ ਕਿਉਂਕਿ ਇੱਕ ਗੱਲ ਸਮਝ ਲਓ ਕਿ ਅੰਡੇਮਾਨ ਨਿਕੋਬਾਰ ਵੀ ਇੱਕ ਟਾਈਪ ਦਾ ਆਰਕੀਓਪਲੇਜੀ ਹੋਈ ਆ ਬਿਕੋਜ਼ ਪੂਰੇ ਦਾ ਪੂਰਾ ਆਰਕੀਓਪਲੇਜੀਓ ਨੀਗਾ ਉਹਦਾ ਇੰਨਾ ਕਿ ਹਿੱਸਾ ਜਿਹੜਾ ਹੈ ਨਾ ਆ ਆ ਵਾਲਾ ਹਿੱਸਾ ਜਿਹੜਾ ਆ ਆ ਤੇ ਅੰਡੇਮਾਨ ਦੀ ਇੱਕੋ ਵਾਰ ਹੋ ਗਿਆ ਆ ਵਾਲਾ ਹਿੱਸਾ ਜਿਹੜਾ ਏ ਇਹਨੂੰ ਰੈਕਚਰ ਆਰਕੀਓਪਲੇਜੀਓ ਕਹਿੰਦੇ ਆ ਉਹਦੀ ਵਜ੍ਹਾ ਇਹ ਆ ਕਿ ਆ ਵਾਲੇ ਹਿੱਸੇ ਦੇ ਛੋਟੇ ਛੋਟੇ ਆਈਲੈਂਡਸ ਇੱਕੋ ਸਮੇਂ ਕਾਲ ਦੇ ਦੌਰਾਨ ਬਣੇ ਆ ਸੋ ਇੱਥੇ ਇੱਕ ਆਈਲੈਂਡ ਦਾ ਨਾਮ ਆ ਸਵਰਾਜ ਹੈਵਲੌਕ ਆਈਲੈਂਡ ਉਹਨੂੰ ਪ੍ਰਧਾਨ ਮੰਤਰੀ ਨੇ ਸਵਰਾਜ ਆਈਲੈਂਡ ਦਾ ਨਾਮ ਦਿੱਤਾ ਇੱਥੇ ਇੱਕ ਆਈਲੈਂਡ ਆ ਨੀਲ ਆਈਲੈਂਡ ਉਹਨੂੰ ਸ਼ਹੀਦ ਦਵੀਪ ਦਾ ਨਾਮ ਦਿੱਤਾ ਤੇ ਇਸ ਪਾਸੇ ਇੱਕ ਹੋਰ ਆਈਲੈਂਡ ਆ ਰੋਜ਼ ਆਈਲੈਂਡ ਉਹਨੂੰ ਨਾਮ ਦਿੱਤਾ ਨੇਤਾਜੀ ਸੁਭਾਸ਼ ਚੰਦਰ ਬੋਸ ਸੋ ਤਿੰਨ ਆਈਲੈਂਡਸ ਦੇ ਨਾਮ ਪਿੱਛੇ ਜੇ ਭਾਰਤ ਸਰਕਾਰ ਨੇ ਬਦਲੇ ਆ ਅੰਡੇਮਾਨ ਨਿਕੋਬਾਰ ਦੇ ਵਿੱਚ ਕਲੀਅਰ ਆ ਕਨਸੈਪਟ ਸੋ ਸੁਭਾਸ਼ ਚੰਦਰ ਬੋਸ ਨੇ ਪੂਰੇ ਅੰਡੇਮਾਨ ਤੇ ਨਿਕੋਬਾਰ ਦਾ ਨਾਮ ਸ਼ਹੀਦ ਤੇ ਸਵਰਾਜ ਦਿੱਤਾ ਸੀ ਨਰਿੰਦਰ ਮੋਦੀ ਨੇ ਛੋਟੇ ਛੋਟੇ ਆਈਲੈਂਡਸ ਜਿਹੜੇ ਆ ਕਿਉਂਕਿ ਓਬਵੀਅਸ ਹੀ ਗੱਲ ਆ ਉਹਨਾਂ ਨੂੰ ਜੇ ਆਪਾਂ ਸਮਰਤਿਤ ਕਰਨਾ ਹੈ ਤਾਂ ਪੂਰੀ ਦੀ ਪੂਰੀ ਜੀਓਗ੍ਰਾਫੀ ਦਾ ਨਾਮ ਬਦਲਣਾ ਤਾਂ ਪੋਸੀਬਲ ਨਹੀਂ ਹੁੰਦਾ ਪਰ ਹਾਂ ਜੇ ਆਪਾਂ ਕਿਸੇ ਬੰਦੇ ਨੂੰ ਵਾਕਈ ਕੋਈ ਟ੍ਰਿਬਿਊਟ ਦੇਣਾ ਚਾਹੁੰਦੇ ਆ ਤਾਂ ਉਸ ਆਈਲੈਂਡ ਦੇ ਕਿਸੇ ਛੋਟੇ ਜਿਹੇ ਹਿੱਸੇ ਦਾ ਨਾਮ ਬਦਲਿਆ ਜਾ ਸਕਦਾ ਹੈ ਸੋ ਉਸੇ ਤਹਿਤ ਹੀ ਆ ਕੀਤਾ ਗਿਆ ਮੈਂ ਉਮੀਦ ਕਰਦਾ ਕਿ ਡਨਕਨ ਪੈਸੇਜ ਤੇ ਆ ਸਾਰਾ ਕੋਕੋ ਚੈਨਲ ਹੋ ਗਈ ਗ੍ਰੈਂਡ ਚੈਨਲ ਹੋ ਗਈ ਮੈਨੂੰ ਨਹੀਂ ਲੱਗਦਾ ਕਿ ਹੁਣ ਸ਼ਾਇਦ ਕੋਈ ਫੈਕਟ ਬਚਿਆ ਹੋਊਗਾ ਅੰਡੇਮਾਨ ਨਿਕੋਬਾਰ ਨਾਲ ਰਿਲੇਟਡ ਬਾਕੀ ਇਦਾਂ ਐ ਜਦੋਂ ਤੇ ਇਹ ਪੀਡੀਐਫ ਤੁਹਾਡੀ ਅਪਲੋਡ ਹੋਈ ਇਹ ਤੁਹਾਡੀ ਰਿਸਪੌਂਸਿਬਿਲਟੀ ਆ ਕਿ ਤੁਸੀਂ ਇਹਨੂੰ ਚੰਗੇ ਤਰੀਕੇ ਨਾਲ ਉੱਥੋਂ ਪੜੋ ਤੇ ਕੋਈ ਵੀ ਫੈਕਟ ਮਿਸ ਨਾ ਕਰੋ ਠੀਕ ਆ ਕਿਉਂਕਿ ਆਈਲੈਂਡਸ ਵਾਲੇ ਚੈਪਟਰ ਨੂੰ ਤੁਸੀਂ ਇੰਨਾ ਜ਼ਿਆਦਾ ਇਹ ਨਹੀਂ ਕਹਿ ਸਕਦੇ ਕਿ ਬਸ ਅੰਡੇਮਾਨ ਨੀਕੋਬਾਰ ਚ ਪੜ ਲਿਆ ਕਿੰਨੇ ਆਈਲੈਂਡ ਠੀਕ ਆ ਕਿਹੜਾ ਆਈਲੈਂਡ ਉਹਨੂੰ ਅ ਨੀਕੋਬਾਰ ਨੂੰ ਅਡਡ ਕਰਦਾ ਹੈ ਕਿ ਐਨਡੀ ਗ੍ਰੀ ਚੈਨਲ ਇਹ ਛੋਟੀਆਂ ਗੱਲਾਂ ਨੇ ਜੇ ਫੈਕਟਸ ਦੇ ਮਾਮਲੇ 'ਚ ਆਪਾਂ ਸਟਰੋਂਗ ਹੋਣਾ ਹੈ ਤੇ ਆਪਾਂ ਨੂੰ ਹਰ ਇੱਕ ਚੀਜ਼ ਜਿਹੜੀ ਆ ਪਤਾ ਹੋਣੀ ਚਾਹੀਦੀ ਹੈ ਠੀਕ ਆ ਸੋ ਨੈਕਸਟ ਉਸ ਤੋਂ ਬਾਅਦ ਆ ਗਿਆ ਰਿਚੀ ਆਰਕੀਓਪਲੈਜੀਓ ਬੇਸਿਕਲੀ ਕੁਝ ਖਾਸ ਨਹੀਂ ਗਾ ਵੈਸੇ ਇਹਨੂੰ ਮੈਂ ਇਸ ਤਰੀਕੇ ਨਾਲ ਦੇਖਦਾ ਕਿ ਕੁਝ ਵੀ ਨਹੀਂ ਗਾ ਪੂਰੇ ਅੰਡੇ ਮਾਣ ਦੇ ਨਾਲ ਆ ਜਿਹੜਾ ਛੋਟਾ ਜਿਹਾ ਹਿੱਸਾ ਹੈ ਤੇ ਇਹਦੀ ਖਾਸੀਅਤ ਇਹ ਆ ਕਿ ਜਿਹੜੇ ਤਿੰਨ ਆਈਲੈਂਡਸ ਦਾ ਨਾਮ ਬਦਲਿਆ ਗਿਆ ਉਹਨਾਂ ਚੋਂ ਦੋ ਇੱਕ ਹੈਵੇਲੌਕ ਤੇ ਇੱਕ ਰੋਜ਼ ਇਹਦੇ ਨਾਲ ਸੰਬੰਧਿਤ ਨੇ ਆ ਦੇਖੋ ਦੋ ਆਈਲੈਂਡਸ ਜਿਹੜੇ ਆ ਤਿੰਨਾਂ ਦੇ ਵਿੱਚੋਂ ਉਹ ਇਹਦੇ ਨਾਲ ਸੰਬੰਧਿਤ ਨੇ ਹੈਵੇਲੌਕ ਤੇ ਨੀਲ ਸੌਰੀ ਰੋਜ਼ ਨਹੀਂ ਹੈਵੇਲੌਕ ਤੇ ਜਿਹੜੇ ਉਹ ਆ ਅਪ ਹੈਵੇਲੌਕ ਆਈਲੈਂਡ ਜਿਹਨੂੰ ਸਵਰਾਜ ਤੇ ਨੀਲ ਆਈਲੈਂਡ ਜਿਹਨੂੰ ਸ਼ਹੀਦ ਦਾ ਨਾਮ ਦਿੱਤਾ ਹੈ ਉਹ ਬੇਸਿਕਲੀ ਰਿਚੀ ਆਰਕੀਓਪਲੇਜੀਓ ਨਾਲ ਸੰਬੰਧਤ ਆ ਤੀਸਰਾ ਆਈਲੈਂਡ ਸਦਨੰਦੇਮਾਨ ਨਾਲ ਸੰਬੰਧਤ ਆ ਠੀਕ ਆ ਜਿਹੜਾ ਤੀਸਰਾ ਆਈਲੈਂਡ ਸੀਗਾ ਉਹ ਆ ਦੇਖ ਲਓ ਤੀਸਰਾ ਆਈਲੈਂਡ ਦੀ ਲੋਕੇਸ਼ਨ ਆ ਜਿਹੜੀ ਰੋਜ਼ ਆਈਲੈਂਡ ਦੀ ਉਹ ਸਦਨੰਡੇਮਾਨ ਤੇ ਆ ਸੋ ਤਿੰਨਾਂ ਦੇ ਵਿੱਚੋਂ ਦੋ ਆਈਲੈਂਡ ਜਿਨ੍ਹਾਂ ਦਾ ਮੋਦੀ ਜੀ ਨੇ ਨਾਮ ਬਦਲਿਆ ਉਹ ਰਿਚੀ ਆਰਕੀਓਪਲੇਜੀਓ ਨਾਲ ਸੰਬੰਧਤ ਨੇ ਤੇ ਇਹ ਕੋਈ ਬਹੁਤ ਵੱਡਿਆ ਸਪੈਸ਼ਲ ਕੇਸ ਨਹੀਂਗਾ ਬਸ ਇੰਨੀ ਇੱਕ ਗੱਲ ਆ ਕੀ ਅੰਡੇਮਾਨ ਨੀਕੋਬਾਰ ਦੇ ਇੱਕ ਹੱਥ ਛੋਟਾ ਜਿਹਾ ਇੱਕ ਆਰਕੀਪਲੇਜੀਓ ਆ ਗਰੁੱਪ ਆਫ ਆਈਲੈਂਡਸ ਆ ਜਿਹਨੂੰ ਆਰਕੀਪਲੇਜੀਓ ਦਾ ਨਾਮ ਸਿਰਫ ਇਸ ਕਰਕੇ ਦਿੱਤਾ ਕਿਉਂਕਿ ਇਹਦੀ ਜੀਓਲੋਜੀ ਤੋਂ ਇਹ ਸਮਝ ਆਉਂਦਾ ਹੈ ਕਿ ਇਹ ਇਹ ਟਾਪੂ ਛੋਟੇ ਛੋਟੇ ਜਿਹੜੇ ਆ ਉਹ ਇੱਕੋ ਵੇਲੇ ਮਰਜ ਹੋਏ ਆ ਠੀਕ ਆ ਸੋ ਇਹਨੂੰ ਵੱਖਰੇ ਤੌਰ ਤੇ ਆਰਕੀਪਲੇਜੀਓ ਦਾ ਨਾਮ ਦਿੱਤਾ ਗਿਆ ਨੈਕਸਟ ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਲਕਸ਼ਦਵੀਪ ਦੇਖੋ ਅਸੀਂ ਬੰਗਾਲ ਦੀ ਖਾੜੀ ਦੇ ਵਿੱਚ ਇੰਡੀਆ ਦਾ ਇੱਕ ਬੇਹਤ ਮਸ਼ਹੂਰ ਆਈਲੈਂਡ ਜਿਹੜਾ ਸੀਗਾ ਉਹਨੂੰ ਪੜ ਲਿਆ ਤੇ ਮੈਨੂੰ ਲੱਗਦਾ ਕਿ ਉਹਦੇ ਚੋਂ ਜਿੰਨੇ ਇੱਕ ਇੰਪੋਰਟੈਂਟ ਸਵਾਲ ਲੱਗਦੇ ਸੀ ਕਿ ਐਕਸਪਲੋਰ ਹੋ ਸਕਦੇ ਆ ਬਾਕੀ ਕੋਈ ਫੈਕਟ ਛੱਡ ਗਿਆ ਹੋਵਾਂ ਮੈਂ ਤਾਂ ਪਰ ਮੇਰੀ ਕੋਸ਼ਿਸ਼ ਇਹ ਸੀ ਕਿ ਲਿਖਿਆ ਹਰ ਇੱਕ ਫੈਕਟ ਹੋਵੇ ਕਿ ਇੰਡੀਆ ਦੇ ਕਿਹੜੇ ਆਈਲੈਂਡ ਨੂੰ ਕੀ ਕਿਹਾ ਜਾਂਦਾ ਹੈ ਤਾਂ ਹਰ ਇੱਕ ਫੈਕਟ ਜਿਹੜਾ ਏ ਉਹ ਤੁਹਾਡੇ ਲਈ ਮੈਟਰ ਕਰਦਾ ਹੈ ਖੈਰ ਆਪਾਂ ਆਪਣੇ ਮੁੱਦੇ ਤੇ ਵਾਪਸ ਆਉਂਦੇ ਆ ਅਰਬ ਸਾਗਰ ਦੇ ਵਿੱਚ ਇੰਡੀਆ ਦਾ ਇਹ ਆਈਲੈਂਡ ਜਿੰਨੂੰ ਅਚਨ ਅਚਾਨਕ ਇੰਡੀਆ ਨੂੰ ਯਾਦ ਆਇਆ ਕਿ ਉਹ ਹੋਏ ਸਾਡਾ ਆਈਲੈਂਡ ਆ ਜਾ ਕੇ ਕਬਜ਼ਾ ਕਰੋ ਭਾਰਤ ਤੇ ਪਾਕਿਸਤਾਨ ਦੋਵਾਂ ਨੂੰ ਇੰਨੀ ਸੀ ਯਾਦ 15 ਅਗਸਤ 1947 ਦੇ ਵੇਲੇ ਰੈਂਡਮਲੀ ਭਾਰਤ ਦੀ ਸੈਨਾ ਉੱਥੇ ਪਹੁੰਚੀ ਖਾਲੀ ਜਗ੍ਹਾ ਤੇ ਤੇ ਕਬਜ਼ਾ ਕਰ ਲਿਆ ਤੇ ਕੁਝ ਸਮੇਂ ਬਾਅਦ ਪਾਕਿਸਤਾਨ ਦੇ ਜਹਾਜ਼ ਉੱਥੇ ਪਹੁੰਚ ਗਏ ਕਰਾਚੀ ਵਾਲੇ ਪਾਸਿਓਂ ਪਰ ਜਦੋਂ ਨੂੰ ਉਹ ਪਹੁੰਚੇ ਉਹਦੋਂ ਅਸੀਂ ਪਹੁੰਚੇ ਹੋਏ ਸੀ ਠੀਕ ਹੈ ਸੋ ਬਾਈ ਚਾਂਸ ਔਰ ਬਾਈ ਲੱਕ ਲਕਸ਼ਦਵੀਪ ਜਿਹੜਾ ਹੈ BBC ਹਿੰਦੀ ਦੀ ਇੱਕ YouTube ਤੇ ਰਿਪੋਰਟ ਵੀ ਹੈ ਇਹਦੇ ਤੇ ਕਿ ਕਿਵੇਂ ਬਾਈ ਚਾਂਸ ਲਕਸ਼ਦਵੀਪ ਜਿਹੜਾ ਸੀਗਾ ਉਹ ਇੰਡੀਆ ਦਾ ਹਿੱਸਾ ਬਣਿਆ ਇਨੂ ਲੈਕਾਡਿਵ ਮੈਨਾ ਕੋਏ ਆਈਲੈਂਡਸ ਦੇ ਨਾਮ ਨਾਲ ਛੋਟੇ-ਛੋਟੇ ਗਰੁੱਪਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ 1973 ਚ ਭਾਰਤ ਸਰਕਾਰ ਨੇ ਡਿਸਾਈਡ ਕੀਤਾ ਕਿ ਇਹ ਦਾ ਨਾਮ ਲਕਸ਼ਦਵੀਪ ਰੱਖਿਆ ਜਾਵੇ ਠੀਕ ਆ ਇਹਦਾ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਐਕਸਟੈਂਸ਼ਨ ਆ ਉਸ ਵੋਲਕੇਨਿਕ ਐਕਟੀਵਿਟੀ ਦੀ ਜਿਹੜੀ ਵੋਲਕੇਨਿਕ ਐਕਟੀਵਿਟੀ ਜਿਹੜੀ ਜਵਾਲਾਮੁਖੀ ਪ੍ਰਕਿਰਿਆ ਹੋਈ ਸੀ ਜਦੋਂ ਇੰਡੀਆ ਦੀ ਪਲੇਟ ਅਫਰੀਕਾ ਵੱਲੋਂ ਚੱਲ ਕੇ ਆਈ ਸੀ ਤਾਂ ਥੱਲੇ ਉਹ ਜਿਹੜਾ ਜਵਾਲਾਮੁਖੀ ਫਟਿਆ ਸੀ ਉਸੇ ਜਵਾਲਾਮੁਖੀ ਦੇ ਨਾਲ ਆਪਣੇ ਫ੍ਰੈਂਚ ਰੀਯੂਨੀਅਨ ਮਾਲਦੀਵਜ਼ ਵਰਗੇ ਆਈਲੈਂਡ ਬਣੇ ਆ ਉਹਨਾਂ ਦੇ ਐਕਸਟੈਂਸ਼ਨ ਦੇ ਰੂਪ ਦੇ ਵਿੱਚ ਹੀ ਲਕਸ਼ਦੀਵੀਪ ਟਾਪੂ ਨੂੰ ਦੇਖਿਆ ਜਾਂਦਾ ਹੈ ਬਟ ਇਹਦਾ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਕੋਰਲ ਡਿਪੋਜ਼ਿਟਸ ਕਰਕੇ ਬਣਿਆ ਹੋਇਆ ਜਿਹੜੇ ਕੋਰਲ ਬੂਟੇ ਹੁੰਦੇ ਹਨ ਨਾ ਉਹ ਜਦੋਂ ਸੁੱਕ ਜਾਂਦੇ ਆ ਤੇ ਉਹ ਇੱਕ ਕੈਲਸ਼ੀਅਮ ਕਾਰਬੋਨੇਟ ਦੇ ਰੂਪ ਦੇ ਵਿੱਚ ਇੱਕ ਚਟਾਨ ਦਾ ਰੂਪ ਲੈ ਲੈਂਦੇ ਆ ਫਿਰ ਉਸੇ ਚਟਾਨ ਤੇ ਨਵਾਂ ਕੋਰਲ ਦਾ ਬੂਟਾ ਉੱਗ ਜਾਂਦਾ ਹੈ ਫਿਰ ਉਹਦੇ ਮਰਨ ਤੋਂ ਬਾਅਦ ਉਹ ਵੀ ਚਟਾਨ ਬਣ ਜਾਂਦਾ ਹੈ ਤਾਂ ਵਕਤ ਦੇ ਨਾਲ ਲੰਮੇ ਮਿਲੀਅਨ ਆਫ ইয়ারਸ ਤੋਂ ਬਾਅਦ ਉਹ ਇੱਕ ਪੱਥਰ ਦੇ ਰੂਪ ਦੇ ਵਿੱਚ ਇੱਕ ਕਹਿ ਲਓ ਕਿ ਇੱਕ ਆਈਲੈਂਡ ਦਾ ਰੂਪ ਲੈ ਲੈਂਦੇ ਆ ਸੋ ਇਸ ਤਰੀਕੇ ਦੇ ਆਈਲੈਂਡਸ ਨੂੰ ਕੋਰਲ ਆਈਲੈਂਡਸ ਕਿਹਾ ਜਾਂਦਾ ਹੈ ਸੋ ਇੰਡੀਆ ਦੇ ਬੜੇ ਮਸ਼ਹੂਰ ਕੋਰਲ ਆਈਲੈਂਡਸ ਨੇ ਆਲਮੋਸਟ 36 ਦੇ ਗਰੁੱਪ ਆਰਾਊਂਡ ਛੋਟੇ ਛੋਟੇ ਆਈਲੈਂਡਸ ਨੇ ਜਿਹੜੇ ਜੇ ਆਪਾਂ ਨਾਰਥ ਤੋਂ ਸਾਊਥ ਦੇਖੀਏ ਦੱਖਣ ਤੋਂ ਲੈ ਕੇ ਉੱਤਰ ਤੱਕ ਦੇਖੀਏ ਤਾਂ 8 ਡਿਗਰੀ ਨਾਰਥ ਤੋਂ ਲੈ ਕੇ 12 ਡਿਗਰੀ ਨਾਰਥ ਦੇ ਵਿੱਚ ਛੋਟੇ-ਛੋਟੇ ਆਈਲੈਂਡਸ ਜਿਹੜੇ ਆ ਫੈਲੇ ਹੋਏ ਆ ਇਸ ਆਈਲੈਂਡ ਦੀ ਰਾਜਸਤਾਨੀ ਕਵਾਰਤੀ ਆ ਐਂਡ ਇਹਨਾਂ ਆਈਲੈਂਡਸ ਦੀ ਜਿਹੜੀ ਹਾਈ ਕੋਰਟ ਦੀ ਜੂਰੀਸਡਿਕਸ਼ਨ ਉਹ ਕੋਚੀ ਹਾਈ ਕੋਰਟ ਆ ਜਿਹੜੀ ਕਿ ਕੇਰਲਾ ਦੀ ਹਾਈ ਕੋਰਟ ਆ ਠੀਕ ਆ ਸੋ ਇਹਨਾਂ ਦੇ ਵਿੱਚੋਂ ਜਿਹੜੇ ਮੇਨ ਚਾਰ ਗਰੁੱਪ ਨੇ ਕਵਾਰਤੀ ਗਰੁੱਪ ਅਗਾਤੀ ਮਿਨਾਕੋਏ ਤੇ ਅਮੀਨੀ ਠੀਕ ਆ ਇਹਨਾਂ ਚੋਂ ਸਭ ਤੋਂ ਥੱਲੇ ਹੀ ਪਾਸੇ ਜਿਹੜਾ ਆਈਲੈਂਡ ਆ ਦੈਟ ਇਜ਼ ਆਪਣਾ ਮਿਨਾਕੋਏ ਮਿਨਾ ਕੋਏ ਠੀਕ ਹੈ ਜਿਹੜਾ ਸਭ ਤੋਂ ਥੱਲੜਾ ਹੈ ਤੇ ਮਿਨਾਕੋਏ ਆਈਲੈਂਡ ਤੋਂ 9 ਡਿਗਰੀ ਵਾਲੀ ਚੈਨਲ ਜਿਹੜੀ ਆ ਬਾਕੀ ਲਕਸ਼ਦਵੀਪ ਨੂੰ ਵੱਡ ਕਰਦੀ ਹੈ ਤੇ ਮਿਨਾਕੋਏ ਤੋਂ ਥੱਲੜਾ ਜਿਹੜਾ ਮਾਲਦੀਵਸ ਦਾ ਮਾਲੇ ਆਈਲੈਂਡ ਦੇਖੋ ਮਾਲਦੀਵਸ ਵੀ ਛੋਟੇ ਛੋਟੇ ਆਈਲੈਂਡਸ ਦਾ ਸਮੂਹ ਆ ਪਰ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਆਈਲੈਂਡ ਆ ਮਾਲੇ ਆਈਲੈਂਡ ਉੱਥੇ ਹੀ ਉਹਨਾਂ ਦੀ ਆਪਣੀ ਰਾਸ਼ਟਾਨੀ ਸਥਾਪਤਾ ਠੀਕ ਆ ਮਾਲਦੀਵਸ ਤੱਕ ਸੁਣਿਆ ਸੋਹਣਾ ਖਬਰਾਂ ਚ ਪਿੱਛੇ ਜੇ ਉੱਥੋਂ ਦੀ ਰਾਸ਼ਟਰਪਤੀ ਚੋਣਾ ਹੋਈਆਂ ਤੇ ਉੱਥੇ ਪ੍ਰੋ ਚਾਈਨਾ ਰਾਸ਼ਟਰਪਤੀ ਕੀ ਨਾਮ ਦਾ ਸੋਹਲੇ ਮੈਨੂੰ ਨਾਮ ਭੁੱਲ ਗਿਆ ਜਿਹੜਾ ਰੀਸੈਂਟਲੀ ਹਾਂਜੀ ਕਿਸੇ ਨੂੰ ਯਾਦ ਹੋਵੇ ਵੈਸੇ ਵੀ ਮਾਲਦੀਵਸ ਦੇ ਰਾਸ਼ਟਰਪਤੀ ਨਵੇਂ ਚੁਣੇ ਰਾਸ਼ਟਰਪਤੀ ਦਾ ਨਾਮ ਤੁਹਾਨੂੰ ਕਰੰਟ ਅਫੇਅਰਸ ਦੇ ਵਿੱਚ ਆਵੇ ਚਾਹੇ ਨਾ ਆਵੇ ਬਹੁਤ ਜ਼ਰੂਰੀ ਪਤਾ ਹੋਣਾ ਚਾਹੀਦਾ ਭਾਰਤ ਦੇ ਉਹਨਾਂ ਦੇ ਨਾਲ ਸੰਬੰਧ ਕੋਈ ਬਹੁਤੇ ਸਿਖਾਵੇਂ ਨਹੀਂ ਹੈਗੇ ਹੁਣ ਕਿਉਂਕਿ ਜਿਹੜਾ ਪ੍ਰੋ ਇੰਡੀਆ ਰਾਸ਼ਟਰਪਤੀ ਸੀਗਾ ਉਹ ਚੋਣਾ ਹਾਰ ਗਿਆ ਤੇ ਪ੍ਰੋ ਚਾਈਨਾ ਰਾਸ਼ਟਰਪਤੀ ਉੱਥੋਂ ਦਾ ਰਾਸ਼ਟਰਪਤੀ ਬਣ ਗਿਆ ਖੈਰ ਉੱਥੋਂ ਦੇ ਮਾਲੇ ਆਈਲੈਂਡ ਤੇ ਸਾਡੇ ਮਿਨਾਕੋਆ ਆਈਲੈਂਡ ਦੇ ਵਿੱਚ 8 ਡਿਗਰੀ ਲੈਟੀਟਿਊਡ ਆ ਜਾਂ 8 ਡਿਗਰੀ ਚੈਨਲ ਆ ਜਿਹੜੀ ਦੋਵਾਂ ਨੂੰ ਸੈਪਰੇਟ ਕਰਦੀ ਆ ਠੀਕ ਆ ਸੋ ਖੈਰ ਇਹ ਇਹ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਇਹ ਫ੍ਰੈਂਚ ਰੀਯੂਨੀਅਨ ਹੌਟਸਪੌਟ ਦਾ ਹਿੱਸਾ ਹੈ ਇਹਦਾ ਬਹੁਤ ਵੱਡਾ ਹਿੱਸਾ ਜਿਹੜਾ ਹੈ ਕੋਰਲ ਡਿਪੋਜ਼ਿਟਸ ਤੋਂ ਬਣਿਆ ਹੈ ਉਹਨਾਂ ਦੇ ਉੱਪਰ ਕੋਰਲਸ ਦੇ ਡਿਪੋਜ਼ਿਟਸ ਆ ਗਏ ਤੇ ਸਭ ਤੋਂ ਥੱਲੇ ਮਿਨਾਕੋਆ ਹੈ ਜਿਹੜਾ 9 ਡਿਗਰੀ ਚੈਨਲ ਨਾਲ ਬਾਕੀ ਦੇ ਲਕਸ਼ਦਵੀਪ ਤੋਂ ਅੱਡਾ ਤੇ 8 ਡਿਗਰੀ ਚੈਨਲ ਮਿਨਾਕੋਆ ਨੂੰ ਖੋਦ ਅੱਡ ਕਰਦਾ ਹੈ ਕਿਹਦੇ ਤੋਂ ਪਲਾ ਮਾਲੇ ਆਈਲੈਂਡ ਤੋਂ ਠ ਤੇ ਇੱਥੇ ਇੱਕ ਪੀਟੀ ਆਈਲੈਂਡ ਆ ਜਿਹੜਾ ਕਿ ਟਰਟਲਸ ਦੀ ਬਰੀਡਿੰਗ ਵਾਸਤੇ ਬਹੁਤ ਮਸ਼ਹੂਰ ਆ ਜਿੱਥੇ ਆ ਕੇ ਟਰਟਲਸ ਆਪਣੀ ਬਰੀਡਿੰਗ ਕਰਦੇ ਆ ਠੀਕ ਆ ਸੋ ਹੋਰ ਇਹਦੇ ਚ ਕੋਈ ਬਹੁਤ ਜ਼ਿਆਦਾ ਫੈਕਟਸ ਹੈ ਨਹੀਂ ਖੈਰ ਲਕਸ਼ਦਵੀਪ ਤੇ ਅੰਡੇਮਾਨ ਨਿਕੋਬਾਰੇ ਦੋ ਆਈਲੈਂਡ ਸੀਗੇ ਜਿੰਨਾਂ ਬਾਰੇ ਤੁਹਾਡੀ ਕਨਸੈਪਚੁਅਲ ਕਲੈਰਿਟੀ ਜ਼ਿਆਦੀ ਚਾਹੀਦੀ ਹੈ ਇਸ ਤੋਂ ਬਾਅਦ ਆ ਗਿਆ ਨਿਊ ਮੋਰੀ ਆਈਲੈਂਡ ਜੇ ਆਪਾਂ ਗੱਲ ਕਰੀਏ ਇਹਨੂੰ ਸਾਊਥ ਤਲਪੱਟੀ ਜਾਂ ਪੂਰਬਾਸ਼ਾ ਆਈਲੈਂਡ ਵੀ ਕਿਹਾ ਜਾਂਦਾ ਹੈ ਇਹ ਬੰਗਲਾ ਦੇ ਵਿੱਚ ਨਾਮ ਆ ਪੂਰਬਾਸ਼ਾ ਬੀਸਿਕਲੀ ਇਹ ਆਈਲੈਂਡ ਹੈ ਕਿੱਥੇ ਆ ਇਹ ਆਈਲੈਂਡ ਆਈਲੈਂਡ ਹੈਗਾ ਇਹ ਇੰਡੀਆ ਦੇ ਵੈਸਟ ਬੰਗਾਲ ਤੇ ਬੰਗਲਾਦੇਸ਼ ਦੇ ਬਾਰਡਰ ਤੇ ਇਸ ਆਈਲੈਂਡ ਨੂੰ ਪਿੱਛੇ ਜੇ ਸੁਨਾਮੀ ਆਈ ਸੀ ਠੀਕ ਆ ਤੇ ਉਸ ਤੋਂ ਪਹਿਲਾਂ ਇੱਕ ਬਹੁਤ ਵੱਡੀ ਵੋਲਕੇਨਿਕ ਐਕਟੀਵਿਟੀ ਹੋਈ ਸੀ 90s ਦੇ ਦੌਰ ਚ ਉਦੋਂ ਇਹ ਜਿਹੜਾ ਇਹ ਸੀਗਾ ਆਈਲੈਂਡ ਅਮਰਜ ਹੋ ਗਿਆ ਤੇ ਦੋ ਦੇਸ਼ ਆਪਸ ਵਿੱਚ ਲੜਪੇ ਕਿ ਸਾਡਾ ਹੈ ਸਾਡਾ ਹੈ ਇਹਨਾਂ ਨੇ ਪੂਰਾ ਕਲੇਸ਼ ਕੀਤਾ 2004 ਚ ਸੁਨਾਮੀ ਆਈ ਇਹ ਫੇਰ ਡੁੱਬ ਗਿਆ ਠੀਕ ਆ ਹੁਣ ਇਹ ਕੀ ਆ ਇਹ ਕਈ ਵਾਰ ਡੁੱਬ ਗਿਆ ਕਈ ਵਾਰ ਅਮਰਜ ਸਮਰਜ ਅਮਰਜ ਹੋ ਰਿਹਾ ਤੇ ਜਦੋਂ ਇਹ ਦੁਬਾਰਾ ਅਮਰਜ ਹੋ ਜਾਂਦਾ ਇਹ ਲੜ ਪੈਂਦੇ ਆ ਫਿਰ ਇਹ ਸਮਰਜ ਹੋ ਜਾਂਦਾ ਫਿਰ ਠੰਡੇ ਹੋ ਜਾਂਦੇ ਆ ਸੋ ਇਸ ਆਈਲੈਂਡ ਨੂੰ ਲੈ ਕੇ ਬਸ ਇੰਨੀ ਕੀ ਖਬਰ ਆ ਤੇ ਬਾਕੀ ਹਾਂ ਇੱਥੇ ਕੁਝ ਦੱਸਿਆ ਜਾਂਦਾ ਕਿ ਕੁਝ ਔਇਲ ਦੇ ਖੂਹ ਮਿਲੇ ਆ ਅਸਾਮ ਵਾਲੀ ਜਿਹੜੀ ਰਿਫਟ ਆ ਖਾਈ ਆ ਉਸੇ ਦੀ ਪੈਰਲਲ ਖਾਈ ਚ ਸੋ ਰੌਲਾ ਤਾਂ ਸਾਰਾ ਤੇਲ ਦਾ ਇਹਨਾਂ ਨੂੰ ਠੀਕ ਆ ਖੈਰ ਉਹਨੂੰ ਹਜੇ ਐਕਸਪਲੋਰ ਕਰਨ ਵਾਸਤੇ ਭਾਰਤੀ ਕੰਪਨੀਆਂ ਸੀਗੀਆਂ ਰਿਲਾਈਐਂਸ ਜਿਨ੍ਹਾਂ ਨੇ ਉਹ ਪ੍ਰੋਜੈਕਟ ਫੜਿਆ ਸੀਗਾ ਤਾਂ ਖੈਰ ਉਹ ਵੀ ਫਿਰ ਹਜੇ ਪੂਰੇ ਤਰੀਕੇ ਨਾਲ ਡੀਕੋਡ ਨਹੀਂ ਮਤਲਬ ਕਿ ਉਹਦੀ ਕਲੈਰਿਟੀ ਨਹੀਂ ਆਈ ਕਿਉਂਕਿ ਹਜੇ ਇਹ ਡਿਸਪਿਊਟਡ ਟੈਰੀਟਰੀ ਹੈ ਇੰਡੀਆ ਦੇ ਉਹਦੇ ਚ ਉਸ ਤੋਂ ਬਾਅਦ ਦਿਊ ਆਈਲੈਂਡ ਜਾਨੂੰ ਸ਼ਾਇਦ ਇਹ ਪਤਾ ਹੋਵੇ ਕਿ ਇੰਡੀਆ ਦਾ ਜੇ ਅਸੀਂ ਗੁਜਰਾਤ ਵਾਲਾ ਹਿੱਸਾ ਦੇਖੀਏ ਤਾਂ ਇਸ ਤਰੀਕੇ ਦਾ ਗੁਜਰਾਤ ਦਾ ਗ੍ਰਾਫ ਆ ਠੀਕ ਹੈ ਤੇ ਸਾਨੂੰ ਪਤਾ ਹੈ ਕਿ ਇਸ ਪਾਸੇ ਦਮਨ ਇਸ ਪਾਸੇ ਦਿਊ ਆ ਇੱਕ ਗਲਫ ਆ ਇਹਨੂੰ ਕਹਿੰਦੇ ਆ ਗਲਫ ਆਫ ਖੰਬਤ ਖੰਬਤ ਦੀ ਖਾੜੀ ਜਾਂ ਗਲਫ ਆਫ ਕੈਂਬੇ ਕੈਂਬੇ ਗਲਫ ਆਫ ਕੈਂਬੇ ਜਾਨੀ ਪੰਜਾਬੀ ਚ ਜਾਂ ਹਿੰਦੀ ਚ ਕਹ ਲਈਏ ਤਾਂ ਖੰਬਤ ਦੀ ਖਾੜੀ ਹੈ ਸੋ ਇਸੇ ਦੇ ਆਲੇ ਦੁਆਲੇ ਦਮਨ ਦਿਊ ਦਾਦਰਾ ਤੇ ਨਗਰ ਹਵੇਲੀ ਨੇ ਇਹ ਚਾਰ ਆਈਲੈਂਡਸ ਨੇ ਦਮਨ ਦਿਊ ਤੇ ਦਾਦਰਾ ਨਗਰ ਹਵੇਲੀ ਇਹਨਾਂ ਆਈਲੈਂਡਸ ਦੀ ਕੋਈ ਵੈਸੇ ਕੋਈ ਇੰਪੋਰਟੈਂਸ ਨਹੀਂ ਹੈਗੀ ਬਸ ਇੰਨੀ ਕੀ ਇੰਪੋਰਟੈਂਸ ਆ ਕਿ ਇਹ ਬੀਚ ਵਾਸਤੇ ਜਾਦੇ ਵਧੀਆ ਹੈ ਤੇ ਇਹਨਾਂ ਦੇ ਨੇੜੇ ਹੀ ਦਵਾਰਕਾ ਸੀਗੀ ਜਿਹੜੀ ਸਮਰਜ ਹੋ ਗਈ ਸੀ ਪਾਣੀ ਚ ਠੀਕ ਆ ਤਾਂ ਦਵਾਰਕਾ ਇੱਕ ਬਹੁਤ ਰਿਲੀਜੀਅਸ ਪਲੇਸ ਆ ਜੇ ਅਸੀਂ ਸਨਾਤਨ ਧਰਮ ਨੂੰ ਸਮਝਦੇ ਹੋਈਏ ਨਾ ਤਾਂ ਉਹ ਜਿਹੜਾ ਦਵਾਰਕਾ ਨਗਰ ਸੀਗਾ ਉਹ ਇਸੇ ਪਾਸੇ ਵਾਲੀ ਗੁਜਰਾਤ ਕੋਸਟ ਤੇ ਸੀਗਾ ਤੇ ਉਹ ਸਮਰਜ ਹੋ ਗਿਆ ਸੀਗਾ ਠੀਕ ਆ ਜਦੋਂ ਪੁਰਾਣੇ ਟਾਈਮਾਂ ਦੇ ਵਿੱਚ ਤਾਂ ਇਹ ਆਈਲੈਂਡਸ ਦੀ ਖਾਸੀਅਤ ਕੀ ਆ ਕਿ ਸਮੇਂ ਦੇ ਨਾਲ ਇਹ ਕਈ ਵਾਰੀ ਅਮਰਜ ਜਾਂ ਸਮਰਜ ਹੁੰਦੇ ਰਹਿੰਦੇ ਆ ਸੋ ਖੈਰ ਨੈਕਸਟ ਉਸ ਤੋਂ ਬਾਅਦ ਅਗਲਾ ਆਈਲੈਂਡ ਸਾਡੇ ਵਾਸਤੇ ਆ ਮਜੂਲੀ ਆਈਲੈਂਡ ਬੀਸਿਕਲੀ ਆਪਣੇ ਆਪ ਦੇ ਵਿੱਚ ਇੱਕ ਡਰਾਈਟ ਆਪੂ ਆ ਰੀਵਰਾਈਟ ਆਪੂ ਦਾ ਮਤਲਬ ਮਤਲਬ ਜائیں ਕਹਿ ਲੋ ਰਿਵਰਾਈਨ ਆਈਲੈਂਡ ਕੀ ਹੁੰਦਾ ਹੈ ਕਿ ਜਦੋਂ ਇੱਕ ਨਦੀ ਆਪਣੇ ਅਨਾਲ ਲਿਆਉਂਦੇ ਹੋਈ ਮਿੱਟੀ ਨੂੰ ਕਿਸੇ ਜਗ੍ਹਾ ਤੇ ਅੰਦਰ ਡਿਪੋਜ਼ਿਟ ਕਰ ਦੇ ਤੇ ਉਹਦੇ ਕਰਕੇ ਜੇ ਕੋਈ ਆਈਲੈਂਡ ਬਣ ਜੇ ਨਾ ਤਾਂ ਉਹ ਬੇਸਿਕਲੀ ਰਿਵਰਾਈਨ ਆਈਲੈਂਡ ਕਹਾਉਂਦਾ ਹੈ ਇਹਦੇ ਅੰਦਰ ਬ੍ਰਹਮਪੁੱਤਰਾ ਦੇ ਵਾਸਤੇ ਇਹ ਕੰਮ ਕੀਤਾ ਹੈ ਉਹਦੀ ਇੱਕ ਟ੍ਰਿਬਿਊਟਰੀ ਲੋਹੀਤ ਦਰਿਆ ਨੇ ਲੋਹੀਤ ਇੱਕ ਬਹੁਤ ਮਸ਼ਹੂਰ ਟ੍ਰਿਬਿਊਟਰੀ ਆ ਜਿਹਦੇ ਬਾਰੇ ਮੈਂ ਉਦੋਂ ਪੜ੍ਹਾਉਂਗਾ ਜਦੋਂ ਮੈਂ ਡਰੇਨੇਜ ਆਫ ਇੰਡੀਆ ਪੜ੍ਹਾਉਂਗਾ ਤਾਂ ਉਹ ਸ਼ਾਇਦ ਹੁਣ ਤਾਂ ਇੰਡੀਆ ਨੇ ਬਹੁਤ ਵੱਡੇ ਵੱਡੇ ਪੁਲ ਬਣਾ ਲਏ ਅੱਜ ਤੋਂ 10 ਸਾਲ ਪਹਿਲਾਂ ਜਦੋਂ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਬਣੇ ਆ ਉਸ ਵੇਲੇ ਇੱਕ ਪੁਲ ਬਣਿਆ ਸੀਗਾ ਰੇਲਵੇ ਰੋਡ ਰੇਲਵੇ ਬ੍ਰਿਜ ਭੂਪੇਨ ਹਾਜ਼ਰਕਾ ਉਹ ਇਸੇ ਲੋਹੀਤ ਨਦੀ ਤੇ ਬਣਿਆ ਸੀਗਾ ਤੇ ਇੰਡੀਆ ਦੇ ਸਭ ਤੋਂ ਲੰਬੇ ਰੋਡ ਰੇਲ ਬ੍ਰਿਜਿਸ ਦੇ ਵਿੱਚ ਆਉਂਦਾ ਸੀਗਾ ਸੋ ਇਹ ਨਦੀ ਖਬਰਾਂ ਚ ਰਹੀ ਆ ਇਹ ਬਹੁਤ ਮਸ਼ਹੂਰ ਟ੍ਰਿਬਿਊਟਰੀ ਆ ਲੋਹੀਤ ਦਰਿਆ ਕੇ ਦਾ ਬ੍ਰਹਮਪੁੱਤਰ ਦਾ ਸੋ ਉਹਦੇ ਦੁਆਰਾ ਜਿਹੜੇ ਲਿਆਂਦੇ ਡਿਪੋਜ਼ਿਟਸ ਆ ਉਹਦੇ ਕਰਕੇ ਇੱਥੇ ਨਦੀ ਦੇ ਵਿੱਚ ਜਦੋਂ ਇਹ ਨਦੀ ਹਿਮਾਚਲ ਚੋਂ ਲੰਘਦੀ ਹੈ ਨਾ ਤਾਂ ਇੱਥੇ ਇੱਕ ਬੜਾ ਮਸ਼ਹੂਰ ਆਈਲੈਂਡ ਆ ਦੈਟ ਇਜ਼ ਮਜੂਲੀ ਆਈਲੈਂਡ ਸੋ ਇਹ ਆਪਾਂ ਨੂੰ ਕਲੀਅਰ ਹੋ ਗਿਆ ਤਾਂ ਇੱਥੇ ਮੀਨਸ ਕੀ ਕਿਹੜੇ-ਕਿਹੜੇ ਐਨੀਮਲ ਬਰਡ ਦੀਆਂ ਸਪੀਸੀਜ਼ ਮਿਲਦੀਆਂ ਨੇ ਉਹ ਮੈਂਸ਼ਨ ਕੀਤੀਆਂ ਹੋਈਆਂ ਨੇ ਨੈਕਸਟ ਉਸ ਤੋਂ ਬਾਅਦ ਅੱਗੇ ਆ ਗਿਆ ਬੰਬਈ ਦੀ ਆਈਲੈਂਡਸ ਠੀਕ ਆ ਦੇਖੋ ਵੈਸੇ ਇੱਕ ਗੱਲ ਬੜੀ ਕਲੀਅਰ ਆ ਬੰਬਈ ਦੀ ਕਹਾਣੀ ਕੀ ਆ ਬੰਬਈ ਦੇ ਵਿੱਚ ਇੱਕ ਆਈਲੈਂਡ ਤੇ ਹੈਗਾ ਇਹ ਆਪਣੇ ਕੋਲੇ ਇਹਦਾ ਬੁਚਰ ਆਈਲੈਂਡ ਜਿਹੜਾ ਕਿ ਬਿਲਕੁਲ ਲਾਸਟ ਵਾਲੇ ਪਾਸੇ ਜਿੱਥੇ ਆਪਣੀ ਜੀਐਨਪੀਟੀ ਹੈ ਜਵਾਹਰ ਨਹਿਰੂ ਪੋਰਟ ٹرسٹ ਬੰਬੇ ਦੀ ਬੰਬੇ ਦੇ ਵਿੱਚ ਭਾਰਤ ਸਰਕਾਰ ਨੇ ਸਪੈਸ਼ਲੀ ਇੱਕ ਆਈਲੈਂਡ ਨੂੰ ਡਿਵੈਲਪ ਕੀਤਾ ਸੀਗਾ ਤਾਂ ਕਿ ਉੱਥੇ ਪੋਰਟ ਡਿਵੈਲਪ ਕੀਤੀ ਜਾਵੇ ਅਦਰਵਾਈਜ਼ ਨਾ ਭਾਰਤ ਦੇ ਵਿੱਚ ਜਿਹੜੀ ਸਭ ਤੋਂ ਮੇਨ ਪੋਰਟ ਸੀਗੀ ਕਰਾਚੀ ਪੋਰਟ ਜਿਹੜੀ ਵੈਸਟ ਵਾਲੇ ਪਾਸੇ ਭਾਰਤ ਦਾ ਸਭ ਤੋਂ ਵੱਧ ਵਰਕਲੋਡ ਚੱਲਦੀ ਸੀ ਉਹ ਪਾਕਿਸਤਾਨ ਨੂੰ ਦੇਦੀ ਸੀ ਉਦੇ ਕਰਕੇ ਫਿਰ ਅਸੀਂ ਇੱਕ ਨਾ ਕੰਡਲਾ ਪੋਰਟ ਜਿਹਨੂੰ ਅਸੀਂ ਹੁਣ ਦੀਨਦਿਆਲ ਉਪਾਧਿਆਏ ਪੋਰਟ ਕਹਿੰਦੇ ਹਾਂ ਗੁਜਰਾਤ ਚ ਇੱਕ ਤਾਂ ਉਹ ਡਿਵੈਲਪ ਕੀਤੀ ਪਰ ਉਹਦਾ ਡਿਵੈਲਪਮੈਂਟ ਦਾ ਕੋਈ ਬਹੁਤਾ ਫਾਇਦਾ ਹੋਇਆ ਨਹੀਂ ਸਾਨੂੰ ਕਿਉਂਕਿ ਗੁਜਰਾਤ ਉਸ ਵੇਲੇ ਕੋਈ ਬਹੁਤ ਵੱਡੀ ਡਿਵੈਲਪਡ ਸਟੇਟ ਨਹੀਂ ਸੀ ਇਸ ਕਰਕੇ ਮਹਾਰਾਸ਼ਟਰਾ ਬੰਬਈ ਦੇ ਨੇੜੇ ਸੀਗਾ ਸਾਨੂੰ ਇੱਕ ਬਹੁਤ ਤਗੜੀ ਆਰਟੀਫੀਸ਼ੀਅਲ ਪੋਰਟ ਚਾਹੀਦੀ ਸੀ ਉਦੇ ਵਾਸਤੇ ਅਸੀਂ ਇਸ ਬੁੱਚਰ ਆਈਲੈਂਡ ਨੂੰ ਬੇਸਿਕਲੀ ਡਿਵੈਲਪ ਕੀਤਾ ਸੋ ਇਹ ਬੜਾ ਇੰਪੋਰਟੈਂਟ ਆਈਲੈਂਡ ਹੈ ਤੇ ਆ ਦੇਖੋ ਆ ਆਈਲੈਂਡ ਆਏ ਬੁੱਚਰ ਆਈਲੈਂਡ ਠੀਕ ਆ ਆਹ ਵਾਲਾ ਤੇ ਇਹਦੇ ਨੇੜੇ ਹੀ ਇੱਕ ਐਲੀਫੈਂਟਾ ਆਈਲੈਂਡ ਆ ਜਿੱਥੇ ਐਲੀਫੈਂਟਾ ਕੇਵਜ਼ ਪੁਰਾਣੇ ਸਮੇਂ ਦੀਆਂ ਐਂਸ਼ੀਅੰਟ ਟਾਈਮ ਦੀਆਂ ਫਰਸਟ ਸੈਂਚਰੀ ਤੋਂ ਲੈ ਕੇ ਸੋ 200 AD ਤੋਂ ਲੈ ਕੇ 500 ਜਾਂ 600 AD ਦੇ ਦੌਰਾਨ ਬਣੀਆਂ ਹੋਈਆਂ ਕੇਵਜ਼ ਨੇ ਇਹ ਵਾਲੀਆਂ এলিਫੈਂਟਾ ਕੇਵਜ਼ ਉਹ ਏਸ ਆਈਲੈਂਡ ਤੇ ਆ এলিਫੈਂਟਾ ਆਈਲੈਂਡ ਤੇ ਤੇ ਇਹ ਬੰਬੇ ਤੋਂ ਥੋੜੀ ਜੀ ਬਾਹਰ ਮੰਨਿਆ ਜਾਂਦਾ ਹੈ ਠੀਕ ਆ ਆ ਮੇਨ ਬੰਬੇ ਹੋ ਗਿਆ ਤੇ ਜਿਹੜਾ ਮੇਨ ਬੰਬੇ ਆ ਨਾ ਇਹ ਅੱਜ ਆਪਾਂ ਨੂੰ ਇਕੋ ਲੈਂਡ ਦਿਸਦਾ ਹੈ ਬਟ ਕਿਸੇ ਵੇਲੇ ਇਹ ਵੀ ਇੱਕ ਲੈਂਡ ਨਹੀਂ ਸੀਗਾ ਸੋ ਸਭ ਤੋਂ ਪਹਿਲਾਂ ਤਾਂ ਦੋ ਆਈਲੈਂਡਸ ਪਤਾ ਹੋਣੇ ਚਾਹੀਦੇ ਆ ਕਿ ਬੁੱਚਰ ਆਈਲੈਂਡ ਤੇ এলিਫੈਂਟ ਆਈਲੈਂਡਸ ਇਹ ਦੋਵੇਂ ਆਈਲੈਂਡਸ ਜਿਹੜੇ ਆ ਇਹ ਬੇਸਿਕਲੀ ਸੰਬੰਧਤ ਨੇ ਉਹਦੇ ਨਾਲ ਬੰਬੇ ਨਾਲ ਪਰ ਬੰਬੇ ਜਿਹੜਾ ਆਪਣੇ ਆਪ 'ਚ ਅੱਜ ਇੱਕ ਪੂਰੇ ਦਾ ਪੂਰਾ ਮੇਨ ਲੈਂਡ ਦਿਸਦਾ ਹੈ ਅਸਲ 'ਚ ਇਹ ਪੂਰਾ ਮੇਨ ਲੈਂਡ ਨਹੀਂ ਹੈਗਾ ਅਸਲ ਦੇ ਵਿੱਚ ਇਹ ਵੀ ਸੱਤ ਛੋਟੇ-ਛੋਟੇ ਆਈਲੈਂਡ ਗਰੁੱਪਸ ਤੋਂ ਮਿਲ ਕੇ ਬਣਿਆ ਹੈ ਆ ਜਿਹੜਾ ਬੰਬੇ ਸਾਨੂੰ ਅੱਜ ਪੂਰੇ ਦਾ ਪੂਰਾ ਇੱਕ ਦੇਸਦਾ ਹੈ ਨਾ ਇਹ ਵੀ ਇਹਦੇ 'ਚ ਵੀ ਮਾਹਿਮ ਵਰਲੀ ਪਰੇਲ ਆ ਮਾਜ਼ੇਗਾਉਂ ਬੰਬੇ ਸੋ ਇੱਕ ਕਾਫੀ ਆਈਲੈਂਡਸ ਨੇ ਜਿਨ੍ਹਾਂ ਦੇ ਸਮੂਹ ਨੂੰ ਮਿਲ ਕੇ ਅਸੀਂ ਬੰਬੇ ਇੱਕ ਲਿਟਲ ਕੋਬਾਲਾ ਤੇ ਇੱਕ ਕੋਬਾਲਾ ਸੋ ਇਹ ਸੱਤ ਆਈਲੈਂਡਸ ਨੇ ਜਿਨ੍ਹਾਂ ਨੂੰ ਆਪਾਂ ਮਿਲਾ ਕੇ ਬੰਬੇ ਕਹਿੰਦੇ ਆ ਇਸੇ ਕਰਕੇ ਕਈ ਵਾਰੀ ਬੰਬੇ ਬਾਰੇ ਪੁੱਛਿਆ ਜਾਂਦਾ ਹੈ ਕਿ ਬੰਬੇ ਇਜ਼ ਲੈਂਡ ਆਫ ਸੈਵਨ ਆਈਲੈਂਡਸ ਇਹ ਜਿਹੜੇ ਸੱਤ ਦੇ ਸੱਤ ਆਈਲੈਂਡ ਸੀਗੇ ਇਹਨਾਂ ਦਾ ਇਤਿਹਾਸ ਇਹ ਆ ਕਿ ਇਹ ਇੱਕ ਵੇਲੇ ਤੱਕ ਪੁਰਤਗਾਲੀਆਂ ਦੇ ਕੰਟਰੋਲ 'ਚ ਸੀਗੇ ਫਿਰ ਇਹ ਗੱਲ ਮੇਰੇ ਹਿਸਾਬ ਨਾਲ 1664 ਦੀ ਆ ਜਦੋਂ ਪੁਰਤਗਾਲ ਦੇ ਰਾਣੀ ਦਾ ਵਿਆਹ ਇੰਗਲੈਂਡ ਦੇ ਰਾਜੇ ਦੇ ਨਾਲ ਹੋਇਆ ਤੇ ਦਾਜ ਦੇ ਵਿੱਚ ਇਹ ਆਈਲੈਂਡ ਜਿਹੜੇ ਸੀਗੇ ਉਹ ਇੰਗਲੈਂਡ ਦੇ ਰਾਜੇ ਨੂੰ ਮਿਲ ਗਏ। ਇੰਗਲੈਂਡ ਦੇ ਰਾਜੇ ਨੇ ਪੰਜਾਬੀ ਚ ਆਪਾਂ ਕਹਿ ਦਈਏ ਕਿ ਉਹਨਾਂ ਦਾ ਕਿਹੜਾ ਚਾਰ ਪਉਣਾ ਸੀ। ਉਹਨੂੰ ਪਤਾ ਸੀ ਕਿ ਮੇਰੇ ਤਾਂ ਕਿਸੇ ਕੰਮ ਦੇ ਹੈ ਨਹੀਂ। ਇੰਗਲੈਂਡ ਦੀ ਇੱਕ ਪ੍ਰਾਈਵੇਟ ਕੰਪਨੀ ਇੰਡੀਆ ਚ ਰੂਲ ਕਰ ਰਹੀ ਸੀ ਈਸਟ ਇੰਡੀਆ ਕੰਪਨੀ। ਫਿਰ ਉਹਨੂੰ ਉਹਨਾਂ ਨੇ ਠੇਕੇ ਤੇ ਦੇਤੇ ਕਿ ਤੁਸੀਂ ਇਹਨਾਂ ਨੂੰ ਸੰਭੋ। ਫਿਰ ਇਹ ইস্ট ਇੰਡੀਆ ਕੰਪਨੀ ਦੀ ਪੋਜ਼ੀਸ਼ਨ ਚ ਆਏ ਉਸ ਤੋਂ ਬਾਅਦ ਫਿਰ ਇਹਨੂੰ 메ਨ ਲੈਂਡ ਦੇ ਰੂਪ ਦੇ ਵਿੱਚ ਇੱਕ ਲੈਂਡ ਦੇ ਰੂਪ ਦੇ ਵਿੱਚ ਇਹਨੂੰ ਪ੍ਰੋਪਰਲੀ ਡਿਵੈਲਪ ਕੀਤਾ ਗਿਆ ਸੋ ਆ ਆਉਦੀ ਬੰਬੇ ਦੀ ਕਹਾਣੀ ਆ ਕਿ ਬੰਬੇ ਚ ਕਿਹੜੇ ਕਿਹੜੇ ਸੱਤ ਆਈਲੈਂਡਸ ਤੇ 1662 ਦੇ ਵਿੱਚ ਕਿਹੜੀ ਪ੍ਰਿੰਸਸ ਸੀਗੀ ਜਿਹਦਾ ਵਿਆਹ ਕਿਹਦੇ ਨਾਲ ਹੋਇਆ ਸੀ ਚਾਰਲਸ 2 ਨਾਲ ਇਹ ਦੇਖੋ ਮਾਡਰਨ ਹਿਸਟਰੀ ਦਾ ਪਾਰਟ ਆ ਇੱਥੇ ਮੈਂ ਪੜਾਉਣਾ ਨਹੀਂ ਬਸ ਜੀਓਗ੍ਰਾਫਿਕਲੀ ਦੱਸਦਾ ਕਿ ਇਸ ਟਾਈਮ ਜਿਹੜੇ ਬੰਬੇ ਦੇ ਆਈਲੈਂਡਸ ਨੇ ਜਿਹੜੇ ਉਹਦੇ ਨਾਲ ਨੇ ਬੁਚਰਾ ਆਈਲੈਂਡ এলিਫੈਂਟਾ ਆਈਲੈਂਡਸ ਵੈਸੇ ਤਾਂ ਦੋ ਮਸ਼ਹੂਰ ਨੇ ਬਟ ਆਇਸਟਰ ਰੌਕਸ ਇਹ ਛੋਟਾ ਜਿਹਾ ਆਈਲੈਂਡ ਹੀ ਆ ਠੀਕ ਆ ਤਾਂ ਇਸ ਤੋਂ ਬਿਨਾ ਜਿਹੜਾ ਪੁਰਾਣਾ ਬੰਬੇ ਆ ਉਹ ਜਿਹੜੇ ਸੱਤ ਆਈਲੈਂਡਸ ਤੋਂ ਮਿਲ ਕੇ ਬਣਿਆ ਉਹਨਾਂ ਸੱਤ ਦੇ ਸੱਤ ਆਈਲੈਂਡਸ ਦੇ ਨਾਮ ਇੱਥੇ ਮੈਂ ਮੈਂਸ਼ਨ ਕੀਤੇ ਹੋਏ ਆ ਠੀਕ ਆ ਜਿਵੇਂ ਆਪਣੇ ਕੋਲ ਮਾਹੀਮ ਵਰਲੀ ਪਰੇਲ ਮਾਜ਼ੇਗਾਉਂ ਬੰਬੇ ਕੋਲਾਬਾ 올ਡ ਵੂਮਨ 올ਡ ਵੂਮਨ ਨੂੰ ਲਿਟਲ ਕੋਲਾਬਾ ਵੀ ਕਹਿ ਦਿੰਦੇ ਆ ਮਤਲਬ ਦੋ ਨਾਮ ਨੇ ਦੇ ਸੋ ਇਹ ਮਰਜ ਹੋ ਕੇ ਆਪਣੇ ਆਪ ਚ ਪੂਰੇ ਦਾ ਪੂਰਾ ਬੰਬੇ ਬਣ ਗਏ ਸੋ ਇਹ ਆਈਲੈਂਡਸ ਇੰਪੋਰਟੈਂਟ ਆ ਉਸ ਤੋਂ ਬਾਅਦ ਆਗੇ ਆਂਧਰਾ ਪ੍ਰਦੇਸ਼ ਦਾ ਆਈਲੈਂਡ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਬੜਾ ਮਸ਼ਹੂਰ ਆਈਲੈਂਡ ਆ ਸ਼੍ਰੀ ਹਰੀਕੋਟ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਜਿਹੜਾ ਇੰਡੀਆ ਦੇ ਦੋ ਦੋ ਇੰਸਟੀਟਿਊਸ਼ਨਸ ਨੇ ਇੱਕ ਤਾਂ ਮਿਨਿਸਟਰੀ ਆਫ ਡਿਫੈਂਸ ਦੇ ਦਾਇਰੇ ਚ ਆਉਂਦਾ ਹੈ ਡੀਆਰਡੀਓ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਜਿਹਦੀ ਜ਼ਿੰਮੇਵਾਰੀ ਆ ਇੰਡੀਆ ਦਾ ਮਿਲਟਰੀ ਸਿਸਟਮ ਸੰਭਾਲਣ ਦੀ ਤੇ ਉਸ ਤੋਂ ਬਿਨਾ ਇੰਡੀਆ ਦਾ ਸਾਰਾ ਡਿਫੈਂਸ ਉਹੀ ਸੰਭਾਲਦੇ ਆ हां ਜੇ ਕਿਤੇਉਂ ਵੀ ਕੋਈ ਜਹਾਜ਼ ਬਣਾਉਣਾ ਹੈ ਜਾਂ ਕਿਤੇਉਂ ਲੈਣਾ ਹੈ ਤਾਂ ਉਹਨਾਂ ਦੀ ਹੀ ਡਿਫੈਂਸ ਐਕਵਾਇਜ਼ੀਸ਼ਨ ਕੌਂਸਲ ਜਿਹੜੀ ਆ ਮਿਲ ਕੇ ਫੈਸਲਾ ਕਰਦੀ ਆ ਕਿ ਕਿੰਨੇ ਜਹਾਜ਼ ਖਰੀਦਣੇ ਆ ਤੇ ਕਿੰਨੇ ਆਪ ਬਣਾਉਣੇ ਆ ਸਿਮਿਲਰਲੀ ਜੇ ਮੈਂ ਗੱਲ ਕਰਾਂ ਸਪੇਸ ਵਾਲਿਆਂ ਦੀ ਤਾਂ ਸਪੇਸ ਵਾਲਿਆਂ ਦੀ ਸਭ ਤੋਂ ਮਸ਼ਹੂਰ ਸੰਸਥਾ ਹੈ ਇਸਰੋ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਭਾਰਤਰੀ ਭਾਰਤੀ ਪੁਲਾੜ ਖੋਜ ਸੰਸਥਾਨ ਠੀਕ ਆ ਦੂਜੇ ਪਾਸੇ ਆਪਣੇ ਕੋਲ ਜਿਹੜਾ ਹੈ ਉਹ ਹੈਗਾ ਡੀਆਰਡੀਓ ਡਿਫੈਂਸ ਰਿਸਰਚ ਐਂਡ ਮਤਲਬ ਕਿ ਰੱਖਿਆ ਖੋਜ ਤੇ ਵਿਕਾਸ ਮੰਤਰ ਸੰਗਠਨ ਸੋ ਇਹ ਦੋਵੇਂ ਸੰਗਠਨ ਆਪੋ ਆਪਣੇ ਲੈਵਲ ਤੇ ਜਿਹੜੇ ਕੰਮ ਕਰ ਰਹੇ ਆ ਇਹਨਾਂ ਦੋਵਾਂ 'ਚ ਫਰਕ ਇਹ ਆ ਕਿ ਡੀਆਰਡੀਓ ਦੀ ਸ਼ੁਰੂਆਤ 1958 'ਚ ਤੇ ਇਸਰੋ ਦੀ ਸ਼ੁਰੂਆਤ ਇਨਡਾਇਰੈਕਟਲੀ 1962 ਤੇ ਡਾਇਰੈਕਟਲੀ 2 ਅਕਤੂਬਰ 1969 ਨੂੰ ਹੋਈ ਸੀ ਤਾਂ ਇੰਦਰਾ ਗਾਂਧੀ ਨੇ ਸਥਾਪਨਾ ਕੀਤੀ ਸੀ ਦੂਜੇ ਵਾਲੇ ਦੀ ਤੇ ਪਹਿਲੇ ਵਾਲਾ ਨਹਿਰੂ ਦੇ ਵੇਲੇ ਬਣੀ ਸੰਸਥਾਨ ਆ DRDO ਦਾ ਕੰਮ ਸਾਡੀਆਂ ਮਿਜ਼ਾਈਲ ਸਿਸਟਮਸ ਨੂੰ ਦੇਖਣਾ ਹੈ ਤੇ ISRO ਦਾ ਕੰਮ ਜਿਹੜਾ ਹੈ ਉਹ ਸਾਡੇ ਸਪੇਸ ਸਿਸਟਮ ਨੂੰ ਦੇਖਣਾ ਹੈ ਪੰਜਾਬੀ 'ਚ ਇੱਕ ਗੱਲ ਇੱਕ ਰਾਕਟ ਹੈਗਾ ਤੁਹਾਡੇ ਕੋਲ ਠੀਕ ਆ ਜੇ ਤੁਸੀਂ ਉਸ ਰਾਕਟ ਦੇ ਵਿੱਚ ਬੰਦਾ ਬਿਠਾ ਕੇ ਭੇਜੋਗੇ ਤਾਂ ਉਹ ISRO ਦੇ ਕੰਮ ਆ ਗਿਆ ਬੰਬ ਰੱਖ ਕੇ ਭੇਜੋਗੇ DRDO ਦੇ ਕੰਮ ਆ ਗਿਆ ਸੋ ਟੈਕਨੀਕਲੀ ਜਿਹੜੇ ਗੱਡੀ ਤੇ ਜਾਣਾ ਹੈ ਉਹ ਗੱਡੀ ਤਾਂ ਉਹੀ ਆ ਠੀਕ ਆ ਹੁਣ ਉਸੇ ਗੱਡੀ 'ਚ ਹੀ ਕਹਿ ਲਓ ਕਿ ਜੇ ਆਪਾਂ ਕਹਿ ਦਈਏ ਕਿ ਆਪਾਂ ਫੌਜੀ ਬਣਾ ਭੇਜੇ ਆ ਬੰਦੂਕਾਂ ਨਾਲ ਲੈਸ ਜੋ ਕਿਤੇ ਜਾ ਕੇ ਮਤਲਬ ਕਿ ਲੜਾਈ ਕਰਕੇ ਆ ਸਕਦੇ ਆ ਉਹਨੂੰ ਹੀ ਆਪਾਂ ਆਰਮਸ ਵਾਰੀਆਂ ਵਾਸਤੇ ਵਰਤ ਸਕਦੇ ਆ ਸੋ ਟੈਕਨੀਕਲੀ ਭਾਰਤ ਦੇ ਕਈ ਸਾਇੰਟਿਸਟ ਨੇ ਜਿਵੇਂ ਸਤੀਸ਼ धवन ਹੋ ਗਿਆ ਏਪੀਜੀ ਅਬਦੁਲ ਕਲਾਮ ਹੋ ਗਿਆ ਇਹ ਦੋਵਾਂ ਪ੍ਰੋਜੈਕਟਾਂ ਨਾਲ ਜੁੜੇ ਹੋਏ ਸਾਇੰਟਿਸਟ ਸੀਗੇ ਉਹ ਡੀਆਰਡੀਓ ਨਾਲ ਵੀ ਸੰਬੰਧਤ ਨੇ ਤੇ ਉਹ ਇਸਰੋ ਨਾਲ ਵੀ ਸੰਬੰਧਤ ਨੇ ਇੱਥੇ ਮੈਂ ਜੀਓਗ੍ਰਾਫੀ 'ਚ ਇਹਨਾਂ ਦੀ ਗੱਲ ਮੜੀ ਜੀ ਇਸ ਕਰਕੇ ਦੱਸ ਰਿਹਾ ਕਿ ਘੱਟੋ-ਘੱਟ ਤੁਹਾਨੂੰ ਪਤਾ ਲੱਗ ਜਾਏ ਕਿ ਸ਼੍ਰੀ ਹਰੀਕੋਟਾ ਸਥਿਤੀ ਕੀ ਹੈ ਕੀ ਹੈ ਭਾਰਤ ਦੇ ਵਿੱਚ ਸ਼੍ਰੀ ਹਰੀਕੋਟਾ ਇੱਕ ਛੋਟਾ ਜਿਹਾ ਆਈਲੈਂਡ ਆ ਠੀਕ ਆ ਇਸ ਆਈਲੈਂਡ ਦਾ ਨਾਮ ਇਸਰੋ ਇਹ ਆਈਲੈਂਡ ਇਸਰੋ ਵਾਸਤੇ ਡੈਡੀਕੇਟਡ ਆ ਇਸਰੋ ਜਿੰਨੇ ਵੀ ਆਪਣੇ ਪ੍ਰੋਜੈਕਟ ਲਾਂਚ ਕਰਦਾ ਇਸਰੋ 1980 ਤੋਂ ਪਿੱਛੇ ਜੀ ਇੱਕ ਫੋਟੋ ਵੀ ਬੜੀ ਵਾਇਰਲ ਹੋਈ ਸੀ ਜਦੋਂ ਚੰ드ਰੀਆਨ 3 ਤੋ ਰਿਆ ਸੀ ਆਪਾਂ ਕਿ ਇਸਰੋ ਵਾਲੇ ਸਾਈਕਲ ਤੇ ਆਪਣਾ ਰਾਕਟ ਲੈ ਕੇ ਜਾ ਰਹੇ ਆ ਤਾਂ ਵਕਤ ਇਹੋ ਜਿਹਾ ਵੀ ਸੀ ਕਿ ਜਦੋਂ ਸਾਈਕਲ ਦੇ ਰਾਕਟ ਤੋਂ ਸ਼ੁਰੂ ਹੋ ਕੇ ਕਹਾਣੀ ਅੱਜ ਜੀਐਸਐਲਵੀ ਤੱਕ ਪਹੁੰਚ ਗਈ ਆ জিও सिक्रोनस लॉन्च सैटेलाइट लॉन्चिंग व्हीकल ਜਿਹਨੂੰ ਆਪਾਂ ਐਲ ਐਮ ਵੀ ਨਵੇਂ ਨਾਮ ਨਾਲ ਬੁਲਾਉਣ ਲੱਗ ਪਏ ਆ ਅਸਲ 'ਚ ਭਾਰਤ ਦੀ ਸਪੇਸ ਟੈਕਨੋਲੋਜੀ ਇੱਥੋਂ ਤੱਕ ਪਹੁੰਚ ਗਈ ਹੈ ਕਿ ਕਿਸੇ ਟਾਈਮ ਸਾਡੀ ਏਡੀ ਔਕਾਤ ਨਹੀਂ ਸੀ ਕਿ ਅਸੀਂ ਭਾਰੇ ਤੋਂ ਭਾਰੇ ਸੈਟਲਾਈਟਸ ਨੂੰ ਲਾਂਚ ਕਰ ਸਕੀਏ ਅਸੀਂ ਹਲਕੇ-ਹਲਕੇ ਸੈਟਲਾਈਟ ਆਪ ਲਾਂਚ ਕਰਦੇ ਸੀ ਭਾਰੇ ਸੈਟਲਾਈਟ ਲਾਂਚ ਕਰਨ ਵਾਸਤੇ ਅਸੀਂ ਜ਼ਿਆਦਾ ਪੱਲਾ ਫੜਦੇ ਸੀ ਫਰਾਂਸ ਵਾਲਿਆਂ ਦਾ ਫ੍ਰੈਂਚ ਫ੍ਰੈਂਚ ਜਿਹੜੀ ਉਹ ਇੱਕ ਏਜੰਸੀ ਆ ਠੀਕ ਆ ਉਹ ਸਾਡੇ ਹੈਵੀ ਸੈਟਲਾਈਟਸ ਲਾਂਚ ਕਰਦੀ ਸੀ ਆ ਜਿੰਨੇ ਵੀ ਕਮਿਊਨੀਕੇਸ਼ਨ ਨਾਲ ਸੰਬੰਧਿਤ ਸੈਟਲਾਈਟ ਹੁੰਦੇ ਆ ਸੰਚਾਰ ਨਾਲ ਜਿੱਥੋਂ ਡੀਟੀਐਚ ਚੱਲਦਾ ਏ ਇਹ ਸਾਰੇ ਸੈਟਲਾਈਟ ਭਾਰੇ ਹੁੰਦੇ ਆ ਕਮਿਊਨੀਕੇਸ਼ਨ ਸੈਟਲਾਈਟ ਇੰਡੀਆ ਦੇ ਜਿੰਨੇ ਵੀ ਇਨਸੈਟ ਵਗੈਰਾ ਦੇ ਸੈਟਲਾਈਟ ਉਹ ਸਾਰੇ ਕਮਿਊਨੀਕੇਸ਼ਨ ਸੀਗੇ ਤੇ ਉਹ ਸਾਰੇ ਫਰਾਂਸ ਦੀ ਏਜੰਸੀ ਜਾਂ ਨਾਸਾ ਨੇ ਲਾਂਚ ਕੀਤੇ ਆ ਤਾਂ ਅਸਲ 'ਚ ਸਾਡੇ ਕੋਲ ਕੋਈ ਭਾਰਾ ਜਾਂ ਉਹ ਹੀ ਨਹੀਂ ਸੀ ਰਾਕਟ ਹੀ ਨਹੀਂ ਸੀ ਅਸੀਂ ਮੰਗਿਆ ਇਹਨਾਂ ਤੋਂ ਕਿ ਸਾਨੂੰ ਉਹ ਟੈਕਨੋਲੋਜੀ ਦੋ ਜਿਸ ਟੈਕਨੋਲੋਜੀ ਨਾਲੇ ਰਾਕਟ ਬਣਦੇ ਆ ਉਹ ਕ੍ਰਾਇਓਜੈਨਿਕ ਟੈਕਨੋਲੋਜੀ ਹੁੰਦੀ ਆ ਉਹਨਾਂ ਨੂੰ ਸਾਡੇ ਤੇ ਯਕੀਨ ਨਹੀਂ ਸੀ ਉਹ ਕਹਿੰਦੇ ਅਸੀਂ ਕਿਵੇਂ ਮੰਨ ਲਈਏ ਕਿ ਤੁਸੀਂ ਇਹਦੇ ਨਾਲ ਜਿਹੜਾ ਰਾਕਟ ਬਣਾਓਗੇ ਉਹਦੇ 'ਚ ਬੰਬ ਰੱਖ ਕੇ ਸਾਨੂੰ ਨਹੀਂ ਡਾਉਗੇ ਮਤਲਬ ਜੇ ਅਸੀਂ ਤੁਹਾਨੂੰ ਕ੍ਰਾਇਓਜੈਨਿਕ ਟੈਕਨੋਲੋਜੀ ਦੇਤੀ ਤਾਂ ਉਹ ਤਾਂ ਬੜਾ ਭਾਰਾ ਸਮਾਨ ਬੜੀ ਦੂਰ ਤੱਕ ਲੈ ਕੇ ਜਾ ਸਕਦੀ ਹੈ ਰੱਬ ਨਾ ਕਰੇ ਤੁਹਾਡਾ ਦਿਮਾਗ ਘੁੰਮ ਜੇ ਤੁਸੀਂ ਉਹਦੀ ਮਜ਼ਾਈਲ ਬਣਾ ਲਓ ਠੀਕ ਆ ਤਾਂ ਬੜੇ ਆਰਮ ਨਾਲ ਉਹ ਤਾਂ ਅਮਰੀਕਾ ਤੱਕ ਆਜੂਗੀ ਤਾਂ ਇੰਟਰਕੌਂਟੀਨੈਂਟਲ ਮਜ਼ਾਈਲ ਬਣਾ ਸਕਦੇ ਹੋ ਤੁਸੀਂ ਇਸ ਕਰਕੇ ਅਸੀਂ ਤੁਹਾਨੂੰ ਉਹ ਟੈਕਨੋਲੋਜੀ ਨਹੀਂ ਦੇਣੀ ਫਿਰ ਅਸੀਂ ਵੀ ਇੰਡੀਅਨਸ ਇੱਕ ਨੇ ਨਾ ਕੀਤੀ ਖਰਦ ਜੇ ਤੋਂ ਮੰਗੀ ਮੁੰਨੇ ਵੀ ਜਵਾਬ ਦੇਤਾ ਤੀਸਰੇ ਤੋਂ ਮੰਗੀ ਜਦੋਂ ਸਾਰੇ ਪਾਸਿਓ ਜਵਾਬ ਮਿਲ ਗਿਆ ਫਿਰ ਜਾ ਕੇ ਅਸੀਂ ਮਨ ਬਣਾਇਆ ਪਹਿਲਾਂ ਚਲੋ ਯਾਰ ਹੁਣ ਆਪ ਬਣਾਉਨੇ ਆ ਤੇ ਜਦੋਂ ਆਪ ਬਣਾਉਣ ਤੇ ਆਏ ਫਿਰ 10 ਸਾਲ ਨਹੀਂ ਲੱਗੇ ਤੇ ਦੁਨੀਆ ਦੇ 4-5 ਦੇਸ਼ਾਂ ਚ ਅਸੀਂ ਜਿੰਨਾਂ ਕੋਲ ਕ੍ਰਾਇਓਜੈਨਿਕ ਟੈਕਨੋਲੋਜੀ ਹੈ ਠੀਕ ਹੈ ਸੋ ਖੈਰ ਅਸੀਂ ਉਸ ਤੋਂ ਬਾਅਦ ਆ ਵੱਡੇ ਵੱਡੇ ਡ੍ਰੀਮ ਦੇਖਣੇ ਸ਼ੁਰੂ ਕੀਤੇ ਕਿ ਅਸੀਂ ਆਪਣਾ ਮੈਂਡ ਮਿਸ਼ਨ ਉੱਪਰ ਭੇਜਣਾ ਹੈ ਖੈਰ ਇਹ ਸਾਰੀਆਂ ਗੱਲਾਂ ਦਾ ਲਿੰਕ ਕਿੱਥੇ ਜੁੜਦਾ ਜਾ ਕੇ ਕਿ ਅਸੀਂ ਇਹ ਸਾਰੇ ਤਜਰਬੇ ਜਿਹੜੇ ਆ ਉਹ ਇੱਕ ਅ ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਦੇ ਬਾਰਡਰ ਤੇ 95% ਆਂਧਰਾ ਤੇ 5% ਤਾਮਿਲਨਾਡੂ ਦੇ ਵਿੱਚ ਪੈਣ ਵਾਲੀ ਪੂਲੀਕਟ ਲੇਕ ਦੇ ਨੇੜੇ ਇੱਕ ਛੋਟਾ ਜਿਹਾ ਆਈਲੈਂਡ ਆ ਅ ਸ਼੍ਰੀ ਹਰੀਕੋਟ ਆਈਲੈਂਡ ਉੱਥੋਂ ਇਹ ਸਾਰੇ ਪ੍ਰੋਜੈਕਟ ਲਾਂਚ ਕਰਦੇ ਆ ਧਰਤੀ ਵੈਸਟ ਤੋਂ ਈਸਟ ਘੁੰਮਦੀ ਏ ਇਸ ਕਰਕੇ ਕੋਈ ਵੀ ਪ੍ਰੋਜੈਕਟ ਪੱਛਮੀ ਟੱਟ ਤੋਂ ਨਹੀਂ ਛੁੱਟਿਆ ਜਾਂਦਾ ਰੱਬ ਨਾ ਕਰੇ ਕੋਈ 19 ਕੀ ਹੋ ਜੇ ਉਹ ਨਾ ਚੱਲੇ ਤਾਂ ਉਹ ਇਨੀਸ਼ੀਅਲ ਵੈਲੋਸਟੀ ਇੱਧਰੋਂ ਲਾਊਗਾ ਈਸਟ ਵੱਲੋਂ ਲਾਊਗਾ ਕਿਉਂਕਿ ਵੈਸਟ ਤੋਂ ਈਸਟ ਧਰਤੀ ਕੋ ਮਧੀ ਹੈ ਤੇ ਉਹ ਸਾਡੀ ਮੇਨਲੈਂਡ ਦੇ ਡਿੱਗੂਗਾ ਅਗੇ ਐਵੇਂ ਕਿਸੇ ਦਾ ਰੌਕਟ ਸਿਰ 파ੜਦਾ ਫਿਰੂਗਾ ਉਹਦੇ ਨਾਲ ਉਹ ਸਿਆਣਪ ਇਹਦੇ 'ਚ ਕਿ ਤੁਸੀਂ ਈਸਟ ਕੋਸਟ ਤੋਂ ਹੀ ਆਪਣੇ ਪ੍ਰੋਜੈਕਟ ਲਾਂਚ ਕਰੋ ਜੇ 19 ਕੀ ਹੋਗੀ ਤਾਂ ਪਰਲੇ ਪਾਸੇ ਬੇ ਆਫ ਬੰਗਾਲੀਆ ਵੱਧ ਤੋਂ ਵੱਧ ਲੈ ਦੇ ਕੇ ਇੱਕ ਆਈ ਉਹ ਹੀ ਆਪਣਾ ਅੰਡੇਮਾਨ ਨਿਕੋਬਾਰ ਉਹਦੇ ਵੀ ਬਿਲਕੁਲ ਪੈਰਲਲ ਨਹੀਂ ਅਸੀਂ ਥੋੜਾ ਜਿਹਾ ਅੱਗੇ ਪਿੱਛੇ ਕੀਤਾ ਹੋਇਆ ਤਾਂ ਕਿ ਕਿਸੇ ਵੀ ਸੂਰਤ ਦੇ ਵਿੱਚ ਇੱਕ ਫੀਲਡ ਮਿਸ਼ਨ ਵੀ ਲੋਕਾਂ ਦਾ ਨੁਕਸਾਨ ਨਾ ਕਰ ਸਕੇ ਠੀਕ ਆ ਇਸ ਕਰਕੇ ਸਾਡੇ ਬਹੁਤੇ ਤਜਰਬੇ ਜਿਹੜੇ ਆ ਸਪੇਸ ਨਾਲ ਸੰਬੰਧਿਤ ਚਾਹੇ ਉਹ ਡੀਆਰਡੀ ਉਹਦੇ ਆ ਜਿਹਦੀ ਕਿ ਮੈਂ ਹਜੇ ਗੱਲ ਵੀ ਨਹੀਂ ਕੀਤੀ ਚਾਹੇ ਉਹ ਇਹਨਾਂ ਦੇ ਆ ਇਸਰੋ ਦੇ ਆ ਇਸਰੋ ਵਾਲਿਆਂ ਨੇ ਸ਼੍ਰੀ ਹਰੀਕੋਟਾ ਦਾ ਨਾਮ ਬਦਲ ਕੇ ਸ਼ਤੀਸ਼ धवन ਰੱਖਿਆ ਹੈ ਅਸਲ 'ਚ ਸ਼ਤੀਸ਼ धवन ਕੌਣ ਆ ਭਾਰਤ ਦੇ ਵਿੱਚ ਸਪੇਸ ਸਾਇੰਸ ਦਾ ਸੁਪਨਾ ਦੇਖਣ ਵਾਲਾ ਵਿਗਿਆਨੀ ਸੀ ਵਿਕਰਮ ਸਾਰਾਬਾਈ ਜਿੰਨੂੰ ਨਹਿਰੂ ਬਾਹ ਫੜ ਕੇ ਇਹ ਕਹਿ ਕੇ ਗਏ ਕਿ ਤੂੰ ਹੀ ਇਸਰੋ ਸਾਂਭਣੀ ਆ ਉਹ ਇਸਰੋ ਬਣਨ ਤੋਂ ਬਾਅਦ ਉਹਦਾ ਪਹਿਲਾ ਚੇਅਰਮੈਨ ਵੀ ਬਣਿਆ ਪਰ ਦੂਜਾ ਚੇਅਰਮੈਨ ਸੀ ਸਤੀਸ਼ धवन ਸਤੀਸ਼ धवन ਨੂੰ ਕੰਟਰੀਬਿਊਟ ਬਹੁਤ ਆ ਕੁਛ ਹੈ ਸਾਡੇ ਦੇਸ਼ 'ਚ ਸਤੀਸ਼ धवन 'ਚ ਇੱਕ ਲੀਡਰਸ਼ਿਪ ਦੀ ਕੁਆਲਿਟੀ ਵੀ ਸੀ ਵਿਕਰਮ ਸਾਰਾਬਾਈ ਦੇ ਨਾਂ ਤੇ ਵੀ ਬਹੁਤ ਬਿਲਡਿੰਗਸ ਨੇ ਤੇ ਸਤੀਸ਼ धवन ਦੇ ਨਾਮ ਤੇ ਵੀ ਬਹੁਤ ਨੇ ਤਾਂ ਉਹਨਾਂ 'ਚੋਂ ਇੱਕ ਸਤੀਸ਼ धवन ਦੇ ਨਾਮ ਤੇ ਆ ਇਹ ਵਾਲਾ ਆਈਲੈਂਡ ਸੋ ਉਮੀਦ ਕਰਦਾ ਕਿ ਇਹਨੂੰ ਸ਼੍ਰੀ ਹਰੀਕੋਟਾ ਆਈਲੈਂਡ ਜਾਂ ਸਤੀਸ਼ धवन ਸਪੇਸ ਸੈਂਟਰ ਕਿਉਂ ਕਿਹਾ ਜਾਂਦਾ ਹੈ ਇੱਥੋਂ ਹੀ ਇੰਡੀਆ ਨੇ ਆਪਣੇ ਸੈਟੇਲਾਈਟ ਲਾਂਚ ਕਰਨੇ ਸ਼ੁਰੂ ਕੀਤੇ 80 ਦੇ ਦਹਾਕੇ 'ਚ ਅਸੀਂ ਸੈਟੇਲਾਈਟ ਲਾਂਚਿੰਗ ਵੀਕਲ ਵਕਤ ਬਦਲਿਆ 90 ਦੇ ਦਹਾਕੇ ਚ ਅਗਮੈਂਟਡ ਸੈਟੇਲਾਈਟ ਲਾਂਚਿੰਗ ਵੀਕਲ ਉਸ ਤੋਂ ਬਾਅਦ ਬਦਲਿਆ ਪੋਲਰ ਸੈਟੇਲਾਈਟ ਲਾਂਚ ਵੀਕਲ ਤੇ ਉਸ ਤੋਂ ਬਾਅਦ ਵਕਤ ਬਦਲਿਆ ਜੀਓ ਸਿਕਰੋਨਸ ਸੈਟੇਲਾਈਟ ਲਾਂਚ ਵੀਕਲ ਤੇ ਹੁਣ ਉਹਨਾਂ ਨੂੰ ਅਸੀਂ ਐਲ ਐਮ ਵੀਜ਼ ਕਹਿਣਾ ਸ਼ੁਰੂ ਕਰਤਾ ਹੈ ਠੀਕ ਆ ਤਾਂ ਲਾਂਚ ਮਾਰਕ ਵੀਕਲਸ ਬਹੁਤ ਤਗੜੇ ਤਗੜੇ ਇੰਜਨ ਨੇ ਸਾਡੇ ਕੋਲ ਹੁਣ ਉਹ ਸਾਰੇ ਅਸੀਂ ਇੱਥੋਂ ਹੀ ਕੀਤੇ ਆ ਇਹ ਪੁਲੀਕਟ ਦੇ ਨੇੜੇ ਆ ਕਿੱਥੇ ਕੀ ਕਹਾਣੀ ਆ ਮੈਨੂੰ ਲੱਗਦਾ ਹੁਣ ਤੁਸੀਂ ਆਪਣੇ ਆਪ ਸੰਭਲ ਹੋ ਗਿਆ ਠੀਕ ਆ ਨੈਕਸਟ ਇਸ ਤੋਂ ਬਾਅਦ ਆ ਗਿਆ ਤਾਮਿਲਨਾਡੂ ਦੇ ਆਈਲੈਂਡ ਤਾਮਿਲਨਾਡੂ ਦਾ ਆਈਲੈਂਡ ਹੈਗਾ ਪੰਬਨ ਆਈਲੈਂਡ ਜਿਹਨੂੰ ਕਿ ਅਸੀਂ ਮੰਨਦੇ ਹਾਂ ਕਿ ਇੰਡੀਆ ਦਾ ਸਭ ਤੋਂ ਥਲੜਾ ਪੁਆਇੰਟ ਹੈ ਜਿਹਦੇ ਬਾਰੇ ਸ਼ਾਇਦ ਇੱਕ ਦਿਨ ਮੈਂ ਪਹਿਲਾਂ ਪੜਾਇਆ ਸੀ ਤੇ ਫੋਟੋ ਦੀ ਅਵੇਲੇਬਿਲਿਟੀ ਨਹੀਂ ਸੀ ਹੈਗੀ ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਆਈਲੈਂਡਸ ਵਾਲੇ ਚੈਪਟਰ 'ਚ ਜਾ ਕੇ ਤਾਂ ਇਹਨੂੰ ਬਹੁਤ ਬਰੀਕੀ ਨਾਲ ਪੜਾਂਗੇ ਆਪਾਂ ਖੈਰ ਆਜੋ ਇੰਡੀਆ ਦਾ ਜਿਹੜਾ ਸਭ ਤੋਂ ਲਾਸਟ ਆਈਲੈਂਡ ਆ ਦਿਸ ਇਜ਼ ਦ ਰਮੇਸ਼ਵਰ ਆਈਲੈਂਡ ਚైనా ਸ਼੍ਰੀਲੰਕਾ ਦਾ ਸਭ ਤੋਂ ਲਾਸਟ ਆਈਲੈਂਡ ਆ ਮਨਾਰ ਆਈਲੈਂਡ ਮਨਾਰ ਆਈਲੈਂਡ ਦਾ ਸਭ ਤੋਂ ਲਾਸਟ ਪੁਆਇੰਟ ਆ ਤਲਾਈ ਮਨਾਰ ਇੰਡੀਆ ਦੇ ਪੰਬਨ ਆਈਲੈਂਡ ਜਾਂ ਰਮੇਸ਼ਵਰ ਆਈਲੈਂਡ ਦਾ ਸਭ ਤੋਂ ਮਸ਼ਹੂਰ ਲਾਸਟ ਪੁਆਇੰਟ ਆ ਕਿਹੜਾ ਧਨੁਸ਼ਕੋਟੀ ਇਹਨਾਂ ਦੋਵਾਂ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਇੱਕ ਐਡਮ ਬ੍ਰਿਜ ਠੀਕ ਆ ਐਡਮ ਬ੍ਰਿਜ ਦਾ ਮਤਲਬ ਆ ਕਿ ਜਿਹਨੂੰ ਅਸੀਂ ਰਾਮ ਸੇਤੂ ਵੀ ਕਹਿ ਦਿੰਦੇ ਆ ਤੇ ਸਾਡੀ ਆਸਥਾ ਦਾ ਪ੍ਰਤੀਕ ਵੀ ਆ ਭਾਰਤ ਸਰਕਾਰ ਇੱਥੋਂ ਦਾ ਇੱਕ ਪ੍ਰੋਜੈਕਟ ਚਲਾਉਣਾ ਚਾਹੁੰਦੀ ਮੈਨੂੰ ਉਸ ਪ੍ਰੋਜੈਕਟ ਦਾ ਨਾਮ ਭੁੱਲ ਗਿਆ ਠੀਕ ਆ ਕਾਈਂਡਲੀ ਦੇਖਿਓ ਇੰਡੀਅਨ ਗਵਰਨਮੈਂਟ ਪ੍ਰੋਜੈਕਟ ਥਰੂ ਐਡਮ ਬ੍ਰਿਜ ਇੰਡੀਅਨ ਗਵਰਨਮੈਂਟ ਪ੍ਰੋਜੈਕਟ ਥਰੂ ਐਡਮ ਬ੍ਰਿਜ ਬਹੁਤ ਇੰਪੋਰਟੈਂਟ ਆ ਪਰ ਕੁਝ ਆਸਥਾ ਦਾ ਕਾਰਨ ਬਣਿਆ ਹੈ ਜਾਂ ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਰੂਟ ਨੂੰ ਤੁਸੀਂ ਨਹੀਂ ਛੇੜ ਸਕਦੇ ਬਿਕੋਜ਼ ਇਹ ਪੁਰਾਣੇ ਟਾਈਮ ਦੇ ਵਿੱਚ ਇੱਕ ਬ੍ਰਿਜ ਦੇ ਤੌਰ ਤੇ ਕੰਮ ਕਰ ਰਿਹਾ ਸੀਗਾ ਜਿੱਥੋਂ ਕਿ ਸ਼੍ਰੀ ਹਨੂਮਾਨ ਜੀ ਨੇ ਰਾਹ ਬਣਾਇਆ ਸੀਗਾ ਇਸ ਕਰਕੇ ਇਸ ਰੂਟ ਨੂੰ ਨਹੀਂ ਛੇੜਿਆ ਜਾ ਸਕਦਾ ਅਦਰਵਾਈਜ਼ ਭਾਰਤ ਸਰਕਾਰ ਜੇ ਇੱਥੋਂ ਦੀ ਕੋਈ ਰੂਟ ਕੱਢ ਕੇ ਇੱਧਰ ਤੱਕ ਲੈ ਜੇ ਤਾ ਸ਼੍ਰੀਲੰਕਾ ਦੇ ਥੱਲਿਓਂ ਦੀ ਘੁੰਮ ਕੇ ਆਉਣਾ ਜਹਾਜ਼ਾਂ ਨੂੰ ਬਹੁਤ ਸੌਖਾ ਹੋ ਜਾਊ ਕੀ ਨਾਮ ਪ੍ਰੋਜੈਕਟ ਸੀਗਾ ਇੱਕ ਬਹੁਤ ਮਸ਼ਹੂਰ ਪ੍ਰੋਜੈਕਟ ਸਤੇਤੂ ਸਮੁੰਦਰਮ ਬਸ ਠੀਕ ਆ ਸਤੇਤੂ ਸਮੁੰਦਰਮ ਪ੍ਰੋਜੈਕਟ ਜਿਹੜਾ ਸੀਗਾ ਉਹਨੂੰ ਲੈ ਕੇ ਸਰਕਾਰ ਤਾਂ ਚਾਹੁੰਦੀ ਆ ਕਿ ਇਸ ਪ੍ਰੋਜੈਕਟ ਹੋਵੇ ਬਟ ਇੱਕ ਕਹਿ ਲੋ ਕਿ ਰਿਲੀਜੀਅਸ ਇੰਪੋਰਟੈਂਸ ਕਰਕੇ ਛੇੜਖਾਨੀ ਕਰਨੀ ਵੀ ਨਹੀਂ ਚਾਹੀਦੀ ਤੇ ਕੱਲੀ ਆਸਥਾ ਸਿਰਫ ਇੱਕ ਦੇਸ਼ ਦੇ ਲੋਕਾਂ ਦੀ ਨਹੀਂ ਸਾਊਥ ਵਾਲਿਆਂ ਦੇ ਵੀ ਆ ਤੇ ਉਸ ਤੋਂ ਬਾਅਦ ਉੱਤੋਂ ਥੱਲੇ ਸ਼੍ਰੀਲੰਕਾ ਵਾਲਿਆਂ ਦੇ ਵੀ ਆ ਸੋ ਉਹ ਐਡਮ ਬ੍ਰਿਜ ਕੀ ਆ ਦੱਸ ਹੀ ਦਿੱਤਾ ਅਸਲ ਦੇ ਵਿੱਚ ਤੁਹਾਨੂੰ ਇਹ ਜੇ ਲੋਕੇਸ਼ਨ ਦੇਖੀ ਜਾਵੇ ਤਾਂ ਰਮੇਸ਼ਵਰਮ ਆਈਲੈਂਡ ਉਹਦਾ ਲਾਸਟ ਪੁਆਇੰਟ ਦਨੁਸ਼ਕੋਟੀ ਮਨਾਰ ਆਈਲੈਂਡ ਉਹਦਾ ਲਾਸਟ ਪੁਆਇੰਟ ਤਲਾਈ ਮਨਾਰ ਐਡਮ ਬ੍ਰਿਜ ਇੱਕ ਪਾਸੇ ਗਲਫ ਆਫ ਮਨਾਰ ਮਨਾਰ ਦੀ ਖਾੜੀ ਦੂਜੇ ਪਾਸੇ ਪਲਕਵੇ ਸੋ ਅਸਲ ਦੇ ਵਿੱਚ ਸਮਝ ਆ ਗਿਆ ਨਾ ਕਿ ਲੋਕੇਸ਼ਨ ਕਿੱਥੇ ਕਾ ਸਾਰੀ ਸੋ ਇਹ ਆਪਣੇ ਆਪ 'ਚ ਰਮੇਸ਼ਵਰਮ ਆਈਲੈਂਡ ਬੜਾ ਮਸ਼ਹੂਰ ਆ ਉਸ ਤੋਂ ਬਾਅਦ ਇੱਕ ਆਈਲੈਂਡ ਆ ਉਹ ਉਥੇ 오ਡੀਸਾ ਦੇ ਵਿੱਚ ਵੀਲਰ ਆਈਲੈਂਡ ਠੀਕ ਹੈ ਤਾਂ ਬਹਾਮਣੀ ਨਦੀ ਦੇ ਨੇੜੇ ਤੇੜੀ ਆਈਲੈਂਡ ਆ ਵੀਲਰ ਆਈਲੈਂਡ ਇੱਕ ਅੰਗਰੇਜ਼ ਵੀਲਰ ਦੇ ਨਾਮ ਤੇ ਰੱਖਿਆ ਸੀ ਤੇ ਇਸ ਆਈਲੈਂਡ ਨੂੰ ਵਰਤਦੀ ਆ ਡੀਆਰਡੀਓ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਮਤਲਬ ਕਿ ਰੱਖਿਆ ਖੋਜ ਤੇ ਵਿਕਾਸ ਸੰਸਥਾਨ ਵਾਲੇ ਇਹਨੂੰ ਵਰਤਦੇ ਆ ਮਿਨਿਸਟਰੀ ਆਫ ਡਿਫੈਂਸ ਦੇ ਅੰਡਰ ਆਉਣ ਵਾਲਾ ਮੰਤਰਾਲਾ ਅਸਲ ਦੇ ਵਿੱਚ ਡੀਆਰਡੀਓ ਨਾ ਮਸ਼ਹੂਰ ਨਹੀਂ ਹੋਇਆ ਜਿੰਨਾ ਇਸਰੋ ਹੋਇਆ ਉਹਦੇ ਆ ਕਈ ਕਾਰਨ ਨੇ ਕੀ ਡੀਆਰਡੀਓ ਦਾ ਕੰਮ ਹਥਿਆਰ ਬਣਾਉਣਾ ਸੀ ਦੂਜੇ ਦੇਸ਼ਾਂ ਨੇ ਸਪੇਸ ਦੇ ਮਾਮਲੇ 'ਚ ਤਾਂ ਸਾਨੂੰ ਮਦਦ ਮੁਦਦ ਕੀਤੀ ਆ ਪਰ ਡਿਫੈਂਸ ਦੇ ਮਾਮਲੇ 'ਚ ਅਗਲਾ ਕਹਿੰਦਾ ਕਿ ਕੱਲ ਨੂੰ ਸਾਡਾ ਹੀ ਸਿਰ ਪੜੋਗੇ ਇਸ ਕਰਕੇ ਇਹਦੇ 'ਚ ਭਾਰਤ ਨੂੰ ਆਪ ਹੀ ਹਿੰਮਤ ਜੀ ਕਰਨੀ ਪਈ ਇਸ ਕਰਕੇ ਡੀਆਰਡੀਓ ਬਹੁਤਾ ਮਸ਼ਹੂਰ ਬਣੀ ਹੋ ਸਕਿਆ ਬਟ ਫਿਰ 1980 'ਚ ਜਾ ਕੇ ਇਹਨਾਂ ਨੇ ਆਪਣੀਆਂ ਇੰਟੀਗ੍ਰੇਟਿਡ ਗਾਈਡਡ ਮਿਜ਼ਾਈਲ ਪ੍ਰੋਗਰਾਮ ਸ਼ੁਰੂ ਕੀਤਾ ਇੰਟੀਗ੍ਰੇਟਿਡ ਗਾਈਡਡ ਮਿਜ਼ਾਈਲ ਡਿਵੈਲਪਮੈਂਟ ਪ੍ਰੋਗਰਾਮ ਆਈ ਜੀ ਐਮ ਡੀ ਪੀ ਜਿਹਦੇ ਤਹਿਤ ਭਾਰਤ ਵਾਲਿਆਂ ਨੇ ਮਜ਼ਾਈਲਾਂ ਬਣਾਈਆਂ ਅਗਨੀ ਮਜ਼ਾਈਲਜ਼ ਅਗਨੀ 3 ਅਗਨੀ 4 ਅਗਨੀ 5 ਅਗਨੀ 6 ਇਹ ਮਜ਼ਾਈਲਾਂ ਨੇ ਬੈਲਿਸਟਿਕ ਮਜ਼ਾਈਲਾਂ ਬੈਲਿਸਟਿਕ ਮਜ਼ਾਈਲਾਂ ਉਹ ਮਜ਼ਾਈਲਾਂ ਹੁੰਦੀਆਂ ਨੇ ਜਿਹੜੀਆਂ ਪ੍ਰੋਜੈਕਟਾਈਲ ਮੋਸ਼ਨ ਤੇ ਸਾਇੰਸ ਦੀ ਇੱਕ ਕ੍ਰਿਆ ਹੈ ਬਸ ਹੋਰ ਕੁਝ ਨਹੀਂਗਾ ਇੱਕ ਅਜੀਹਾ ਤਰੀਕਾ ਜਿਹਦੇ ਨਾਲ ਇੱਕ ਮਜ਼ਾਈਲ ਪਹਿਲਾਂ ਜ਼ੋਰ ਲਾ ਕੇ ਵਾਯੂ ਮੰਡਲ ਚੋਂ ਐਟਮੋਸਫੀਅਰ ਚੋਂ ਬਾਹਰ ਨਿਕਲਦੀ ਹੈ ਬਾਹਰ ਜਾ ਕੇ ਫਿਰ ਉਹਨੂੰ ਬਾਲੀ ਐਟਮੋਸਫੀਅਰ ਜਦੋਂ ਵਾਯੂ ਮੰਡਲ ਜੀਂ ਨਿਕਲ ਗਈ ਬਾਹਰ ਬਾਹਰ ਜਾ ਕੇ ਕਿੰਨੀ ਕਿ ਫ੍ਰਿਕਸ਼ਨ ਆ ਫਿਰ ਬੜੀ ਆਸਾਨੀ ਨਾਲ ਉਹ ਦੂਰੀ ਤੈਅ ਕਰਦੀ ਐ ਫਿਰ ਜਾ ਕੇ ਜਿੱਥੇ ਚੱਲਣਾ ਹੁੰਦਾ ਫਿਰ ਉੱਥੇ ਚੱਲਦੀ ਐ ਸੋ ਇਹ ਮਿਜ਼ਾਈਲਾਂ ਜਿਹੜੀਆਂ ਨੇ ਇਹਨਾਂ ਨੂੰ ਆਪਾਂ ਕਹਿੰਨੇ ਆ ਬੈਲਿਸਟਿਕ ਮਿਜ਼ਾਈਲਸ ਇੱਕ ਹੁੰਦੀਆਂ ਟੈਕਟਿਕ ਮਿਜ਼ਾਈਲਸ ਜਿਹੜੀਆਂ ਰੇਂਜ ਤਾਂ ਨਹੀਂ ਬੜੀ ਦੂਰੀ ਦੂਰ ਤੈਅ ਕਰਦੀਆਂ ਪਰ ਉਹ ਧਰਤੀ ਦੇ ਸਰਫੇਸ ਦੇ ਨਾਲ-ਨਾਲ ਚੱਲਦੀਆਂ ਐ ਤੇ ਉਹ ਬੜੀਆਂ ਕੰਟਰੋਲਡ ਮਿਜ਼ਾਈਲਸ ਹੁੰਦੀਆਂ ਐ ਤੇ ਉਹ ਮਿਜ਼ਾਈਲਸ ਜਿਹੜੀਆਂ ਨੇ ਉਹ ਕਰੂਜ਼ ਟੈਕਨੋਲੋਜੀ ਤੇ ਚੱਲਦੀਆਂ ਜਿਵੇਂ ਬੜੀ ਧਰਤੀ ਦੇ ਨਾਲ ਚਿਪਕ ਕੇ ਗੱਡੀ ਚੱਲਦੀ ਹੋਵੇ ਤਾਂ ਆਪਾਂ ਕਰੂਜ਼ ਕਹਿ ਦਿੰਨੇ ਆ ਤੇ ਬੜੀ ਤੇਜ਼ ਚੱਲੇ ਕਰੂਜ਼ ਮੋਡ ਕਹਿ ਦਿੰਦੇ ਆ ਗੱਡੀਆਂ ਦਾ ਓਮੀਓ ਕਰੂਜ਼ ਮਿਜ਼ਾਈਲਸ ਹੁੰਦੀਆਂ ਭਾਰਤ ਉਹ ਮਿਜ਼ਾਈਲਾਂ ਦੂਰ ਨਹੀਂ ਚੱਲਦੀਆਂ ਪਰ ਉਹ ਨੇੜੇ ਚੱਲਦੀਆਂ ਪਰ ਉਹ ਡਿਟੈਕਟ ਨਹੀਂ ਹੁੰਦੀਆਂ ਕਿਉਂਕਿ ਧਰਤੀ ਦੇ ਸਰਫੇਸ ਤੋਂ ਨੇੜੇ ਹੁੰਦੀਆਂ ਬੈਲਿਸਟਿਕ ਮਿਜ਼ਾਈਲਾਂ ਬਹੁਤ ਲੰਮੀ ਦੂਰੀ ਦੀਆਂ ਹੁੰਦੀਆਂ ਕਰੂਜ਼ ਮਿਜ਼ਾਈਲਾਂ ਦੀ ਗਿਣਤੀ 'ਚ ਭਾਰਤ ਕੋਲੇ ਇੱਕ ਬ੍ਰਹਮੋਜ਼ ਆ ਤੇ ਇੱਕ ਨਿਰਭਯਾ ਖੈਰ ਇਹ ਬਾਅਦ ਦੀਆਂ ਗੱਲਾਂ ਨੇ ਇਹ ਸਾਰੀਆਂ ਮਿਜ਼ਾਈਲਾਂ ਮਜ਼ੂਲਲਾ ਚਲਾਉਂਦੇ ਕਿੱਥੇ ਜਾ ਕੇ ਆ ਇਹ ਸਾਰੀਆਂ ਮਿਜ਼ਾਈਲਾਂ ਚਲਾ ਕੇ ਆਉਂਦੇ ਆ ਵੀਲਰ ਆਈਲੈਂਡ ਤੇ ਵੀਲਰ ਆਈਲੈਂਡ ਦਾ ਨਾਮ ਅਬਦੁੱਲ ਕਲਾਮ ਦੇ ਅ ਮਤਲਬ ਕਿ ਡੈਥ ਤੋਂ ਬਾਅਦ ਅਸੀਂ ਅਬਦੁਲ ਕਲਾਮ ਆਈਲੈਂਡ ਕਰਤਾ ਸੋ ਇਹ ਬੜਾ ਇੰਪੋਰਟੈਂਟ ਆਈਲੈਂਡ ਹੈ ਠੀਕ ਹੈ ਸੋ ਇਹ ਇੱਕ ਉਸ ਤੋਂ ਬਾਅਦ ਆ ਗਲਤੀ ਨਾਲ ਸਾਗਰ ਆਈਲੈਂਡ ਇੱਥੋਂ ਕੱਟ ਦੋ ਇੱਕ ਵਾਰੀ ਠੀਕ ਹੈ ਫਿਰ ਆ ਗਿਆ ਹਲੀਡੇ ਆਈਲੈਂਡ ਤਾਂ ਇਹ ਵੀ ਵੈਸਟ ਬੰਗਾਲ ਦੇ ਸੁੰਦਰਬਨ ਦੇ ਇਲਾਕੇ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਫੁਮਦੀਸ ਆਈਲੈਂਡ ਬੇਸਿਕਲੀ ਜੇ ਤੁਸੀਂ ਮਨੀਪੁਰ ਵਾਲੇ ਪਾਸੇ ਜਾਓਗੇ ਨਾ ਉੱਥੇ ਤੁਹਾਨੂੰ ਉੱਥੇ ਇੱਕ ਕਹਿ ਲਓ ਕਿ ਇੱਕ ਲੇਕ ਆ ਬੇਸਿਕਲੀ ਉੱਥੇ ਮੈਨੂੰ ਨਾਂ ਭੁੱਲ ਗਿਆ ਹਾਂ ਉੱਥੇ ਅਸ਼ਤਮੁਦੀ ਝੀਲ ਤੇ ਕਲੰਦਾ ਰਿਵਰ ਇਹਨਾਂ ਦੇ ਕਨਫਲੂਐਂਸ ਤੇ ਇੱਕ ਬਹੁਤ ਮਸ਼ਹੂਰ ਫਲੋਟਿੰਗ ਜੇ ਇਸ ਤਰੀਕੇ ਦੇ ਸਾਨੂੰ ਮਤਲਬ ਕਿ ਉਹ ਜਗ੍ਹਾ ਮਿਲੂਗੀ ਇਨ ਇਸ ਜਗ੍ਹਾ ਨੂੰ ਭਾਰਤ ਸਰਕਾਰ ਨੇ ਰਾਸ਼ਟਰੀ ਪਾਰਕ ਦਾ ਵੀ ਦਰਜਾ ਦਿੱਤਾ ਹੋਇਆ ਨੈਸ਼ਨਲ ਪਾਰਕ ਦਾ ਕਿਓਬਲ ਲਿਮਜੋ ਨੈਸ਼ਨਲ ਪਾਰਕ ਤੇ ਇੱਥੇ ਆ ਜਿਹੜੀ ਛੋਟੀ ਛੋਟੀ ਇਕਾਈ ਤੇ ਘਰ ਬਣੇ ਹੋਏ ਆ ਇਹ ਸੌਰੀ ਜਿਹੜਾ ਆ ਗਰਾਸ ਜੱਗ ਗਿਆ ਹੋਇਆ ਇਹਨੂੰ ਫੁਮਦੀਸ ਕਿਹਾ ਜਾਂਦਾ ਹੈ ਜਾਂ ਇਹਨੂੰ ਫਲੋਟਿੰਗ ਗਰਾਸ ਕਿਹਾ ਜਾਂਦਾ ਹੈ ਤੇ ਇਹ ਬਹੁਤ ਇੰਪੋਰਟੈਂਟ ਹੈ ਤੇ ਇੱਥੇ ਮਿਲਣ ਵਾਲੀ ਇੱਕ ਹਿਰਨਾ ਦੀ ਪ੍ਰਜਾਤੀ ਉਹਦੀ ਮੈਂ ਫੋਟੋ ਲਈ ਇੱਥੇ ਲਾਈ ਉਹਨੂੰ ਕਹਿੰਦੇ ਆ ਸੰਗਾਈ ਸੰਗਾਈ ਇੱਥੇ ਬਹੁਤ ਮਸ਼ਹੂਰ ਆ ਤੇ ਇਹ ਮਨੀਪੁਰ ਦੇ ਵਿੱਚ ਇੱਕ ਨੈਸ਼ਨਲ ਪਾਰਕ ਵੀ ਆ ਇਹਨੂੰ ਕਯੋਬਲ ਲਮਜੋ ਨੈਸ਼ਨਲ ਪਾਰਕ ਕਿਹਾ ਜਾਂਦਾ ਹੈ ਤੇ ਇੱਥੇ ਮਿਲਣ ਵਾਲੇ ਜਿਹੜੇ ਵੀ ਇਹ ਫਲੋਟਿੰਗ ਆਈਲੈਂਡਸ ਆ ਇਹਨਾਂ ਨੂੰ ਜਿਹੜੇ ਲੋਕਲ ਨਾਮ ਨਾਲ ਬੁਲਾਇਆ ਜਾਂਦਾ ਹੈ ਉਹਦਾ ਨਾਮ ਕੀ ਆ ਫੋਮ ਦੀਸ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਆਈਲੈਂਡ ਆ ਇਹ ਲੇਕ ਦੇ ਵਿੱਚ ਮਿਲਿਆ ਮਿਲਣ ਵਾਲਾ ਆਈਲੈਂਡ ਆ ਠੀਕ ਆ ਸੋ ਇੰਪੋਰਟੈਂਟ ਆ ਤੋ ਨੈਕਸਟ ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਕਛਵ ਤੇਬੂ ਆਈਲੈਂਡ ਭਾਰਤ ਤੇ ਸ਼੍ਰੀਲੰਕਾ ਦੇ ਵਿੱਚ ਵਿਚਾਲੇ ਜੇ ਇੱਕ ਆਈਲੈਂਡ ਸੀਗਾ ਆ ਲਿਖਿਆ ਹੋਇਆ ਦੇਖੋ ਪਲਕ ਸਟ੍ਰੀਟ ਦੇ ਨੇੜੇ ਜੇ ਠੀਕ ਆ ਸੋ ਇੱਕ ਵਿਚ ਵਿਚਾਲੇ ਆ ਤਾਂ ਉਹ ਤੁਹਾਨੂੰ ਦੇਸੀ ਗਿਆ ਕਿ ਆ ਦਨੁਸ਼ਕੋਟੀ ਆ ਆ ਤਲਾਈ ਮਨਾਰ ਆ ਆ ਰਿਹਾ ਕਛਵ ਤੇਬੂ ਆਈਲੈਂਡ ਇੱਥੇ ਪੁਰਾਣੇ ਸਮੇਂ ਦੇ ਵਿੱਚ ਦੋਵਾਂ ਦੇਸ਼ਾਂ ਦੇ مشਵਾਰੇ ਆ ਕਿ ਆਪਣਾ ਨੈਟ ਵਗੈਰਾ ਝਾੜਦੇ ਸੀ ਸੋ ਭਾਰਤ ਨੇ 1973 ਦੇ ਵਿੱਚ ਸ਼੍ਰੀਲੰਕਾ ਦੇ ਨਾਲ ਸਮਝੌਤੇ ਦੇ ਤਹਿਤ ਇੱਕ ਕਛਬਥੇਵੂ ਆਈਲੈਂਡ ਸ਼੍ਰੀਲੰਕਾ ਨੂੰ ਦਿੱਤਾ ਇਹਨੂੰ ਲੈ ਕੇ ਦੋ ਡਿਸਪਿਊਟ ਨੇ ਦਿੱਤਾ ਕਿਉਂ ਪਹਿਲਾ ਸਵਾਲ ਦੂਜਾ ਜੇ ਇੰਡੀਆ ਆਪਣੀ ਕੋਈ ਟੈਰੀਟਰੀ ਕਿਸੇ ਦੂਜੇ ਦੇਸ਼ ਨੂੰ ਦੇਣਾ ਚਾਹੁੰਦਾ ਹੈ ਤੇ ਭਾਰਤ ਦੇ ਵਿੱਚ ਸੰਵਿਧਾਨਕ ਸੋਧ ਕਰਨੀ ਪੈਂਦੀ ਹੈ ਬਿਨਾ ਸੰਵਿਧਾਨ ਨੂੰ ਸੋਧੇ ਹੋਏ ਤੁਸੀਂ ਆਪਣੇ ਦੇਸ਼ ਦੀ 1 ਇੰਚ ਟੈਰੀਟਰੀ ਕਿਸੇ ਹੋਰ ਨੂੰ ਦੇ ਨਹੀਂ ਸਕਦੇ ਪਤਾ ਨਹੀਂ ਇੰਦਰਾ ਗਾਂਧੀ ਨੇ ਕਿਵੇਂ ਦੇਤੀ ਸੋ ਕਛਬਥੇਵੂ ਇਜ਼ ਅ ਡਿਸਪਿਊਟਡ ਟੈਰੀਟਰੀ ਬਿਟਵੀਨ ਇੰਡੀਆ ਤੇ ਫਿਰ ਸ਼੍ਰੀਲੰਕਾ ਠੀਕ ਹੈ ਸੋ ਇਹ ਆਪਣੇ ਆਪ ਚ ਬੇहद ਇੰਪੋਰਟੈਂਟ ਆ ਉਸ ਤੋਂ ਬਾਅਦ ਇੱਕ ਆਈਲੈਂਡ ਆ ਵਲਿੰਗਟਨ ਆਈਲੈਂਡ ਭਾਰਤ ਦੇ 22ਵੇਂ ਗਵਰਨਰ ਜਰਨਲ ਬਸ 3rd ਕੇ 4th ਲਾਸਟ ਗਵਰਨਰ ਜਰਨਲ ਸੀ 1931 ਤੋਂ ਲੈ ਕੇ 36 ਤੱਕ ਰਹੇ ਉਹਨਾਂ ਦੇ ਨਾਮ ਤੇ ਇੱਕ ਆਰਟੀਫੀਸ਼ੀਅਲ ਆਈਲੈਂਡ ਕੇਰਲਾ ਦੀ ਵੇਮਬੰਦ ਲੇਕ ਨੂੰ ਕੱਟ ਕੇ ਸਾਈਡ ਤੇ ਬਣਾਇਆ ਗਿਆ ਉੱਥੇ ਅੱਜ ਇੰਡੀਆ ਦੀ ਬੜੀ ਮਸ਼ਹੂਰ ਬੰਦਰਗਾਹ ਕੋਚੀ ਬੰਦਰਗਾਹ ਸੋ ਇਹ ਇਸੇ ਆਈਲੈਂਡ ਤੇ ਆ ਸੋ ਇਹ ਇੰਪੋਰਟੈਂਟ ਆ ਸੋ ਨੈਕਸਟ ਉਸ ਤੋਂ ਬਾਅਦ ਆ ਗਿਆ ਸਾਗਰ ਆਈਲੈਂਡ ਉੱਪਰੋਂ ਘਟਾਤਾ ਸੀ ਮੈਂ ਉਥੇ ਕੱਟਣਾ ਭੁੱਲ ਗਿਆ ਇੱਥੇ ਨਵਾਂ ਅਪਡੇਟ ਕਰਦਾ ਸਾਗਰ ਜਾਂ ਗੰਗਾ ਸਾਗਰ ਆਈਨੜ ਜਦੋਂ ਅਸੀਂ ਕਹਿੰਨੇ ਆ ਕਿ ਉੱਤਰਾਖੰਡ ਚੋਂ ਗੰਗਾ ਨਿਕਲੀ ਯੂਪੀ ਚ ਆਈ ਯੂਪੀ ਤੋਂ ਬਿਹਾਰ ਇਹ ਬਿਹਾਰ ਜਾ ਕੇ ਬੰਗਾਲ ਬੰਗਾਲ ਦੇ ਵਿੱਚ ਗੰਗਾ ਰੂਪ ਬਦਲ ਲੈਂਦੀ ਹੈ ਗੰਗਾ ਦਾ ਇੱਕ ਹਿੱਸਾ ਗਾਂ ਲੰਘ ਜਾਂਦਾ ਹੈ ਉਹਨੂੰ ਪਦਮਾ ਕਹਿ ਦਿੰਦੇ ਆ ਇੱਕ ਹਿੱਸਾ ਗੰਗਾ ਦਾ ਇੱਧਰ ਮੁੜ ਜਾਂਦਾ ਹੈ ਇਹਨੂੰ ਆਪਾਂ ਕਹਿ ਦਿੰਦੇ ਆ ਹੁਗਲੀ ਨਦੀ ਗੰਗਾ ਦੀਆਂ ਅੱਗੇ ਜਾ ਕੇ ਦੋ ਧਾਰਾਵਾਂ ਬਣ ਜਾਂਦੀਆਂ ਐ ਦੋ ਸਟ੍ਰੀਮਸ ਦੇ ਵਿੱਚ ਗੰਗਾ ਜਿਹੜੀ ਆ ਦੋ ਧਾਰਾਵਾਂ ਵਿੱਚ ਵਹਿ ਜਾਂਦੀ ਐ ਇੱਕ ਧਾਰਾ ਜਾਨੀ ਕਿ ਡਿਸਟ੍ਰੀਬਿਊਟਰੀ ਦਾ ਨਾਮ ਹੈਗਾ ਐ ਪਦਮਾ ਤੇ ਦੂਜੀ ਦਾ ਕੀ ਨਾਮ ਆ ਹੁਗਲੀ ਇਹ ਅੱਗੇ ਜਾ ਕੇ ਦੋਵੇਂ ਆਪੋ ਆਪਣੇ ਤਰੀਕੇ ਦੇ ਨਾਲ ਉਹਦੇ 'ਚ ਮਿਲਦੀਆਂ ਬੀ ਆਫ ਬੰਗਾਲ ਬੰਗਾਲ ਦੀ ਖਾੜੀ 'ਚ ਜਿੱਥੇ ਜਾ ਕੇ ਆ ਹੁਗਲੀ ਨਦੀ ਮਿਲਦੀ ਐ ਇਸ ਜਗ੍ਹਾ ਤੇ ਇੱਕ ਆਈਲੈਂਡ ਆ ਜਿਹਨੂੰ ਗੰਗਾ ਸਾਗਰ ਜਾਂ ਸਾਗਰ ਦੀਪ ਜਾਂ ਸਾਗਰ ਆਈਲੈਂਡ ਕਿਹਾ ਜਾਂਦਾ ਐ ਤੇ ਇੱਥੇ ਬਹੁਤ ਵੱਡੀ ਪੂਜਾ ਹੁੰਦੀ ਆ ਠੀਕ ਆ ਇਹ ਕਿ ਇੱਥੇ ਮੰਦਿਰ ਆ ਤੇ ਮੱਕਰ ਸੰਕਰਾਂਤੀ ਦੇ ਮੱਕਰ ਸੰਗਰਾਣ ਦੀ ਸੰਗਰਾਣ ਤੇ ਇੱਥੇ ਹਰ ਸਾਲ ਪੂਜਾ ਹੁੰਦੀ ਆ ਸੋ ਫੰਕਸ਼ਨਸ ਸੈਲੀਬ੍ਰੇਟ ਕੀਤੇ ਜਾਂਦੇ ਆ ਤੇ ਕਰੰਟ ਅਫੇਅਰ ਵੀ ਬਣਦਾ ਉਦੋਂ ਤਾਂ ਸਾਨੂੰ ਸਾਗਰ ਆਈਲੈਂਡ ਜਾਂ ਗੰਗਾ ਸਾਗਰ ਜਾਂ ਸਾਗਰ ਦਵੀਪ ਨਾਮ ਦੇ ਆਈਲੈਂਡ ਦਾ ਪਤਾ ਹੋਣਾ ਚਾਹੀਦਾ ਹੈ ਸੈਲਸਟਿਸ ਆਈਲੈਂਡ ਇਹ ਮਤਲਬ ਕਿ ਉਹ ਹਿੱਸਾ ਏ ਬੰਬੇ ਦਾ ਜਿਹੜਾ ਸਭ ਤੋਂ ਵੱਧ ਪੋਪੂਲੇਸ਼ਨਲੀ ਡੈਂਸਿਟੀਡ ਏ ਆ ਦੋ ਛੋਟੇ ਛੋਟੇ ਪੁਰਾਣੇ ਸਮਿਆਂ ਦੇ ਵਿੱਚ ਹੁਣ ਇਹ ਨਾਮ ਖਤਮ ਹੋ ਗਏ ਇਹਦੀ ਨਗਾ ਤੇ ਛੋਟੇ ਛੋਟੇ ਹੋਰ ਨਾਮ ਆ ਗਏ ਸੈਲਸਟਿਸ ਤੇ ਬਸੀਨ ਇਹ ਛੋਟੇ ਛੋਟੇ ਆਈਲੈਂਡ ਗਰੁੱਪ ਸੀਗੇ ਜਿਨ੍ਹਾਂ ਤੇ ਪਹਿਲਾਂ ਮਰਾਠਿਆਂ ਦਾ ਕਬਜ਼ਾ ਸੀਗਾ ਤੇ ਮਰਾਠਿਆਂ ਤੋਂ ਬਾਅਦ ਇਹ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਚ ਕਰਕੇ ਲੈ ਲਿਆ ਸੋ ਜੇ ਪੇਪਰ ਚ ਆ ਗਿਆ ਕਿ ਬੰਬੇ ਦੇ ਵਿੱਚ ਜਿਹੜਾ ਸੈਲਸਟਿਸ ਆਈਲੈਂਡ ਆ ਇਹਦਾ ਸਬੰਧ ਕਿਹੜੀ ਸਟੇਟ ਨਾਲ ਆ ਮਹਾਰਾਸ਼ਟਰਾ ਨਾਲ ਆ ਕਰਨਾਟਕਾ ਨਾਲ ਬਸ ਇੰਨਾ ਕੀ ਆਊਗਾ ਇਹ ਬੰਬੇ ਦਾ ਉਹ ਇਲਾਕਾ ਹੈ ਜਿੱਥੇ ਬੋਰਾਵਲੀ ਵਗੈਰਾ ਮੇਨ ਜਿਹੜੇ ਇਲਾਕਾ ਜਿਹੜਾ ਹੈ ਨਾ ਉੱਥੇ ਇਹ ਆ ਇੱਥੇ ਜਿਹੜਾ ਬੜਾ ਮਸ਼ਹੂਰ ਨੈਸ਼ਨਲ ਪਾਰਕ ਆ ਬੰਬੇ ਦਾ ਸੰਜੀਤ ਗਾਂਧੀ ਨੈਸ਼ਨਲ ਪਾਰਕ ਉਹ ਐਸੇ ਆਈਲੈਂਡ ਤੇ ਆ ਤੇ ਛੋਟੇ-ਛੋਟੇ ਆਈਲੈਂਡਸ ਤੋਂ ਮਿਲ ਕੇ ਹੀ ਤਾਂ ਬਣਿਆ ਹੋਇਆ ਹੈ ਆਪਣਾ ਬੰਬੇ ਠੀਕ ਆ ਨੈਕਸਟ ਉਸ ਤੋਂ ਬਾਅਦ ਅੱਗੇ ਆ ਗਿਆ ਆਲਿਆ ਬੇਟ ਇਹ ਵੀ ਇੱਕ ਰਿਵਰਾਈਨ ਆਈਲੈਂਡ ਆ ਰਿਵਰ ਦੇ ਵਿੱਚ ਆਈਲੈਂਡ ਆ ਪਰ ਇਹ ਕਿਹੜੇ ਦਰਿਆ ਦੇ ਵਿੱਚ ਆਈਲੈਂਡ ਆ ਨਰਮਦਾ ਜਦੋਂ ਮੈਂ ਅਗਲਾ ਲੈਕਚਰ ਪੜਾਉਂਗਾ ਤੇ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿ ਨਰਮਦਾ ਨਦੀ ਜਿਹੜੀ ਆ ਉਹਦੇ ਵਿੱਚ ਮਿੱਟੀ ਬਹੁਤ ਘੱਟ ਆ ਕਿਉਂ ਮਿੱਟੀ ਘਟਾਉ ਕੱਲ ਦੇ ਲੈਕਚਰ ਚ ਪਤਾ ਲੱਗੂਗਾ 18 ਚ ਕਿਹੜੀ ਮਿੱਟੀ ਬਹਲਦੇ ਹੋ ਠੀਕ ਆ ਜਿਹੜਾ ਪਲੇਟੂ ਹੀ ਹੋ ਗਿਆ ਉਹ ਚੋਂ ਮਿੱਟੀ ਕਿੱਥੋਂ ਇਕੱਠੀ ਕਰ ਲੂਗੀ ਨਰਮਨੰਦ ਦੀ ਇਸ ਕਰਕੇ ਬਹੁਤ ਸਾਰੀ ਮਿੱਟੀ ਤਾਂ ਅੱਗੇ ਜਾਂਦੇ ਜਾਂਦੇ ਉਹ ਡਿਪੋਜ਼ਿਟ ਨਹੀਂ ਕਰ ਸਕੀ ਕੁਸ਼ਕ ਚਟਾਨਾਂ ਜਾਂ ਛੋਟੇ ਛੋਟੇ ਪੱਥਰਾਂ ਨੂੰ ਲੈ ਲੈ ਕੇ ਇੱਕ ਜਗ੍ਹਾ ਤੇ ਇਕੱਠੀ ਕਰਦੀ ਗਈ ਤੇ ਉਹ ਆਈਲੈਂਡ ਜਿਹੜਾ ਹੈ ਉਹ ਆਲੀਆ ਭੇਟ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਤੇ ਇਹ ਨਰਮਦਾ ਨਦੀ ਦਾ ਸਭ ਤੋਂ ਵੱਡਾ ਆਈਲੈਂਡ ਆ ਛੋਟੇ ਛੋਟੇ ਕਈ ਆਈਲੈਂਡ ਨਰਮਨੰਦਾ ਦੀ ਚ ਮਿਲਣਗੇ ਉਦਾਹਰਨ ਦੇ ਤੌਰ ਤੇ ਸਾਧੂ ਭੇਟ ਸਾਧੂ ਬੇਟ ਬੜਾ ਮਸ਼ਹੂਰ ਆ ਛੋਟਾ ਏ ਪਰ ਮਸ਼ਹੂਰ ਬਹੁਤ ਆ ਉਸੇ ਸਾਧੂ ਬੇਟ ਆਈਲੈਂਡ ਤੇ ਹੀ ਇੰਡੀਆ ਦੀ ਕਿ ਦੁਨੀਆ ਦੀ ਦੁਨੀਆ ਦੀ ਆਈ ਥਿੰਕ ਸਭ ਤੋਂ ਉੱਚੀ ਮੂਰਤੀ ਜਿਹੜੀ ਆ ਸਰਦਾਰ ਪਟੇਲ ਦੀ ਕੀ ਨਾਮ ਉਹਦਾ ਸਟੈਚੂ ਆਫ ਯੂਨਿਟੀ ਸਟੈਚੂ ਆਫ ਯੂਨਿਟੀ ਜਿਹੜੀ ਆ ਉੱਥੇ ਸਥਾਪਿਤ ਕੀਤੀ ਗਈ ਆ ਉਹਦਾ ਕਾਰੀਗਰ ਦਾ ਨਾਮ ਯਾਦ ਕਰ ਲਿਓ ਕਿ ਕਿਹੜੇ ਨੇ ਬਣਾਈ ਸੀ ਉਹ ਬੜਾ ਮਸ਼ਹੂਰ ਸੀ ਇੰਡੀਅਨ ਠੀਕ ਆ ਉਨੇ ਹੀ ਹੁਣ ਉਹ ਬਣਾਇਆ ਹੈ ਜਿੰਨੇ ਉਹ ਬਣਾਈ ਸੀ ਉਨੇ ਹੀ ਭਾਰਤ ਮੰਡਮਨ ਬਣਾਇਆ ਜਿਹੜਾ ਪਿੱਛੇ ਜੇ G20 ਤੇ ਲੈ ਕੇ ਗਏ ਆ ਸੋ ਉਹ ਕਾਰੀਗਰ ਵੀ ਬੜਾ ਮਸ਼ਹੂਰ ਹੈ ਕਿਹੜੀ ਜਗ੍ਹਾ ਤੇ ਆ ਹਾਈਟ ਹੋਈ ਉਹਦੀ ਯਾਦ ਜੁਦ ਕਰ ਲਿਓ ਸਰਦਾਰ ਪਟੇਲ ਭਾਰਤ ਦਾ ਇੱਕ ਅਜੀਹਾ ਸ਼ਖਸ ਜਿੰਨੂੰ ਅਸੀਂ ਇਸ ਕਰਕੇ ਯਾਦ ਕਰਦੇ ਹਾਂ ਕਿ ਜੇ ਉਹ ਨਾ ਹੁੰਦਾ ਤਾਂ ਦੇਸ਼ 'ਚ ਏਕਤਾ ਖੰਡਤਾ ਨਾ ਹੁੰਦੀ ਮਤਲਬ ਕਿ ਬੜੇ ਪਿਆਰ ਤੇ ਛਿੱਤਰਾਂ ਦੇ ਮੇਲਜੋਲ ਦੇ ਨਾਲ ਇਹ ਰਾਜਿਆਂ ਨੂੰ ਭਾਰਤ 'ਚ ਵਿਲੈ ਕਰਦਾ ਹੈ ਸੋ ਉਸ ਸ਼ਖਸ ਨੂੰ ਅਸੀਂ ਭਾਰਤ ਦਾ ਬਿਸਮਾਰਕ ਕਹਿ ਕੇ ਬੁਲਾਉਂਦੇ ਹਾਂ ਜਿਵੇਂ ਉਹਨੇ ਜਰਮਨ ਦੇ ਨੂੰ ਇੱਕ ਕੀਤਾ ਸੀ ਇਹਨੇ ਇੰਡੀਆ ਨੂੰ ਇੱਕ ਕਰਤਾ 31 ਅਕਤੂਬਰ ਨੂੰ ਉਹਨਾਂ ਦੇ ਬਰਥਡੇ ਤੇ ਅਸੀਂ ਨੈਸ਼ਨਲ ਇੰਟੀਗ੍ਰੇਸ਼ਨ ਡੇ ਜਾਂ ਨੈਸ਼ਨਲ ਯੂਨਿਟੀ ਡੇ ਜਾਂ ਰਾਸ਼ਟਰੀ ਏਕਤਾ ਦਿਵਸ ਦੇ ਤੌਰ ਤੇ ਮਨਾਉਨੇ ਆ। ਸੋ ਸਾਧੂ ਬੇਟ ਆਈਲੈਂਡ ਵੀ ਖਬਰਾਂ 'ਚ ਸੀਗਾ ਤਾਂ ਮੈਂ ਦੱਸਦਾ ਕੋਈ ਦੱਸ ਸਕਦਾ ਉਹਦਾ ਨਾਮ ਕੀ ਹੈ? ਰਾਮ 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 ਸੂਤਰਾ ਰਾਮ ਸੂਤਰਾ ਐਵੇਂ ਦਾ ਨਾਮ ਹੀ ਉਹਨਾਂ ਦਾ ਬਸ ਰਾਮ ਸੂਤਰਾ ਉਹਨਾਂ ਦਾ ਨਾਮ ਆ ਜਿਨ੍ਹਾਂ ਨੇ ਉਹ ਸਟੈਚੂ ਜਿਹੜਾ ਸੀ ਬਣਾਇਆ ਸੀ। ਠੀਕ ਆ। ਅੱਜ ਵਾਸਤੇ ਇੰਨੀ ਬਹੁਤ ਆ। ਅਗਲਾ ਲੈਕਚਰ ਆਪਾਂ ਲਾਵਾਂਗੇ ਪਲੇਟੂਸ ਦਾ ਭਾਰਤ ਦੇ ਪਠਾਰ ਜਿਹੜੇ ਆ ਠੀਕ ਆ ਦੇਖੋ ਰਿਲੇਟਿਵਲੀ ਹੁਣ ਤੁਹਾਨੂੰ ਲੱਗ ਜੇ ਤੇ ਅੱਡੇ ਗੱਲ ਆ ਪਰ ਅੱਜ ਵਾਲਾ ਟੌਪਿਕ ਇੰਨਾ ਬੋਰਿੰਗ ਨਹੀਂ ਸੀਗਾ ਠੀਕ ਆ ਸੋ ਕੱਲ ਆਪਾਂ ਇਸ ਤੋਂ ਬਾਅਦ ਅਗਲਾ ਟੌਪਿਕ ਤੇ ਕੋਸ਼ਿਸ਼ ਇਹ ਰਹਮੋਗੀ ਕਿ ਦੋ ਲੈਕਚਰਸ ਦੇ ਕੋਸ਼ਿਸ਼ ਨਹੀਂ ਪਤਾ ਹੀ ਆ ਤਕਰੀਬਨ ਕਿ ਆ ਦੋ ਲੈਕਚਰਸ ਦੇ ਵਿੱਚ ਆਪਣੀ ਫਿਜ਼ੀਓਗ੍ਰਾਫੀ ਜਿਹੜੀ ਆ ਉਹ ਖਤਮ ਹੋ ਜਾਊਗੀ ਦੇਖੋ ਗੱਲ ਇਹ ਆ ਕਿ ਫਿਜ਼ੀਓਗ੍ਰਾਫੀ ਇੱਕ ਅਜੀਹਾ ਟੌਪਿਕ ਆ ਜਿਸ ਤਰੀਕੇ ਨਾਲ ਆਪਣੀ ਪੁਰਾਣੀ ਕਿਤਾਬ ਦੇ ਵਿੱਚ ਤਾਂ ਸ਼ਾਇਦ ਉਹ 3 ਦਿਨਾਂ ਚ ਵੀ ਖਤਮ ਹੋ ਜਾਂਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਸੀ ਬਸ ਗੱਲ ਇੰਨੀ ਕਾ ਕਿ ਜੇ ਹੁਣ ਆਪਾਂ ਇੱਕ ਵਾਰ ਇਸ ਚੀਜ਼ ਨੂੰ ਲੱਗੇ ਹੋਏ ਆ ਤਾਂ ਦੇਖੋ ਮੈਂ ਕੋਈ ਸਟੈਟਿਕ ਜੀਕੇ ਅੱਡ ਤੱਕ ਰਾਉਣੀ ਨਹੀਂ ਤੋਂ ਮੈਂ ਇੱਥੇ ਹੀ ਹਰੇਕੋ ਫੈਕਟ ਜਿਹੜਾ ਜਿਹੜੇ ਸਬਜੈਕਟ ਦਾ ਫੈਕਟ ਹੈਗਾ ਏ ਉਹ ਉਸੇ ਸਬਜੈਕਟ ਦੇ ਵਿੱਚ ਕਵਰ ਹੋ ਜਾਊਗਾ ਕਿਤੇ ਉਹ ਮੈ ਤੁਹਾਨੂੰ ਇਹ ਨਾ ਕਹਿਣਾ ਪਵੇ ਜੇ ਕਿ ਸਰ ਸਟੈਟਿਕ ਜੀਕੇ ਦੇ ਅੱਡ ਵੀ ਰੱਟੇ ਮਾਰਨੇ ਪੈਣਗੇ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਸਟੈਟਿਕ ਜੀਕੇ ਦੇ ਅੱਡ ਰੱਟੇ ਮਾਰਨੇ ਪੈਣਗੇ हां ਇਹ ਨਾਲ ਜਰੂਰ ਹੋ ਜਾਊਗਾ ਜਦੋਂ ਸਬਜੈਕਟ ਕੰਪਲੀਟ ਹੋ ਗਿਆ ਤਾਂ ਵੈਸੇ ਤਾਂ ਮੈਂ ਕੋਸ਼ਿਸ਼ ਜਿਵੇਂ ਆਪਾਂ ਡਰੇਨੇਜ ਕਰਾਂਗੇ ਤਾਂ ਡਰੇਨੇਜ ਦੇ ਵਿੱਚ ਇਹ ਨਹੀਂ ਹੈਗਾ ਕਿ ਆਪਾਂ ਸਿਰਫ ਨਦੀਆਂ ਦਾ ਕਨਸੈਪਟ ਪੜ ਲਿਆ ਜਿੰਨੇ ਉਹਨਾਂ ਦੇ ਡੈਮਸ ਨੇ ਜਿਹੜੇ ਕਦੋਂ ਬਣੇ ਆ ਕੀ ਹਿਸਾਬ ਕਿਤਾਬ ਆ ਸਾਰੇ ਦੇ ਸਾਰੇ ਨਾਲ ਹੀ ਡਰੇਨੇਜ ਦੇ ਵਿੱਚ ਪੂਰੇ ਦਾ ਪੂਰਾ ਇਕੱਲਾ ਡਰੇਨੇਜ ਸਿਸਟਮ ਨਹੀਂ ਪੜਾਂਗੇ ਇੰਡੀਆ ਦੀ ਸਾਰੀ ਇਰੀਗੇਸ਼ਨ ਸਿਸਟਮ ਵੀ ਨਾਲ ਹੀ ਪੜ ਲਾਂਗੇ ਤਾਂ ਕਿ ਇਹ ਨਾ ਹੋਵੇ ਕਿ ਬਾਅਦ ਚ ਡਰੇਨੇਜ ਅੱਡ ਪੜਦੇ ਜਾਈਏ ਦਰਿਆ ਅੱਡ ਪੜੀਏ ਉਹਨਾਂ ਦੇ ਉੱਪਰ ਲੱਗਣ ਵਾਲੇ ਜਿਹੜੇ ਇਰੀਗੇਸ਼ਨ ਪ੍ਰੋਜੈਕਟ ਨੇ ਜਿਹੜੇ ਸਿੰਚਾਈ ਦੇ ਜਿਹੜੇ ਪ੍ਰੋਜੈਕਟ ਨੇ ਜਾਂ ਜਿਹੜੇ ਸਾਡੇ ਮਲਟੀ ਪਰਪਸ ਪ੍ਰੋਜੈਕਟ ਹੁੰਦੇ ਆ ਉਹਨਾਂ ਨੂੰ ਆਪਾਂ ਬਾਅਦ ਚ ਪੜੀਏ ਐਵੇਂ ਨਹੀਂ ਕਰਾਂਗੇ ਆਪਾਂ ਇੱਕੋ ਵਾਰ ਚ ਕਵਰ ਕਰਦੇ ਜਾਵਾਂਗੇ ਤਾਂ ਜੋ ਤੁਸੀਂ ਆਪਣੇ ਇਹਨਾਂ ਚੈਪਟਰਸ ਨਾਲ ਰਿਲੇਟਡ ਜੀਕੇ ਦੇ ਜਿਹੜੇ ਕੁਐਸਚਨਸ ਆ ਤੁਹਾਡੇ ਜੋ ਬੜੇ ਬੱਚੇ ਆ ਆਪਣੀ ਐਪ ਦੇ ਵਿੱਚ ਵੀ ਜੀਓਗ੍ਰਾਫੀ ਦੇ ਐਮਸੀਕਿਊਜ਼ ਬਣੇ ਪਏ ਆ ਬਾਈਲਿੰਗੁਅਲ ਤੇ ਵੈਸੇ ਵੀ ਮੈਂ ਬੁੱਕਸ ਵੀ ਰეკਮੈਂਡ ਕਰਦਾ ਹੁਣ ਐਮਸੀਕਿਊਜ਼ ਵਾਲੀਆਂ ਤੁਸੀਂ ਕਿਤੇਓ ਵੀ ਆਪਣੇ ਬਾਈਲਿੰਗੁਅਲ ਐਮਸੀਕਿਊਜ਼ ਇਸ ਚੈਪਟਰ ਨਾਲ ਸੰਬੰਧਿਤ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਹੁਣ ਤੁਹਾਨੂੰ ਆਉਂਦੇ ਹੋਣਗੇ ਹਾਂ ਮਨ ਲਓ ਜੇ ਉਹੀ ਫਾਰਮੂਲਾ ਇੱਕ ਕਿ ਜੇ 15% ਨਾ ਵੀ ਆਏ ਤਾਂ 85% ਤਾਂ ਆਉਣਗੇ ਤੇ 15% ਯਾਦ ਕਰਨੇ ਵੀ ਸੌਖੇ ਹੁੰਦੇ ਆ ਕਿਉਂਕਿ ਆਪਾਂ ਨੂੰ ਜੇ ਉਹ ਫੈਕਟ ਨਹੀਂ ਵੀ ਪਤਾ ਕਨਸੈਪਟ ਤਾਂ ਪਤਾ ਹੁੰਦੇ ਆ ਨਾ ਤਾਂ ਫਿਰ ਉਹ ਕਨਸੈਪਟ ਇੰਨੀ ਕੁ ਤਾਂ ਮਦਦ ਕਰਦੇ ਆ ਕਿ ਉਹ ਆਪਣੇ ਫੈਕਟ ਵੀ ਕਲੀਅਰ ਹੋ ਜਾਣ ਸੋ ਅੱਜ ਵਾਸਤੇ ਇੰਨੀ ਬਹੁਤ ਮਿਲਦੇ ਆ ਜੀ ਆਪਾਂ ਅਗਲੇ ਲੈਕਚਰ ਚ